ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ, ਸੰਪਾਦਕ ਪੰਜਾਬ ਟੈਲੀਵਿਜ਼ਨ। ਮੈਂ ਜੀ ਆਇਆਂ, ਸ਼ੁਕਰੀਆ ਜੀ। ਇੱਕ ਅਹਿਮ ਦਿਨ ਦੇ ਵਿੱਚ ਖੜੇ ਹਾਂ। ਅੱਜ ਅਰਵਿੰਦ ਕੇਜਰੀਵਾਲ ਨੂੰ ED ਨੇ ਬੁਲਾਇਆ ਸੀ, ਸੰਮਨ ਕੀਤਾ ਸੀ, ਉਹਨਾਂ ਨੇ ਜਾਣ ਤੋਂ ਇਨਕਾਰ ਕਰਤਾ। ਔਰ ਦਿਲਚਸਪੀਆਂ ਇਸ ਗੱਲ 'ਚ ਵੀ ਨੇ ਕਿ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਚੋਣ ਹੈ, ਦੋ ਅਹੁਦੇ ਔਰ ਦੋ ਮਿਊਂਸਪਲ ਕਾਰਪੋਰੇਸ਼ਨ ਦੇ ਵਿੱਚ ਅਹਿਮ ਅਹੁਦੇ ਨੇ। ਚੋਣ ਬੜੀ ਛੋਟੀ ਹੈ ਪਰ ਭਾਜਪਾ ਦੇ ਫਿਕਰ ਵਧੇ ਹੋਏ ਆ। ਉਹਨਾਂ ਦੇ ਕੌਂਸਲਰ ਇੱਕ ਰਿਜ਼ੋਰਟ ਦੇ ਵਿੱਚ ਰੁਕੇ ਹੋਏ ਸੀਗੇ ਕੱਲ੍ਹ ਸ਼ਾਮ ਨੂੰ। ਇਸ ਖਿੱਤੇ ਦੀ ਰਾਜਨੀਤੀ ਕਾਫੀ ਬਦਲ ਰਹੀ ਹੈ। ਜਦੋਂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਮੈਂ ਆਮ ਆਦਮੀ ਪਾਰਟੀ ਲਈ ਪ੍ਰਚਾਰ ਨਹੀਂ ਕਰਾਂਗਾ, ਤੇ ਕਈ ਅਰਥ ਇਹਦੇ ਦੇਖਣ ਨੂੰ ਮਿਲਦੇ ਆ ਕਿ ਕਿੰਨੀਆਂ ਮਜਬੂਰੀਆਂ ਨੇ। ਉੱਧਰ ਵੱਡੇ ਆਗੂ ਕਾਂਗਰਸ ਵੱਲੋਂ ਉਮੀਦਵਾਰ ਹੋਣਗੇ, ਐਸੀਆਂ ਕਨਸੋਆਂ ਦੇ ਚੱਲਦਿਆਂ ਇਹਨਾਂ ਦੇ ਸਾਰੇ ਘਾਗ ਆਪਣੇ ਆਪ ਨੂੰ ਫੰਨੇ ਖਾ ਸਮਝਣ ਵਾਲੇ ਲੋਕ ਸਭਾ ਇਲੈਕਸ਼ਨ ਲੜਦੇ ਨਜ਼ਰ ਆਉਣਗੇ। ਇਹ ਸਵਾਲ ਵੀ ਅਹਿਮ ਆ। ਉੱਧਰ ਕਿਸਾਨਾਂ ਨੇ ਅੱਜ ਸਾਰੇ GT ਰੋਡਸ ਦੇ ਉੱਤੇ, ਨੈਸ਼ਨਲ ਹਾਈਵੇਜ਼ ਦੇ ਉੱਤੇ ਟਰੈਕਟਰ ਖੜੇ ਕਰਨੇ ਆ। ਇਹ ਗਿਣਤੀ ਹਜ਼ਾਰਾਂ ਦੇ ਵਿੱਚ ਹੋਣ ਦੀ ਉਮੀਦ ਹੈ। ਅੱਜ ਪੁਤਲੇ ਵੀ ਫੂਕੇ ਜਾਣੇ ਆ ਭੰਦੇਰ ਵਾਲੀ ਜਥੇਬੰਦੀ ਵੱਲੋਂ, ਤੇ ਨਾਲ ਦੀ ਨਾਲ WTO ਦੀ ਮੀਟਿੰਗ ਵੀ ਅਹਿਮ ਆ। ਕਿਸਾਨੀ ਸਤਰਕ ਹੋ ਰਹੀ ਆ, ਸੁਚੇਤ ਹੋ ਰਹੀ ਆ, ਐਜੂਕੇਟ ਹੋ ਰਹੀ ਆ। ਇਹਨਾਂ ਅੰਦੋਲਨਾਂ ਨੇ ਪੰਜਾਬ ਦੀ ਫਿਜ਼ਾ ਨੂੰ ਬਦਲਿਆ। ਸਿਆਸੀ ਦ੍ਰਿਸ਼ ਦੇ ਵਿੱਚ ਲੋਕ ਜਾਗਰੂਕਤਾ ਨਾਲ ਅੱਗੇ ਵੱਧਦੇ ਆ, ਲੀਡਰਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਂਦੇ। ਉੱਧਰ ਇੰਡੀਆ ਬਲੋਕ ਆਪਣੇ ਆਪ ਨੂੰ ਸਟਰੈਂਥਨ ਮਹਿਸੂਸ ਕਰ ਰਿਹਾ। ਇੰਡੀਆ ਬਲੋਕ ਦੇ ਵਿੱਚ ਅਖਿਲੇਸ਼ ਯਾਦਵ ਦਾ ਕੱਲ੍ਹ ਰਾਹੁਲ ਗਾਂਧੀ ਦੇ ਨਾਲ ਹੋਣਾ, UP ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਮਾਹੌਲ ਪੈਦਾ ਹੋ ਰਿਹਾ। ਬਹੁਤ ਸਾਰੀਆਂ TV ਡਿਬੇਟਸ ਇਸ ਗੱਲ ਦੀਆਂ ਸੂਚਕ ਨੇ ਨੈਸ਼ਨਲ ਲੈਵਲ ਤੇ। ਇਸ ਵਾਰੀ BJP ਨੂੰ ਥੋੜਾ ਸੰਕਟ ਵੱਧਦਾ ਲੱਗਦਾ, ਔਰ ਉਹ ਕੋਸ਼ਿਸ਼ ਕਰ ਰਿਹਾ ਕਿ ਉਹ ਹਰ ਜਗ੍ਹਾ ਜਿੱਥੇ ਵੀ ਲੀਕੇਜ ਹੈ ਉਹਨੂੰ ਬੰਦ ਕਰ ਦੇਣ। ਪਰ ਮਾਇਆਵਤੀ ਨੂੰ ਝਟਕਾ ਦੇ ਕੇ ਉਹਨਾਂ ਨੇ ਵਿੱਚ ਵਿਚਾਲੇ ਵਾਲੀ ਸਥਿਤੀ ਦੇ ਵਿੱਚ ਮਾਇਆਵਤੀ ਨੂੰ ਇੱਕ ਹੋਰ ਕਾਰਨਰ ਕਰਤਾ, ਇੱਕ ਹੋਰ ਪਾਸੇ ਨੂੰ ਧੱਕਤਾ ਹੈ। ਸਵਾਲ ਸਾਰੇ ਕਰਦੇ ਹਾਂ ਇਕੱਠੇ ਤੇ ਇਹਨਾਂ ਦੇ ਨਾਲ ਚੱਲਦੇ ਹਾਂ। ਵੈਸੇ ਜਦੋਂ ਰਾਜਾ ਵੜਿੰਗ ਕਹਿੰਦੇ ਨਾ ਕਿ ਇੱਕ ਟਿਕਟ ਇੱਕ ਪਰਿਵਾਰ, ਇਹ ਫਾਰਮੂਲਾ MP ਦੀਆਂ ਚੋਣਾਂ 'ਚ ਲਾਗੂ ਨਹੀਂ ਹੁੰਦਾ, ਇਹ ਤਾਂ ਅਸੈਂਬਲੀ ਲਈ ਹੈ। ਇੰਝ ਲੱਗਦਾ ਕਿ ਬਚ ਕੇ ਲੰਘਣ ਦਾ ਰਾਹ ਅਖਤਿਆਰ ਕੀਤਾ ਜਾ ਰਿਹਾ ਜੀ। ਸਾਨੂੰ ਨਾ ਲੜਾਓ, ਸਾਡੀਆਂ ਘਰ ਵਾਲੀਆਂ ਲੜਾ ਲਓ, ਗੱਲ ਤਾਂ ਇੱਕੋ ਹੀ, ਲੜਨੀ ਤਾਂ ਅਸੀਂ ਆ। ਪਰ ਸ਼ਾਇਦ ਇਹ ਤਾਂ ਇਸ ਵਾਰੀ ਹੋਵੇ ਨਾ। ਸਹਮੀਰ ਸਿੰਘ ਜੀ, ਬਹੁਤ ਸਾਰੀਆਂ ਖਬਰਾਂ ਨੇ, ਲੇਕਿਨ ਵਿਸਥਾਰ ਆਪਾਂ ਅੱਗੇ ਜਾ ਕੇ ਚੱਲਦੇ ਰਹਾਂਗੇ। ਸਵੇਰੇ ਸਵੇਰੇ ਜਿਹੜਾ ਸਭ ਤੋਂ ਅਹਿਮ ਮਾਮਲਾ ਹੈ ਕਿ ਇੱਕ ਵਾਰੀ ਫਿਰ ਕੇਜਰੀਵਾਲ ਨੇ ED ਦੇ ਪੇਸ਼ ਹੋਣ ਤੋਂ ਨਾ ਕਰਤੀ। ਉਹਨਾਂ ਦੇ ਬੁਲਾਰੇ ਦੇ ਲਫ਼ਜ਼ ਨੇ ਕਿ ਮਾਮਲਾ ਅਦਾਲਤ ਵਿੱਚ ਹੈ, ED ਕਾਹਲੀ ਤੁਹਾਨੂੰ ਕਾਹਦੀ ਹੈ, ਉਡੀਕ ਕਰ ਲਓ, 16 ਤਰੀਕ ਨੂੰ ਸੁਣਿਆ ਜਾਣਾ। ਲੇਕਿਨ ਨਾਲ ਦੀ ਨਾਲ ਉਹ ਇੱਕ ਲਾਈਨ ਦੇ ਵਿੱਚ ਆਪਣੀ ਸਟੇਟਮੈਂਟ ਦਿੰਦੇ ਆ, ਕਹਿੰਦੇ ਕਿ ਅਸੀਂ ਇੰਡੀਆ ਬਲੋਕ ਦਾ ਹਿੱਸਾ ਰਹਿਣਾ, ਭਾਜਪਾ ਕੋਸ਼ਿਸ਼ ਨਾ ਕਰੇ ਸਾਨੂੰ ਡਰਾਉਣ ਦੀ। ਮੈਂ ਗੱਲ ਤੋਰਨਾ ਚਾਹੂੰਗਾ ਜੀ। ਬਿਲਕੁਲ, ਇਸ ਤੋਂ ਪਹਿਲਾਂ ਤੋਂ ਇੱਕ ਲਾਈਨ ਉਹਨਾਂ ਨੇ ਪੋਲੀਟੀਕਲ ਅਡੋਪਟ ਕੀਤੀ ਹੈ, ਪੋਲੀਟੀਕਲ ਲਾਈਨ ਇਹ ਅਡੋਪਟ ਕੀਤੀ ਹੈ, ਪਬਲਿਕਲੀ ਇਹ ਦੱਸਿਆ ਜਾ ਰਿਹਾ ਵੀ ਹੋਰ ਕੋਈ ਗੱਲ ਨੀ, ਨਾ ਕੋਈ ਕਰਪਸ਼ਨ, ਨਾ ਕੋਈ ਗੱਲ, ਨਾ ਪੋਲਿਸੀ ਚ ਨੁਕਸ, ਸਾਨੂੰ ਟਾਰਗੇਟ ਕੀਤਾ ਜਾ ਰਿਹਾ ਪੋਲੀਟੀਕਲ ਤੌਰ ਤੇ। ਪਹਿਲਾਂ ਇੱਕ ਲੌਜਿਕ ਇਹ ਹੁੰਦਾ ਸੀ ਕਿ ਕੇਜਰੀਵਾਲ ਹੀ ਇਕੱਲਾ ਲੀਡਰ ਹੈ ਜਿਹੜਾ ਮੋਦੀ ਉਹਨਾਂ ਨੂੰ ਚੈਲੰਜ ਕਰ ਸਕਦਾ ਨੈਸ਼ਨਲ ਲੈਵਲ ਦੇ ਉੱਤੇ, ਜਿਹਦੇ ਤੋਂ ਡਰ ਆਉਂਦਾ, ਜਿਹੜਾ ਵੱਖ ਵੱਖ ਤਰ੍ਹਾਂ ਤੇ ਸਭ ਤੋਂ ਫਾਸਟੈਸਟ ਗਰੋਇੰਗ, ਸਾਡੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਪਾਰਟੀ ਹੈ, ਵੱਧ ਰਹੀ ਹੈ, ਔਰ ਅਸੀਂ ਇੰਨੇ ਸਾਲਾਂ ਚ ਨੈਸ਼ਨਲ ਪਾਰਟੀ ਬਣ ਗਏ ਹਾਂ, ਇਹ ਦਲੀਲ ਸੀ। ਚੱਲਦੇ ਚੱਲਦੇ ਫਿਰ ਉਹਨਾਂ ਨੂੰ ਅਹਿਸਾਸ ਹੋਇਆ ਵੀ ਇਕੱਲੇ ਸ਼ਾਇਦ ਇਹ ਦਲੀਲ ਤਾਂ ਨਹੀਂ ਚੱਲੇਗੀ, ਤੇ ਦਲੀਲ ਨਾਲ ਜੋੜਨੀ ਪਏਗੀ। ਫਿਰ ਇੰਡੀਆ ਅਲਾਇੰਸ ਦਾ ਸਿਸਟਮ ਡਿਵੈਲਪ ਹੋ ਗਿਆ ਹੌਲੀ 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 ਹੌਲੀ। ਉਹਦੇ ਚ ਵੀ ਪਹਿਲਾਂ ਹਬਨਮਿੰਗ ਰਹੀ, ਕਦੇ ਕਿਸੇ ਢੰਗ ਨਾਲ, ਕਦੇ ਕਿਸੇ ਢੰਗ ਨਾਲ, ਫਿਰ ਹੌਲੀ ਹੁਣ ਉਹਨਾਂ ਨੇ ਲਗਾਤਾਰ ਇਹੀ ਕੀਤਾ, ਦੋ ਗੱਲਾਂ ਕੀਤੀਆਂ ਨੇ ਲਗਾਤਾਰ ਦੁਬਾਰਾ।
ਇੱਕ ਤਾਂ ਭਰੋਸੇ ਦਾ ਵੋਟ ਲੈ ਲਿਆ ਦੁਬਾਰਾ ਆਪਣੀ ਅਸੈਂਬਲੀ ਦੇ ਵਿੱਚ, ਜਿਹੜਾ ਕਿ ਨਵਾਂ ਵਰਤਾਰਾ ਪਹਿਲਾਂ ਪੰਜਾਬ 'ਚ ਵੀ ਲੈ ਲਿਆ ਸੀ ਤੇ ਉੱਥੇ ਵੀ ਆਪਰੇਸ਼ਨ ਲੋਟਸ ਚੱਲ ਰਿਹਾ ਸੀ, ਦੁਬਾਰਾ ਆਪਰੇਸ਼ਨ ਲੋਟਸ ਦੀ ਗੂੰਜ ਵੀ ਸੁਣਾਈ ਦਿੱਤੀ ਕਿ ਸ਼ਾਇਦ 25-25 ਕਰੋੜ ਰੁਪਇਆ MLA ਦਾ ਲੈ ਕੇ ਫਿਰਦੇ ਨੇ ਪਰ ਬੰਦੇ ਸਾਡੇ ਨਾਲ ਨੇ। ਤੇ ਹੁਣ ਉਹਨਾਂ ਨੂੰ ਸਪੋਰਟ ਦੇ ਤੌਰ ਤੇ ਇੱਕ ਗੱਲ ਹੋਰ ਵੀ ਲੱਗ ਰਹੀ ਹੈ ਫਿਰ ਕਿ ਜਿਹੜਾ ਇੰਡੀਆ ਅਲਾਇੰਸ ਸਾਨੂੰ ਇਹਦੇ ਤੋਂ ਅਲੱਗ ਕਰਨ ਲਈ ਦਬਾਅ ਪਾਇਆ ਜਾ ਰਿਹਾ, ਸਾਡੇ ਤੇ ਸਾਨੂੰ ਇਸ ਲੈਵਲ ਦਾ ਥ੍ਰੈਟ ਵੀ ਕੀਤਾ ਜਾ ਰਿਹਾ ਵੱਖ ਵੱਖ ਮਾਮਲਿਆਂ ਦੇ ਵਿੱਚ। ਇਹ ਗੱਲਾਂ ਜਿਵੇਂ ਸਾਡੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਕਿਹਾ ਸੀ ਨਾ ਕਿ ਸਾਡੇ ਤੇ ਵੀ ਦਬਾਅ ਪਾਇਆ ਜਾ ਰਿਹਾ, ਮੈਂ ਕੁਰਸੀ ਨਸ਼ਾਵਰ ਕਰ ਦਊਂਗਾ ਇਹੋ ਜਿਹਾ ਕਿੰਨੀਆਂ ਕੁਰਸੀਆਂ ਮਤਲਬ ਲੋਕਾਂ ਲਈ, ਪੰਜਾਬ ਦਿਆਂ ਲਈ, ਕਿਸਾਨਾਂ ਲਈ। ਉਵੇਂ ਸ਼ਾਇਦ ਉੱਥੇ ਕੇਜਰੀਵਾਲ ਨੂੰ ਹੀ ਕਹਿ ਰਹੇ ਨੇ ਕਿ ਜੀ ਜੋ ਮਰਜ਼ੀ ਹੋ ਜਾਏ ਜੇਲ੍ਹ ਚਲੇ ਜਾਈਏ, ਜਿੱਥੇ ਮਰਜ਼ੀ ਹੈ ਅਸੀਂ ਇੰਡੀਆ ਅਲਾਇੰਸ ਛੱਡਾਂਗੇ ਨਹੀਂ। ਹਾਲਾਂਕਿ ਨੋਰਮਲੀ ਜਿਹੜਾ ਇੱਕ ਵੈਲਿਊ ਸਿਸਟਮ ਹੈ ਸਾਨੂੰ ਪਤਾ ਹੈ ਕਿ ਕਦ ਇੰਡੀਆ ਅਲਾਇੰਸ ਰੱਖਣਾ ਕਦ ਨਹੀਂ ਰੱਖਣਾ, ਜੇ ਸੂਟ ਕਰਦਾ ਰੱਖਿਆ ਜਾਂਦਾ ਜੇ ਨਹੀਂ ਕਰਦਾ ਨਹੀਂ ਰੱਖਿਆ ਜਾਂਦਾ। ਪੋਲੀਟਿਕਸ ਦਾ ਵੈਲਿਊ ਸਿਸਟਮ ਓਡਾ ਕੀ ਹੈ ਜੇ ਸਾਡੇ ਬਣਿਆ ਹੋਇਆ ਉਹ ਤਾਂ, ਪਰ ਇੱਕ ਢਾਲ ਜ਼ਰੂਰ ਬਣ ਸਕਦਾ ਹੈ ਔਰ ਬਣਿਆ ਇਲੈਕਸ਼ਨ ਦੇ ਵਿੱਚ ਇੱਕ ਕੰਪੇਨ ਦਾ ਉਹ ਬੜਾ ਵੱਡਾ ਸਾਧਨ ਹੋ ਸਕਦਾ ਹੈ ਉਸ ਪੱਧਰ ਦੇ ਉੱਤੇ ਜਾ ਕੇ। ਔਰ ਹੁਣ ਸੱਤਵਾਂ ਸੰਮਣ ਸੀ ED ਦਾ ਜਿਹੜਾ ਅੱਜ ਕੇਜਰੀਵਾਲ ਉਹਨਾਂ ਨੂੰ ਗਿਆ ਹੋਇਆ। ਇੱਕ ਦੋ ਸਵਾਲ ਜ਼ਰੂਰ ਕੇਜਰੀਵਾਲ ਤੇ ਸਧਾਰਨ ਬੰਦਿਆਂ ਦੇ ਮਨ ਚ ਆਉਂਦੇ ਨੇ ਜਿਹੜੇ ਵੀ ਨੇ ਕਿ ਜੇ ਇਹੀ ਸਖ਼ਤ ਸਟੈਂਡ ਇਹ ਰੁੱਖ ਰੱਖਣਾ ਸੀ ਤਾਂ ਇਹ ਮਨੀਸ਼ ਸਿਸੋਦੀਆ ਦੇ ਮਾਮਲੇ, ਸੰਜੇ ਸਿੰਘ ਦੇ ਮਾਮਲੇ ਚ ਤਾਂ ਵੱਖ ਵੱਖ ਮਾਮਲਿਆਂ ਚ ਰੱਖਿਆ ਜਾ ਸਕਦਾ ਸੀਗਾ। ਇਸੇ ਢੰਗ ਨਾਲ ਚੱਲਦੇ ਜੇਕਰ ਉਹ ਨਾ ਕੋਆਪਰੇਟ ਕਰਦੇ, ਪਹਿਲਾਂ ਕਹਿੰਦੇ ਵੀ ਇਹ ਸ਼ੇਰ ਹੈ ਮਨੀਸ਼ ਸਿਸੋਦੀਆ ਡਰਦਾ ਨਹੀਂ, ਜਾ ਕੇ ਕੋਆਪਰੇਟ ਕਰੇਗਾ, ਜਿੰਨੇ ਵਾਰ ਬੁਲਾਓਗੇ ਉਨੇ ਵਾਰ ਜਾਵਾਂਗੇ, ਤੇ ਉਦੋਂ ਬਾਅਦ ਤੁਸੀਂ ਇਹ ਕਹਿ ਦਿੱਤਾ ਕਿ ਇਹ ਇਲੀਗਲ ਸਮਝਣ ਨੇ, ਇਹਦਾ ਮਤਲਬ ਕੀ ਹੈ? ਮੰਨ ਲਿਆ ਕਿ ਜਿਹੜੇ ਉਹਨਾਂ ਨੂੰ ਆਏ ਸੰਮਣ ਸੀ ਉਹ ਲੀਗਲ ਸੀਗੇ, ਤਾਂ ਫਿਰ ਤਾਂ ਉਹ ਐਕਸਾਈਜ਼ ਪਾਲਿਸੀ ਦੇ ਮੁਤਾਬਕ ਫਲਾਨਾ ਜਿਵੇਂ ਸੋਚਿਆ ਉਹਨੂੰ ਕਿਹੜਾ ਇਹ ਦੱਸਿਆ ਹੋਣਾ ਵੀ ਤੈਨੂੰ ਅਕਿਊਜ਼ਡ ਦੇ ਤੌਰ ਤੇ, DPCM ਦੇ ਤੌਰ ਤੇ, ਜਾਂ ਕਿਹੜੇ ਤੌਰ ਤੇ ਬੁਲਾਇਆ ਹੋਣਾ? ਸੰਮਣ ਤਾਂ ਸੰਮਣ ਹੀ ਨੇ ਉਹ ਜੀ, ਲਗਭਗ ਇੱਕ ਉਸ ਲੈਵਲ ਦੇ ਉੱਤੇ ਜਾਂਦੇ ਨੇ। ਇਹ ਚੀਜ਼ਾਂ ਹੈਗੀਆਂ ਨੇ, ਪਰ ਇੱਕ ਗੱਲ ਜ਼ਰੂਰ ਹੈ, ਇਹ ਗੱਲ ਵੀ ਲਗਾਤਾਰ ਚੱਲ ਰਹੀ ਹੈ ਕਿ ਜਿਹੜਾ ਮਿਸਯੂਜ ਹੈ ਏਜੰਸੀ ਦਾ ਉਹ ਵੀ ਉਹਦੀ ਦੁਰਵਰਤੋਂ ਬੜੇ ਵੱਡੇ ਪੱਧਰ ਤੇ ਹੋ ਹੀ ਰਹੀ ਹੈ, ਖਾਸ ਤੌਰ ਤੇ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਤਿਵੇਂ ਤਿਵੇਂ ਜ਼ਿਆਦਾ ਆ ਰਹੀਆਂ ਨੇ। ਇਹਨਾਂ ਦਿਨਾਂ ਚ ਜਿਹੜੀ ਵੀ ਲੀਡਰਸ਼ਿਪ ਏਜੰਸੀ ਦੇ ਮੁਕਾਬਲੇ ਉਹ ਉਹਨੇ ਉਹ ਕ੍ਰਾਈਮ ਕੀਤਾ ਨਹੀਂ ਕੀਤਾ ਇਹ ਅਲੱਗ ਗੱਲ, ਜਿਹੜੀ ਥੋੜੀ ਜਿਹੀ ਮੈਨੂੰ ਲੱਗਦਾ ਛਾਤੀ ਤਾੜ ਕੇ ਖੜ ਜੂਗੀ ਤਾਂ ਲੋਕਾਂ ਦੇ ਸਾਹਮਣੇ ਉਹਦਾ ਇੱਕ ਰਿਕਾਰਡ ਬਣ ਜਾਂਦਾ ਕਿਸੇ ਨਾ ਕਿਸੇ ਰੂਪ ਚ ਵੋਟਰਾਂ ਦੇ ਸਾਹਮਣੇ ਕਿ ਲੀਡਰ ਤਾਂ ਤਕੜਾ ਹੈ। ਜਿਵੇਂ ਤੇਜਸਵੀ ਯਾਦਵ ਹੋਣੀ ਤੇ ਲਾਲੂ ਹੋਣੀ ਖੜੇ ਨੇ ਨਾ, ਅਗਲਾ ਕਹਿੰਦਾ ਖੜਾ ਯਾਰ ਲੀਡਰ ਤਾਂ ਠੀਕ ਹੈ, ਜਿਵੇਂ ਮਹੁਆ ਮਿੱਤਰਾ ਔਰ ਆਪਣੇ ਮਮਤਾ ਬੈਨਰਜੀ ਦੀ ਪਾਰਟੀ ਉਹ ਇਹਨਾਂ ਗੱਲਾਂ ਚ ਖੜੀ ਹੈ, ਜਿੱਥੇ ਜਿੱਥੇ ਕਿਤੇ ਉਹੋ ਜਿਹਾ ਮਾਹੌਲ ਬਣ ਰਿਹਾ। ਔਰ ਉਹ ਈਵਨ ਸ਼ਿਵ ਸੈਨਾ ਵਾਲੇ ਬਾਲ ਠਾਕਰੇ ਵਾਲੇ ਵੀ ਜਿਹੜੇ ਉਹਨਾਂ ਦੇ ਸਪੋਕਸ ਪਰਸਨ ਨੇ ਸੰਜੇ ਰਾਊਤ, ਉਹ ਸਾਰਿਆਂ ਦੇ ਸਾਹਮਣੇ ਕੁਝ ਬੰਦੇ ਨੇ ਜਿਹੜੇ ਆਈਡੈਂਟੀਫਾਈ ਹੁੰਦੇ ਨੇ ਵੀ ਯਾਰ ਠੀਕ ਹੈ ਜੀ ਇਹ ਬੰਦੇ ਖੜੇ ਨੇ ਉਸ ਪੱਧਰ ਦੇ ਉੱਤੇ। ਲੜਾਈ ਜਿਹੇ ਜਿਹੇ ਕੀ ਹੈਗੀ ਹੈ, ਪਰ ਸਭ ਤੋਂ ਬੜਾ ਕੁਐਸਚਨ ਇੱਕੋ ਹੀ ਹੈ ਕਿ ਇੱਕ ਤਾਂ ਇਹ ਸਾਰੇ ਕੇਸ ਇਕੱਲੇ ਵਿਰੋਧੀਆਂ ਦੇ ਹੀ ਕਿਉਂ ਆਉਂਦੇ ਨੇ, ਬਾਕੀ ਦੇ ਕਿਉਂ ਨਹੀਂ ਆਉਂਦੇ ਜਿਹੜੇ ਭਾਜਪਾ ਦੇ ਨਾਲ ਜੁੜੇ ਹੋਏ ਬੰਦੇ ਨੇ। ਦੂਜਾ ਇਹ ਹੈ ਕਿ ਜੇ ਵਿਰੋਧੀ ਵੀ ਜਿਵੇਂ ਬਾਕੀ ਚਲੇ ਗਏ ਨੇ, ਸੋਨੀਆ ਗਾਂਧੀ ਚਲੀ ਗਈ, ਰਾਹੁਲ ਗਾਂਧੀ ਚਲੇ ਗਏ, ਜੇ ਵਿਰੋਧੀ ਵੀ ਉਵੇਂ ਜਾ ਕੇ ਕਰ ਲਓ ਕੀ ਕਰਦੇ ਹੋ, ਉਹ ਸਪਸ਼ਟ ਲਾਈਨ ਲੈਣ ਇਸ ਮਾਮਲੇ ਦੇ ਵਿੱਚ, ਤਾਂ ਸ਼ਾਇਦ ਜ਼ਿਆਦਾ ਤਰੀਕਾ ਉਹਨਾਂ ਦਾ ਵੀ ਕਿੰਨਾ ਕੁ ਚਿਰ ਹਟ ਜਾਣਗੇ, ਥੋੜਾ ਬਹੁਤ ਕਰਕੇ ਕਿੰਨਾ ਕੁ ਚਿਰ ਚੱਲੂਗਾ ਉਹਦੀ ਦੁਰਵਰਤੋਂ ਕਿੰਨਾ ਕੁ ਚਿਰ ਹੋਏਗੀ। ਇਹ ਅਜੇ ਕਨਫਿਊਜ਼ਨ ਥੋੜੇ ਥੋੜੇ ਪਰਸਨ ਵਾਈਜ਼ ਪਰਸਨ ਵੱਖਰੇ ਵੱਖਰੇ ਨੇ, ਵਿਅਕਤੀ ਤੋਂ ਵਿਅਕਤੀ ਇਹਨੂੰ ਕਰਦੇ ਨੇ। ਵੈਸੇ ਸਵਾਲ ਤਾਂ ਇਹ ਵੀ ਖੜਾ ਹੁੰਦਾ ਹੈ ਕਿ ਕੇਜਰੀਵਾਲ ਸਾਹਿਬ ਟਲ ਰਹੇ ਨੇ, ਲਗਾਤਾਰ ਟਲ ਰਹੇ ਨੇ, ਕੀ ਉਹਨਾਂ ਦੀ ਗ੍ਰਿਫਤਾਰੀ ਹੋ ਜਾਊਗੀ?
ਕੱਲ ਉਹਨਾਂ ਨੇ ਇੱਕ ਬੜੀ ਭਾਵਕ ਸਪੀਚ ਦਿੱਤੀ ਆ, ਦਿੱਲੀ ਦੇ ਲੋਕਾਂ ਨੂੰ ਐਡਰੈਸ ਕੀਤਾ ਉਹਨਾਂ ਨੇ, ਔਰ ਇੰਜ ਲੱਗ ਰਿਹਾ ਸੀ ਕਿ ਜਿਵੇਂ ਕੇਜਰੀਵਾਲ ਨੂੰ ਇਹ ਅਹਿਸਾਸ ਹੈ ਕਿ ਮੈਨੂੰ ਕਿਸੇ ਵੇਲੇ ਵੀ ਫੜਿਆ ਜਾ ਸਕਦਾ, ਮੇਰੀ ਗ੍ਰਿਫਤਾਰੀ ਹੋ ਸਕਦੀ ਹੈ। ਇਸ ਵੇਲੇ ਜੋ ਹਾਲਾਤ ਬਣੇ ਹੋਏ ਆ, ਇਸ ਸੰਮਨ ਨੂੰ ਨਾ ਕਰਨ ਤੋਂ ਬਾਅਦ ਕੀ ਸੰਭਾਵਨਾਵਾਂ ਵੱਧ ਗਈਆਂ? ਈਡੀ ਵੇਟ ਕਰੇਗੀ ਕੋਰਟ ਦੇ ਕਿਸੇ ਫੈਸਲੇ ਦਾ, ਕਿਉਂਕਿ ਪਿਛਲੀ ਪੇਸ਼ੀ ਉਹਨਾਂ ਨੇ ਕਹਿ ਕੇ ਕਿਹਾ ਸੀ ਕਿ ਮੇਰਾ ਸੈਸ਼ਨ ਹੈ। ਉਸ ਦਿਨ ਉਹਨਾਂ ਨੇ ਉੱਥੇ ਸਪੀਚ ਵੀ ਦਿੱਤੀ ਬੜੀ ਵੱਡੀ, ਔਰ ਉਸ ਦਿਨ ਉਹਨਾਂ ਨੇ ਉੱਥੋਂ ਟਾਈਮ ਲੈ ਲਿਆ ਸੀ, ਵੀਡੀਓ ਕਾਨਫਰੰਸਿੰਗ ਰਾਹੀਂ ਉਹ ਪੇਸ਼ ਹੋ ਗਏ ਸੀਗੇ, ਤੇ ਅਦਾਲਤ ਨੇ 16 ਤਰੀਕ ਨੂੰ ਉਹਨਾਂ ਨੂੰ ਨਿੱਜੀ ਤੌਰ ਤੇ ਆਉਣ ਲਈ ਕਿਹਾ। ਹੁਣ 16 ਤੋਂ ਪਹਿਲਾਂ ਇਹ ਸਾਫ਼ ਲਫ਼ਜ਼ਾਂ 'ਚ ਕਿਹਾ ਤਾਂ ਉਹਨਾਂ ਨੇ ਹੈਗਾ ਕਿ ਤੁਸੀਂ ਉਡੀਕ ਕਰ ਲਓ 16 ਦੀ। ਤੇ ਇਹਦੇ ਵਿੱਚ ਇੱਕ ਸਵਾਲ ਜਿਹੜਾ ਸਭ ਤੋਂ ਵੱਡਾ ਹੈ ਕਿ ਕੇਜਰੀਵਾਲ ਸਾਹਿਬ ਜਦੋਂ ਇਸ ਐਕਸਾਈਜ਼ ਪਾਲਿਸੀ ਨੂੰ ਲੈ ਕੇ ਆਏ ਤਾਂ ਫਿਰ ਇਹ ਜਦੋਂ ਰੌਲਾ ਪੈ ਗਿਆ, ਸ਼ਿਕਾਇਤਾਂ ਹੋ ਗਈਆਂ, ਇਹ ਵਾਪਸ ਕਿਉਂ ਲਈ ਗਈ? ਆਮ ਜਨ ਸਧਾਰਨ ਦੇ ਮਨ 'ਚ ਇਹੋ ਹੀ ਸਵਾਲ ਉੱਠਦਾ ਹੈ ਕਿ ਜੇਕਰ ਤੁਸੀਂ ਠੀਕ ਸੀ ਤਾਂ ਫਿਰ ਖੜੇ ਰਹਿੰਦੇ, ਨੀਤੀ ਬਣਾਉਣਾ ਤੁਹਾਡਾ ਹੱਕ ਸੀਗਾ, ਨੀਤੀ ਤੁਸੀਂ ਬਣਾ ਵੀ ਸਕਦੇ ਹੋ, ਲਾਗੂ ਵੀ ਕਰ ਸਕਦੇ ਹੋ, ਤੁਹਾਨੂੰ ਚੁਣੇ ਹੋਏ ਇੱਕ ਨੁਮਾਇੰਦੇ ਦੇ ਤੌਰ ਤੇ ਇੱਕ ਜਿਹੜੀ ਮੰਤਰੀ ਮੰਡਲ ਹੈ ਉਹਨੂੰ ਅਖਤਿਆਰ। ਹੁਣ ਇਸ ਵੇਲੇ ਤੁਸੀਂ ਉੱਤੇ ਖੜੇ ਨਹੀਂ, ਹੁਣ ਤੁਸੀਂ ਇੱਧਰ ਜਾ ਨਹੀਂ ਰਹੇ। ਇੱਕ ਜਿਹੜੀ ਇੱਕ ਮੈਂ ਛੋਟੀ ਜਿਹੀ ਤੁਹਾਡੇ ਤੋਂ ਇਹ ਸਮਝ ਲੈਣਾ ਚਾਹੁੰਦਾ ਹੈ ਸਰਦਾਰ ਹਮੀਰ ਸਿੰਘ ਜੀ, ਕਿ ਕੀ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਇਸ ਵੇਲੇ ਜੋ ਹਾਲਾਤ ਬਣੇ ਹੋਏ ਆ, ਕੋਰਟ ਨੂੰ ਨਜ਼ਰਅੰਦਾਜ਼ ਕਰਕੇ, ਕਿਉਂਕਿ ਕੋਰਟ ਨੇ ਕੋਈ ਸਟੇਅ ਤਾਂ ਲਾਇਆ ਨਹੀਂ ਕਿ ਤੁਸੀਂ ਇਹਨਾਂ ਨੂੰ ਫੜ ਨਹੀਂ ਸਕਦੇ। ਉਹ ਤਾਂ ਉਹਨਾਂ ਨੇ ਪਲੀ ਲਈ ਸੀਗੀ ਕਿ ਸਾਡੇ ਸੰਮਨਸ ਨੂੰ ਇਹ ਸਨਮਾਨ ਨਹੀਂ ਦੇ ਰਹੇ, ਆ ਨਹੀਂ ਰਹੇ, ਤੇ ਕੋਰਟ ਨੇ ਅਗਲੀ ਤਰੀਕ ਪਾਈ ਹੋਈ ਹੈ, ਦਰਮਿਆਨ ਚ ਗ੍ਰਿਫਤਾਰੀ ਹੋ ਸਕਦੀ ਹੈ? ਜਿਹੜਾ ਤਾਂ ਨਾਰਮਲ ਕਾਮਨ ਸੈਂਸ ਹੁੰਦਾ, ਲੱਗਦਾ ਇਹ ਹੈ ਕਿ ਵੀ ਹੋ ਸਕਦਾ 16 ਤੱਕ ਗ੍ਰਿਫਤਾਰੀ ਨਾ ਹੋਵੇ, ਕਿਉਂਕਿ ਕੱਲ ਨੂੰ ਬੰਦਾ ਵੀ ਕਹੂ ਕੋਰਟ ਚ ਜਾ ਕੇ ਇਹਨਾਂ ਦੀ ਧਿਰ ਤੰਗ ਹੋਊਗੀ, ਉਹ ਵਕੀਲ ਵੀ ਜਾਂ ਤੁਹਾਡੇ ਕੋਲ ਆਉਣਾ ਹੀ ਸੀ 4 ਦਿਨ ਨਾਲ, ਜਿਹੜਾ ਕੇਜਰੀਵਾਲ ਭੱਜ ਚੱਲਿਆ ਸੀ ਕਿਤੇ ਜਾਂ ਵੱਖ ਵੱਖ, ਤਾਂ ਕੋਰਟ ਦਾ ਸਨਮਾਨ ਰੱਖਣਾ ਚਾਹੀਦਾ ਸੀ। ਦੋਨੇ ਧਿਰਾਂ ਤੇ ਹੀ ਇਹ ਕਈ ਵਾਰ ਗੱਲ ਲਾਗੂ ਹੁੰਦੀ ਹੈ, ਜੇ ਤੁਸੀਂ ਚਲੇ ਹੀ ਗਏ ਹੋ ਕੋਰਟ ਦੇ ਵਿੱਚ ਤਾਂ ਕੋਰਟ ਦਾ ਸਨਮਾਨ ਰੱਖਣਾ ਚਾਹੀਦਾ ਸੀ। ਪਰ ਨਾਰਮਲੀ ਇਹ ਗੱਲਾਂ ਕਈ ਵਾਰ ਵਾਪਰ ਵੀ ਜਾਂਦੀਆਂ ਨੇ, ਅਰੈਸਟ ਕਰ ਲਏ, ਸਟੇਅ ਤਾਂ ਹੈ ਨਹੀਂ ਜਿਵੇਂ ਤੁਸੀਂ ਕਿਹਾ। ਤਾਂ ਅੱਜ ਕੱਲ੍ਹ ਜਿਹੜੀਆਂ ਸਰਕਾਰਾਂ ਇਹੋ ਜਿਹੇ ਵੈਲਿਊ ਸਿਸਟਮ, ਇਹੋ ਜਿਹੇ ਧਿਆਨ ਵਾਲੇ ਰੱਖ ਨਹੀਂ ਰਹੀਆਂ, ਜਿਹੜਾ ਹੁਣ ਪ੍ਰੈਕਟਿਸ ਚੱਲ ਰਹੀ ਹੈ। ਤੇ ਜੇ ਉਸ ਪ੍ਰੈਕਟਿਸ ਨੂੰ ਦੇਖ ਕੇ ਉੱਪਰੋਂ ਪੋਲੀਟੀਕਲ ਬੌਸਿਸ ਦਾ ਆਉਂਦਾ ਕਿ ਨਹੀਂ ਇੰਨਾ ਸਮਾਂ ਨਹੀਂ ਲਗਾਉਣਾ, ਕੁਝ ਕਰਨਾ ਜਾਂ ਜੋ ਵੀ ਤਰੀਕਾ ਹੈ, ਤਾਂ ਮੈਨੂੰ ਲੱਗਦਾ ਕਿ ਇਹ ਗੱਲਾਂ ਹੋ ਵੀ ਸਕਦੀਆਂ ਨੇ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਤੇ ਜਾਂ ਤਾਂ ਕੋਰਟ ਦੀ ਸਟੇਅ ਹੁੰਦੀ, ਫਿਰ ਤਾਂ ਪੱਕੀ ਬਾਰ ਹੁੰਦੀ। ਹੁਣ ਤਾਂ ਐਥਿਕਸ ਦੇ ਸਵਾਲ ਨੇ ਜਿਹੜੇ ਉਸ ਲੈਵਲ ਦੇ ਹੁੰਦੇ ਹੁੰਦੇ, ਐਥਿਕਸ ਡਿਫਰੈਂਟ ਟਾਈਪ ਦੀ ਪੋਲੀਟੀਕਲ ਧਿਰਾਂ ਦੇ ਵਿੱਚ ਕਿੰਨੀ ਕੁ ਬਚੀ ਹੋਈ ਹੈ। ਐਥਿਕਸ ਤਾਂ ਸਾਡੇ ਸਾਹਮਣੇ ਆ, ਤੁਸੀਂ ਦੇਖ ਲਓ ਜਿਸ ਲੈਵਲ ਦੇ ਬੈਰੀਕੇਡ ਨੇ, ਜਿਸ ਲੈਵਲ ਦੇ ਪੈਲਟਿੰਗ ਗੰਜ ਨੇ, ਜਿਸ ਲੈਵਲ ਦੇ ਥਰੂ ਗਏ ਨੇ ਸਧਾਰਨ ਬੰਦਿਆਂ ਤੇ। ਇਹ ਐਥਿਕਸ ਹੀ ਹੁੰਦੇ ਨਾ, ਤੁਸੀਂ ਆਪਣੇ ਨਾਗਰਿਕਾਂ ਨਾਲ ਡੀਲ ਕਿਵੇਂ ਕਰਨਾ, ਜਾਂ ਵਿਰੋਧੀਆਂ ਨਾਲ ਡੀਲ ਕਿਵੇਂ ਕਰਨਾ, ਕਿਹੋ ਜਿਹੀ ਸਭਿਅਕ ਕੋਈ ਵਿਵਹਾਰ ਕਰਨਾ ਜਾਂ ਨਹੀਂ ਕਰਨਾ, ਜਾਂ ਬਸ ਟੈਰਰ ਕ੍ਰੀਏਟ ਕਰਨਾ। ਜਦੋਂ ਉਹ ਹੋ ਜਾਣ ਤਾਂ ਮੇਰੇ ਖਿਆਲ ਨਾਲ ਪਰਮਾਨੈਂਟਲੀ ਕਿਹਾ ਨਹੀਂ ਕੁਝ ਜਾ ਸਕਦਾ, ਦੋਨੇ ਚ ਮਾਇੰਡ ਉਹਨਾਂ ਦੇ ਅਪਲਾਈ ਹੋਣਾ ਤੇ ਉਹਨਾਂ ਨੇ ਐਕਸ਼ਨ ਕਰਨਾ। ਵੈਸੇ ਸਰ ਹਮੀਰ ਸਿੰਘ ਜੀ, ਜੋ ਸਥਿਤੀ ਆ ਰਾਜ ਸੀ ਪੋਲੀਟੀਕਲ ਜੋ ਸਥਿਤੀ ਆ, ਕਿਉਂਕਿ ਫੈਸਲੇ ਤਾਂ ਜੇ ਆਮ ਤੌਰ ਤੇ ਦੋਸ਼ ਲੱਗਦੇ ਆ ਵਿਰੋਧੀਆਂ ਦੇ ਕਿ ਇਹ ਟੋਟਲ ਪੋਲੀਟੀਕਲ ਵੰਡੇਟਾ ਹੈ, ਔਰ ਇਹ ਲੋੜ ਅਨੁਸਾਰ ਕਿਹਦੇ ਖਿਲਾਫ ਕਦੋਂ ਕੀ ਵਰਤਿਆ ਜਾਣਾ ਉਹਦੇ ਲਈ ਬਚਾ ਕੇ ਰੱਖੇ ਹੁੰਦੇ ਹਥਿਆਰ, ਜੇਕਰ ਇਸ ਵੇਲੇ ਪੋਲੀਟੀਕਲੀ ਉਹ ਦੋਸ਼ਾਂ ਨੂੰ ਠੀਕ ਮੰਨ ਲਈਏ ਤੇ ਪੋਲੀਟੀਕਲੀ ਹਾਲਾਤ ਜੋ ਬਣੇ ਹੋਏ ਆ, ਗ੍ਰਿਫਤਾਰੀ ਕਰਨੀ, ਦਿੱਲੀ ਦੀਆਂ 7 ਸੀਟਾਂ ਨੇ, ਗੁਜਰਾਤ ਵਿੱਚ ਵੀ 2 ਜਗ੍ਹਾ ਦੇ ਉੱਤੇ ਇਹਨਾਂ ਨੇ ਲੜਨਾ, ਹਰਿਆਣੇ 'ਚ ਵੀ ਇੱਕ ਜਗ੍ਹਾ 'ਤੇ ਲੜਨਾ, ਦਿੱਲੀ ਦੀਆਂ 7 ਸੀਟਾਂ ਬਹੁਤ ਅਹਿਮ ਨੇ, ਗੱਠਜੋੜ ਇਹਨਾਂ ਦਾ ਹੋ ਚੁੱਕਿਆ। ਤੁਹਾਨੂੰ ਲੱਗਦਾ ਹੈ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਜਿਸ ਤਰ੍ਹਾਂ ਦਾ
ਜਿਸ ਤਰ੍ਹਾਂ ਦੀ ਉੱਥੇ ਦੀ ਪਾਪੂਲੇਸ਼ਨ ਹੈ, ਜਿਸ ਤਰ੍ਹਾਂ ਦੇਸ਼ ਭਰ ਚੋਂ ਆ ਕੇ ਲੋਕ ਵਸੇ ਹੋਏ ਆ, ਕੋਈ ਇੱਕ ਖਾਸ ਤਰ੍ਹਾਂ ਦਾ ਉੱਥੇ ਪੈਟਰਨ, ਵੋਟ ਪੈਟਰਨ ਤਾਂ ਹੁੰਦਾ ਨਹੀਂ ਹੈ। ਹਾਲਾਂਕਿ ਇਹ ਵੋਟ ਪੈਟਰਨ ਰਿਹਾ ਜੇ ਪਿਛਲੀਆਂ ਦੋ ਤਿੰਨ ਇਲੈਕਸ਼ਨਾਂ 'ਚ ਦੇਖੀਏ ਕਿ ਉੱਪਰ ਸਾਰੇ ਮੋਦੀ ਨੂੰ ਚਲੇ ਜਾਂਦੇ, ਭੁਗਤ ਜਾਂਦੇ, ਥੱਲੇ ਸਾਰੇ ਕੇਜਰੀਵਾਲ ਨੂੰ ਭੁਗਤ ਜਾਂਦੇ। ਸੋ ਇਸ ਸਥਿਤੀ ਦੇ ਵਿੱਚ ਗ੍ਰਿਫਤਾਰੀ ਪੋਲੀਟੀਕਲ ਨਜ਼ਰੀਏ ਤੋਂ ਫਾਇਦੇ ਨੁਕਸਾਨ ਵਾਲੀ ਇਹ ਵੀ ਸੋਚ ਸੋਚੀ ਜਾ ਰਹੀ ਹੋਊਗੀ, ਤੇ ਇਹਦੇ ਨਾਲ ਹਮਦਰਦੀ ਵੀ ਮਿਲ ਸਕਦੀ ਕੇਜਰੀਵਾਲ ਨੂੰ ਜੇ ਇੰਜ ਵਾਪਰ ਜਾਂਦਾ ਤਾਂ। ਬਿਲਕੁਲ, ਦੋਨੋਂ ਤਰ੍ਹਾਂ ਦੀਆਂ ਗਵਰਨਮੈਂਟਾਂ ਕੋਲ ਸੂਚਨਾਵਾਂ ਹੁੰਦੀਆਂ ਨੇ। ਇੱਕ ਗੱਲ ਡਿਮੋਰਲਾਈਜੇਸ਼ਨ ਵੀ ਆ ਜਾਂਦੀ ਹੈ ਜਦੋਂ ਤੁਸੀਂ ਟੌਪ ਲੀਡਰ ਫੜਦੇ ਹੋ, ਵੀ ਉਹੋ ਜਿਹੇ ਸਮੇਂ ਜਦੋਂ ਕੰਪੇਨ ਚਲਾਉਣੀ ਆ। ਬਾਕੀ ਗੱਲਾਂ ਨੇ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਦੋ ਥੋੜੇ ਜਿਹੇ ਦਬੰਗੀ ਵਾਲੇ ਲੀਡਰ ਸੀ, ਉਹ ਵੀ ਅੰਦਰ ਨੇ, ਤੇ ਉਦੋਂ ਸੈਕਿੰਡ 'ਚ ਉਸ ਪੱਧਰ ਦਾ ਕੋਈ ਲੀਡਰ ਦਿਖਾਈ ਨਾ ਦੇਵੇ ਤਾਂ ਨਿਰਾਸ਼ਤਾ ਵੀ ਆ ਜਾਂਦੀ ਹੈ ਕਈ ਵਾਰ। ਹਾਂ, ਜੇ ਉਸ ਲੈਵਲ ਦਾ ਲੀਡਰ ਕੋਈ ਬਾਹਰ ਹੋਵੇ, ਉਸ ਲੈਵਲ ਤੇ ਕੰਪੇਨ ਚਲਾ ਸਕਣ, ਤੇ ਸ਼ਾਇਦ, ਕਿਉਂਕਿ ਹੁਣ ਇੰਡੀਆ ਅਲਾਇੰਸ ਦੇ ਨਾਲ ਪਾਰਟਨਰ, ਔਰ ਜਿਹੜਾ ਕਿ ਜੇ ਜਦੋਂ ਸੰਜੇ ਸਿੰਘ ਵੀ ਫੜਿਆ, ਤੁਸੀਂ ਦੇਖੋ ਕਿ ਜਿੰਨੀ ਸਪੋਰਟ ਕਾਂਗਰਸ ਨੇ ਖੜ ਕੇ ਕੀਤੀ ਸੀ ਇਹਨਾਂ ਦੀ ਉਸ ਲੈਵਲ ਤੇ, ਔਰ ਕੇਜਰੀਵਾਲ ਨੇ ਖੜ ਕੇ ਔਰ ਰਾਹੁਲ ਗਾਂਧੀ ਨੂੰ ਚਿੱਠੀ ਵੀ ਲਿਖੀ ਸੀ ਕਿ ਜੋ ਤੁਸੀਂ ਸਾਡੇ ਨਾਲ ਕੀਤਾ ਸੀ ਜ਼ਿੰਦਗੀ 'ਚ ਯਾਦ ਰੱਖਾਂਗੇ, ਇਹਦਾ ਪੇਬੈਕ ਜ਼ਰੂਰ ਕਰਾਂਗੇ। ਮਤਲਬ ਜਿਸ ਲੈਵਲ ਤੇ ਖੜ ਕੇ ਉਹਨਾਂ ਨੇ ਅੰਦਰ ਵੀ ਪਾਰਲੀਮੈਂਟ ਦੇ ਔਰ ਬਾਹਰ ਵੀ ਜੋ ਸਟੈਂਡ ਲਿਆ ਸੀ ਕਿਸੇ ਨਾ ਕਿਸੇ ਰੂਪ ਦੇ ਵਿੱਚ, ਔਰ ਬਿਨਾਂ ਸ਼ੱਕ ਜਿਹੜੇ ਕਾਂਗਰਸ ਦੇ ਕੁਝ ਜਿਵੇਂ ਖੜਗੇ ਸਾਹਿਬ ਦੇ ਕਲੀਅਰ ਕੱਟ ਜੋ ਹੁੰਦਾ, ਜਾਂ ਰਾਹੁਲ ਗਾਂਧੀ ਜਾਂ ਇਹ ਸਟੈਂਡ ਲੈ ਰਹੇ ਨੇ ਗਵਰਨਮੈਂਟ ਆਫ ਇੰਡੀਆ ਖਿਲਾਫ, ਤਾਂ ਉਹ ਕੰਪੇਨ ਕਰ ਜਾਣਗੇ ਦਿੱਲੀ 'ਚ, ਤਾਂ ਹਮਦਰਦੀ ਦੀ ਸੰਭਾਵਨਾ ਸ਼ਾਇਦ ਜ਼ਿਆਦਾ ਹੋ ਸਕਦੀ ਹੈ ਕੰਪੈਰੇਟਿਵਲੀ। ਫੇਰ ਨਹੀਂ, ਕਈ ਵਾਰ ਇਕੱਲੀ ਪਾਰਟੀ ਡਿਮੋਰਲਾਈਜ਼ ਹੋ ਜਾਂਦੀ ਹੈ, ਸ਼ਾਇਦ ਇਹੀ ਜੱਜਮੈਂਟ ਲਾਉਣਗੇ ਉਹ, ਕਿਉਂਕਿ ਕੇਂਦਰੀ ਸੱਤਾ ਕੋਲ ਬਹੁਤ ਸਾਰੇ ਇਹੋ ਜਿਹੇ ਪੈਮਾਨੇ ਨੇ ਕਰੈਕਟ ਸੂਚਨਾਵਾਂ ਦੇ, ਵੀ ਫੀਡਬੈਕ ਦੇ, ਸਾਡੇ ਨਾਲੋਂ ਵੀ ਜ਼ਿਆਦਾ ਹੁੰਦੇ ਨੇ, ਉਹ ਜਿਹੜੀ ਜਿਹੜੇ ਪਾਸੇ ਗੁਣਾ ਪੈਂਦਾ ਦਿਖਦਾ ਹੋਵੇ ਉਸ ਪਾਸੇ ਕਰ ਲੈਂਦੇ ਨੇ। ਪਰ ਕਦੇ ਨਾ ਕਦੇ ਸੱਤਾ ਦਾ ਜਿਹੜਾ ਇਸ ਲੈਵਲ ਦੀ ਇੱਕ ਖੁਮਾਰੀ ਹੁੰਦੀ ਹੈ, ਔਰ ਕਈ ਵਾਰ ਚਾਪ ਨੂੰ ਸਾਂਦੀ ਉਹ ਫਿਰ ਫੀਡਬੈਕ ਹੁੰਦੀ ਹੈ, ਗਲਤੀਆਂ ਵੀ ਹੁੰਦੀਆਂ ਨੇ ਵੱਡੀਆਂ ਵੱਡੀਆਂ ਸੱਤਾ ਤੋਂ ਹੋ ਜਾਂਦੀਆਂ ਨੇ ਬੜੀ ਵਾਰ, ਤੇ ਉਹ ਉਲਟੀਆਂ ਵੀ ਭੁਗਤ ਜਾਂਦੀਆਂ ਨੇ। ਜ਼ਰੂਰੀ ਤਾਂ ਨਹੀਂ ਹਰ ਵਾਰ ਫੀਡਬੈਕ ਚੰਗੀ ਹੋਊਗੀ, ਠੀਕ ਹੀ ਹੋਏਗੀ, ਪਰ ਉਹ ਆਪਣੇ ਵੱਲੋਂ ਮੇਰੇ ਖਿਆਲ ਨਾਲ ਦੋਨੇ ਚੀਜ਼ਾਂ ਨੂੰ ਤੋਲ ਕੇ ਹੀ ਫੈਸਲਾ ਲੈਣਗੇ। ਮਤਲਬ ਮੋਟੇ ਤੌਰ ਤੇ ਅੱਜ ਇਹ ਦਿਨ ਖੁੱਲਾ ਹੋਇਆ ਕਿ ਈਡੀ ਦੀ ਰੇਡ ਵੀ ਹੋ ਸਕਦੀ ਹੈ ਕੇਜਰੀਵਾਲ ਸਾਹਿਬ ਤੇ, ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ, ਕੁਝ ਵੀ ਸੰਭਾਵਨਾ, ਮਤਲਬ ਓਪਨ ਹੋਣਗੇ ਸਾਰੇ ਮਾਮਲੇ। ਦਿਨ ਕਾਫੀ ਦਿਲਚਸਪ ਰਹਿਣ ਵਾਲਾ ਹੈ। ਵੈਸੇ ਚਲੋ ਹੁਣ ਆਪਾਂ ਕਿਸਾਨੀ ਵਾਲੇ ਪਾਸੇ ਜਾਣਾ ਸੀ, ਮੈਨੂੰ ਲੱਗਿਆ ਆਪਾਂ ਇਸ ਲਈ ਤੇ ਤੁਰਿਆ ਇਹ ਗੱਲ ਨੂੰ ਕੰਪਲੀਟ ਕਰ ਲਈਏ। ਬੀਜੇਪੀ ਦੀਆਂ ਮੁਸ਼ਕਲਾਂ ਵੀ ਕਾਫੀ ਵਧੀਆਂ ਹੋਈਆਂ ਨੇ, ਉਹਨਾਂ ਨੂੰ ਇੱਕ ਇੱਕ ਸੀਟ ਦੇ ਉੱਤੇ ਆਪਣੀ ਰਣਨੀਤੀ ਬਣਾਉਣੀ ਪੈ ਰਹੀ ਆ। ਆਮ ਤੌਰ ਤੇ ਮੰਨਿਆ ਜਾਂਦਾ ਸੀ ਕਿ ਜਿਹੜਾ ਉੱਤਰੀ ਭਾਰਤ ਹੈ, ਹਿੰਦੀ ਹਾਰਟਲੈਂਡ ਆ, ਇਹਦੇ ਵਿੱਚੋਂ ਬੀਜੇਪੀ ਕਾਫੀ ਬਿਹਤਰ ਸੀਟਾਂ ਨਾਲ ਆਊਗੀ। ਜਿਹੜਾ ਉਹਨਾਂ ਨੇ ਜਿਸ ਤਰ੍ਹਾਂ ਦਾ ਨੈਰੇਟਿਵ ਸੈੱਟ ਕੀਤਾ ਸੀ, ਉਹਦੇ ਵਿੱਚੋਂ ਉਹਨਾਂ ਨੂੰ ਅੱਗੇ ਨਾਲੋਂ ਬਿਹਤਰ ਕਰਨ ਦੀ ਉਮੀਦ ਵੀ ਲੱਗ ਰਹੀ ਹੋਊਗੀ। ਲੇਕਿਨ ਜਿਵੇਂ ਇੰਡੀਆ ਬਲੌਕ ਅੱਗੇ ਵੱਧ ਰਿਹਾ, ਜਿਵੇਂ ਇਹ ਗੱਠਜੋੜ ਹੈ INDIA ਦਾ, ਇਹਦੇ ਵਿੱਚ ਅਖਿਲੇਸ਼ ਤੇ ਰਾਹੁਲ ਦੀ ਜਿਹੜੀ ਇਕੁਏਸ਼ਨ ਕੱਲ੍ਹ ਦੇਖੀ ਗਈ ਆ, ਔਰ ਸਮੀਖਿਆਕਾਰ ਮੰਨ ਰਹੇ ਨੇ ਕਿ ਸਥਿਤੀ ਇਸ ਗੱਠਜੋੜ ਲਈ ਅੱਗੇ ਨਾਲੋਂ ਸੁਧਰੀ, ਸਖਾਵੀ ਹੋਈ। ਜੋ ਫਿਰ ਗਵਾਉਣਾ ਹੈ ਉਹ ਤਾਂ ਬੀਜੇਪੀ ਨੇ ਹੀ ਗਵਾਉਣਾ ਹੈ ਨਾ ਜੀ। ਤੇ ਇਹਦੇ ਨਾਲ ਹੀ ਬਿਹਾਰ ਦੇ ਵਿੱਚ ਨਤੀਸ਼ ਦਾ ਉਸ ਪਾਲੇ 'ਚ ਜਾਣ ਤੋਂ ਬਾਅਦ ਉੱਥੇ ਵੀ ਲੋਕਾਂ ਦੇ ਵਿੱਚ ਇੱਕ ਸਿੰਪਥੀ ਫੈਕਟਰ ਲਾਲੂ ਤੇ ਪਲੱਸ ਕਾਂਗਰਸ ਇੱਧਰ ਨੂੰ ਆਉਣ ਦੀ ਸੰਭਾਵਨਾ ਹੋ ਸਕਦੀ ਹੈ। ਝਾਰਖੰਡ ਦੇ ਵਿੱਚ ਵੀ ਇਸ ਤਰ੍ਹਾਂ ਦਾ ਫੈਕਟਰ ਕੰਮ ਕਰ ਸਕਦਾ ਹੈ, ਜਿਸ ਤਰੀਕੇ ਨਾਲ ਹੇਮੰਤ ਸੋਰੇਨ ਦਾ ਮਾਮਲਾ ਨਜਿੱਠਿਆ ਗਿਆ। ਰਾਜਸਥਾਨ, ਮੱਧ ਪ੍ਰਦੇਸ਼, ਚੀਜ਼ਾਂ ਥੋੜੀਆਂ ਬਦਲ ਰਹੀਆਂ ਨੇ, ਤੇ ਇਹਨਾਂ ਸਾਰਿਆਂ ਦੇ ਦਰਮਿਆਨ ਦੇ ਵਿੱਚ ਜੇ ਕੋਈ ਨੁਕਸਾਨ ਹੁੰਦਾ ਹੈ ਤਾਂ ਉਹ ਜਿਹਦੇ ਕੋਲ ਸਭ ਤੋਂ ਜ਼ਿਆਦਾ ਸੀਟਾਂ ਪਿਛਲੇ ਦੌਰ 'ਚ ਹੋਣ, ਉਹਨੂੰ ਹੀ ਨੁਕਸਾਨ ਉਠਾਉਣਾ ਪੈਂਦਾ ਹੈ। ਤੁਹਾਨੂੰ ਲੱਗ ਰਿਹਾ ਕਿ ਜਿਹੜੀ ਇਹ ਅਗਲੀ ਚੋਣ ਆ, ਇਹ ਇੱਕ ਤਰਫਾ ਨਹੀਂ ਹੋਣ ਵਾਲੀ, ਔਰ ਇਹਦੇ ਵਿੱਚ ਬਹੁਤ ਨੇੜੇ ਦੇ ਮੁਕਾਬਲੇ ਹੋਣ ਵਾਲੇ ਨੇ, ਔਰ
ਵੱਡੀ ਗੱਲ ਨਹੀਂ ਕਿ ਬੀਜੇਪੀ ਇਸ ਵੇਲੇ ਆਪਣੇ ਮੁਲਾਂਕਣ ਦੇ ਵਿੱਚ ਕੋਈ 250 ਸੀਟਾਂ ਤੇ ਫਸੀ ਫੀਲ ਕਰ ਰਹੀ ਹੋਵੇ ਕਿ ਇਸ ਤੋਂ ਅੱਗੇ ਪਾਰ ਪਾਉਣਾ ਔਖਾ ਲੱਗ ਰਿਹਾ ਹੋਵੇ, ਇੰਜ ਨਹੀਂ ਲੱਗ ਰਿਹਾ ਤੁਹਾਨੂੰ ਓਵਰਆਲ ਕੈਲਕੂਲੇਸ਼ਨਸ ਦੇ ਵਿੱਚ? ਹਾਂ ਬਿਲਕੁਲ, ਜਿਹੜਾ ਹੁਣ ਇੰਡੀਆ ਅਲਾਇੰਸ ਦੇ ਵਿੱਚ ਬਣ ਰਹੇ ਇੱਕ ਕੰਬੀਨੇਸ਼ਨ ਜਿਹਨੇ ਹੌਲੀ ਹੌਲੀ ਉਹਦੇ ਨਾਲ ਜਿਹੜੇ ਉੱਥੋਂ ਦੇ ਐਕਸਪਰਟ ਨੇ, ਜਦੋਂ ਉਹਨਾਂ ਦੀ ਗੱਲ ਜਾਂ ਪੜ੍ਹਦੇ, ਜਦੋਂ ਉਹਨਾਂ ਦਾ ਆਰਟੀਕਲ ਪੜ੍ਹੋ ਜਾਂ ਉਹਨਾਂ ਦੀ ਡਿਬੇਟ ਦੇਖੋ, ਤਾਂ ਉਹਨਾਂ ਦੇ ਗਰਾਊਂਡ ਰਿਐਲਿਟੀ ਨਾਲ ਜੁੜੇ ਨੇ ਔਰ ਪਿਛਲੇ ਸਮੇਂ ਤੋਂ ਕਹਿੰਦੇ ਇੱਕ ਫਰਕ ਪੈ ਰਿਹਾ। ਜਿਵੇਂ ਪਹਿਲਾਂ ਮੁਸਲਿਮ ਕੈਂਡੀਡੇਟ ਜਿਹੜੇ ਨੇ ਉਹ ਐਨ ਬਲੋਕ ਨਹੀਂ ਪੈ ਸਕਦੇ, ਜਦੋਂ ਦੋ ਕਾਂਗਰਸ ਅਲੱਗ ਖੜੀ ਹੈ, ਸਮਾਜਵਾਦੀ ਪਾਰਟੀ ਅਲੱਗ ਖੜੀ ਹੈ, ਮਾਇਆਵਤੀ ਅਲੱਗ ਖੜੀ ਹੈ, ਉਹ ਬਹੁਤ ਵੰਡੇ ਜਾਂਦੇ ਰਹੇ ਨੇ ਆਪਸ ਦੇ ਵਿੱਚ ਔਰ ਇਹੀ ਵਜ੍ਹਾ ਸੀ ਕਿ ਉਹਦੇ ਨਾਲ ਫਾਇਦਾ ਹੁੰਦਾ। ਔਰ ਜੇਕਰ ਉਹ ਇਸ ਵਾਰ ਜਿਵੇਂ ਪਿਛਲੇ ਸਮੇਂ ਤੋਂ ਉਹਨਾਂ ਦਾ ਭਰੋਸਾ ਜ਼ਿਆਦਾ ਬਿਲਡ ਹੋ ਰਿਹਾ ਕਾਂਗਰਸ ਵਾਲੇ ਪਾਸੇ ਜਾਂ ਵੱਖ ਵੱਖ ਮਾਮਲਿਆਂ ਚ ਪਾਰਲੀਮੈਂਟ ਦੇ ਮਾਮਲੇ ਦੇ ਵਿੱਚ, ਤਾਂ ਕਹਿੰਦੇ ਨੇ 25-26 ਸੀਟਾਂ ਤੇ ਕਾਫੀ ਜ਼ਿਆਦਾ ਟਫ ਫਾਈਟ ਦੀ ਸੰਭਾਵਨਾ ਬਣ ਜਾਂਦੀ ਹੈ ਐਸੇ ਅਲਾਇੰਸ ਦੇ ਨਾਲ ਜਿਹੜਾ ਇਹ ਉਸ ਲੈਵਲ ਦੇ ਉੱਤੇ ਬਣਦਾ ਜਾ ਰਿਹਾ। ਤੇ ਪਿਛਲੇ ਵਾਰ ਬੀਜੇਪੀ 62 ਲੈ ਕੇ ਗਈ ਹੈ ਆਪਣੇ ਦਮ ਤੇ, ਵੀ 5 ਲੈ ਗਈ ਸੀ ਮਾਇਆਵਤੀ, 10 SP ਨੂੰ ਮਿਲੀਆਂ ਸੀ। ਇਹਦਾ ਮਤਲਬ SP ਨੇ ਤਾਂ ਪਹਿਲਾਂ ਵੀ ਥੋੜਾ ਜਿਹਾ ਠੀਕ ਕੀਤਾ, 10 ਤਾਂ ਆਉਣ ਜਾਂ ਕਾਂਗਰਸ 1 ਤੇ ਰਹਿ ਗਈ ਸੀ, ਈਵਨ ਰਾਹੁਲ ਗਾਂਧੀ ਵੀ ਹਾਰ ਗਏ ਸੀ ਉੱਥੇ ਉਹ ਸਾਰੇ ਮਾਮਲੇ ਦੇ ਵਿੱਚ। ਔਰ ਇਹਦੇ ਕਰਕੇ ਹੁਣ ਜੇਕਰ ਇਹ ਨੈਰੇਟਿਵ ਸਰਜਿਆ ਜਾਂਦਾ ਕਿ ਟਫ ਕੰਪੀਟੀਸ਼ਨ, ਤੇ ਜੇ ਬੀਜੇਪੀ ਦੀਆਂ 62 ਚ ਉੱਥੇ 2, 4, 5, 7 ਜੇ ਘਟਦੀਆਂ ਨੇ ਕਿਸੇ ਟਾਈਪ ਦੀਆਂ, ਤਾਂ ਇਹਦੀ ਭਰਪਾਈ ਕਿੱਥੋਂ ਹੋਣੀ ਹੈ? ਫਿਰ ਭਰਪਾਈ ਦਾ ਮਤਲਬ ਇਹ 26 ਦੀਆਂ 26 ਗੁਜਰਾਤ ਚੋਂ ਜਿੱਤੇ ਨੇ ਕਿ ਗੁਜਰਾਤ ਚੋਂ ਹੁਣ ਜਿਹੜੇ ਕੰਬੀਨੇਸ਼ਨ ਬਣ ਰਹੇ ਨੇ, ਜਾਂ ਜਿਵੇਂ ਪਿਛਲੀ ਅਸੈਂਬਲੀ ਦੇ ਵਿੱਚ ਥੋੜੀ ਜਿਹੀ ਟਫ ਫਾਈਟ ਸੀ ਮੁਕਾਬਲਤਨ ਪਹਿਲਾਂ ਦੇ, ਤਾਂ ਉਹ ਇਹੋ ਜਿਹਾ ਹੀ ਰਹੂਗਾ ਜਾਂ ਕੋਈ ਥੋੜਾ ਬਹੁਤ ਇੱਕਾ ਦੁੱਕਾ ਇੱਧਰ ਉੱਧਰ ਵੀ ਹੋ ਸਕਦੀਆਂ ਨੇ? ਫਿਰ ਤੁਸੀਂ ਬਿਹਾਰ ਦੇਖੋ, RJD ਕੋਲ ਇੱਕ ਵੀ ਪਾਰਲੀਮੈਂਟ ਸੀਟ ਨਹੀਂ, ਜਿਹੜੀ ਸਭ ਤੋਂ ਬੜੀ ਅਸੈਂਬਲੀ ਚ ਉੱਭਰ ਕੇ ਆਈ ਪਾਰਟੀ ਹੈ ਉਦੋਂ ਬਾਅਦ, ਤੇ ਉਹਦੇ ਕੋਲ ਉਦੋਂ ਪਹਿਲਾਂ ਕੋਈ ਨਹੀਂ ਸੀਗੀ। ਔਰ 5-6 ਸੀਟਾਂ LJP ਕੋਲ ਵੀ ਸੀ ਜਿਹਦਾ ਖਾਤਾ ਨੀ ਖੁੱਲਿਆ ਅਸੈਂਬਲੀ ਦੇ ਵਿੱਚ, ਲੋਕ ਜਨਸ਼ਕਤੀ ਪਾਰਟੀ ਜਿਹੜੀ ਸੀਗੀ ਰਾਮ ਵਿਲਾਸ ਪਾਸਵਾਨ ਵਾਲੀ, ਔਰ ਲਗਭਗ 16 ਜਨਤਾ ਦਲ ਯੂ ਦੇ ਕੋਲ ਤੇ ਲਗਭਗ 18 BJP ਦੇ ਕੋਲ, ਮਤਲਬ ਸਾਰੀਆਂ ਸੀਟਾਂ ਉਹਦੇ ਨੇੜੇ ਤੇੜੇ ਚਲੀਆਂ ਗਈਆਂ ਇੱਕਾ ਦੁੱਕਾ ਕਾਂਗਰਸ ਦੀਆਂ ਛੱਡ ਕੇ, ਤੇ ਐਤਕੀ ਉਹ ਮਾਹੌਲ ਨਹੀਂ ਲੱਗਦਾ ਜਿਹੜਾ ਉਹ ਗਠਬੰਧਨ ਹੈ ਓਵਰਆਲ ਜਿਵੇਂ ਉਹਨੇ ਪਰਫਾਰਮ ਕੀਤਾ ਅਸੈਂਬਲੀ ਚ, ਜੇ ਉਹ ਪਾਰਲੀਮੈਂਟ ਚ ਵੀ ਇੱਕ ਹੱਦ ਤੱਕ ਪਰਫਾਰਮ ਕਰਦਾ, ਤਾਂ ਜਿੰਨੀਆਂ RJD ਲਿਜਾਏਗਾ, ਜਿੰਨੀਆਂ ਕੁ ਬਾਕੀ ਲਿਜਾਏਗਾ, ਤਾਂ ਨੂੰ ਜੀ ਹੋਣਗੀਆਂ ਉਸ ਪਾਸੇ ਵੱਲੋਂ, ਤਾਂ ਉਹਦੀ ਭਰਪਾਈ ਕਿਹੜੇ ਪਾਸਿਓਂ ਹੋਣੀ ਹੈ? ਉਹ ਸਾਰੇ ਮਾਮਲੇ ਦੇ ਵਿੱਚ ਦਿੱਲੀ 7 ਦੀਆਂ 7 ਨੇ, 7 ਦੀਆਂ 7 ਲੈ ਜਾਣ ਤਾਂ ਚੰਗੀ ਗੱਲ ਹੈ, ਜੇ ਇੱਕਾ ਦੁੱਕਾ ਹਿਲਦੀਆਂ ਨੇ ਕਿਤੇ ਇਕੱਠੇ ਬੈਠ ਕੇ, ਤਾਂ ਉਹਦੀ ਭਰਪਾਈ। ਕਰਨਾਟਕਾ ਦੇ ਵਿੱਚ ਵੀ ਪਹਿਲਾਂ ਵਰਗੀ ਹਾਲਤ, ਔਰ ਬੰਗਾਲ ਦੇ ਵਿੱਚ ਵੀ ਜੋ ਮਾਮਲਾ ਪਿਛਲੀ ਅਸੈਂਬਲੀ ਤੋਂ ਹੋਇਆ, 18 ਸੀਟਾਂ ਲੈ ਕੇ ਗਏ ਨੇ 22 ਤ੍ਰਿਮਣੂਲ ਕਾਂਗਰਸ ਤੇ 18 BJP, ਤੇ ਹੁਣ 18 ਤੱਕ ਜਾਣ ਦਾ ਕਈ ਲੋਕ ਉੱਥੋਂ ਦੇ ਰਿਐਲਿਟੀ ਵਾਲੇ ਇਹ ਕਹਿੰਦੇ ਨੇ ਕਿ ਸਿੰਗਲ ਡਿਜਿਟ ਤੋਂ ਅੱਗੇ ਜਾਣਾ ਔਖਾ ਹੈ, ਮਤਲਬ 9 ਤੋਂ ਅੱਗੇ ਜਾਣਾ ਔਖਾ ਹੈ। ਤਾਂ ਜਿਹੜੀਆਂ ਇਹ ਸਿਸਟਮ ਬਣ ਰਹੇ ਨੇ ਉਸ ਪੱਧਰ ਦੇ ਉੱਤੇ, ਔਰ ਜਿਹੜੀ ਬਾਕੀ ਇੱਕ ਨੈਰੇਟਿਵ ਦੀ ਗੱਲ ਹੈ, ਮੰਦਰ ਦਾ ਨੈਰੇਟਿਵ ਜਿੱਥੇ ਪਹੁੰਚਣਾ ਸੀ ਪਹੁੰਚਿਆ ਜਾ ਚੁੱਕਿਆ, ਮੇਰਾ ਖਿਆਲ ਹੈ ਵੱਡੇ ਪੱਧਰ ਤੇ ਚਲਾ ਗਿਆ ਉਸ ਪੱਧਰ ਦੇ ਉੱਤੇ। ਹੁਣ ਜਿਹੜੇ ਨੈਰੇਟਿਵ ਇਹ ਨੇ ਇੱਕ ਕਿਸਾਨੀ ਦਾ ਨੈਰੇਟਿਵ ਵੀ ਤਾਂ ਚੱਲੂਗਾ ਅਜੇ, ਜਿਹੜਾ ਚੱਲਣਾ ਉਸ ਪੱਧਰ ਦੇ ਉੱਤੇ, ਉਹ UP ਚ ਵੀ ਚੱਲਣਾ, ਉਹ ਬਿਹਾਰ ਸਾਰੇ ਕਿਤੇ ਇੱਕ ਲੈਵਲ ਦਾ ਚੱਲਣਾ ਜਿਹੜਾ ਇਸ ਮਾਮਲੇ ਚ। ਤੇ ਦੂਜੀ ਗੱਲ ਇਹਦੇ ਨਾਲ ਉਹ ਕਾਸਟ ਸੈਂਸਸ ਦਾ ਨੈਰੇਟਿਵ ਵੀ ਚੱਲਣਾ, ਜਿਹਨੂੰ BJP ਵਾਰ ਵਾਰ ਹੁਣ ਕਹਿ ਰਹੀ ਹੈ ਕਿ ਅਸੀਂ ਤਾਂ ਦੇਖੋ ਜੀ OBC ਪ੍ਰਧਾਨ ਮੰਤਰੀ ਦੇ ਤਾਂ ਦਿੱਤਾ, ਪਹਿਲਾਂ ਕਹਿੰਦੇ ਉਹਦਾ ਅਸਰ ਨਹੀਂ, ਜੇ ਅਸਰ ਪੈ ਰਿਹਾ ਤਾਂ ਹੀ ਤਾਂ ਤੁਸੀਂ ਲਗਾਤਾਰ ਉਹਨੂੰ ਕਾਊਂਟਰ ਕਰ ਰਹੇ ਹੋ ਨਾ, ਨਹੀਂ ਤਾਂ ਕਾਊਂਟਰ ਕਰਨ ਦੀ ਲੋੜ ਨਹੀਂ ਹੁੰਦੀ।
ਹਜੇ ਆ ਯਾਤਰਾ ਤੋਂ ਬਾਅਦ ਕਾਂਗਰਸ ਦੀਆਂ ਵੱਡੀਆਂ ਰੈਲੀਆਂ ਜਾਂ ਇੰਡੀਆ ਅਲਾਇੰਸ ਤੇ ਅਜੇ ਹੋਈਆਂ ਨਹੀਂ ਹੋਣਗੀਆਂ, ਜੇ ਉਹ ਨੈਰੇਟਿਵ ਉਸ ਲੈਵਲ ਦੇ ਉੱਤੇ ਜਾਂਦਾ ਹੈ ਤਾਂ ਮੈਨੂੰ ਲੱਗਦਾ ਕਾਫੀ ਦਿਲਚਸਪੀ ਵਾਲੀ ਇਹ ਚੋਣ ਹੋਏਗੀ। ਜਿਹੜਾ ਇਹ ਕਹਿੰਦੇ ਨੇ ਵੀ 24 ਕਲੀਅਰ ਹੈ, ਉਹੀ ਜੀ ਚੋਣ ਨਹੀਂ ਹੋਏਗੀ ਕਿ ਕਲੀਅਰ ਵਾਲੀ, ਤੇ ਉਹਦੇ ਲਈ ਇਸੇ ਕਰਕੇ ਬੀਜੇਪੀ ਹਰ ਵੱਡੇ ਛੋਟੇ ਨੂੰ ਵਾਰ ਵਾਰ ਮੀਟਿੰਗਾਂ ਕਰ ਰਹੀ ਹੈ, ਚਾਹੇ ਉਹ ਛੋਟਾ ਛੋਟੀ ਜਿੱਡੀ ਕੁ ਮਰਜ਼ੀ ਪਾਰਟੀ ਹੈ ਚਾਹੇ ਬੜੀ ਹੈ, ਉਹਨੂੰ ਆਪਣੇ ਕਲਾਵੇ ਚ ਲਿਆਉਣ ਲਈ ਤਿਆਰ ਹੈ। ਆਓ ਇਕੱਠੇ ਹੋਈਏ, ਜਿਸ ਢੰਗ ਨਾਲ ਵੀ ਕੋਈ ਇੱਕ ਸੀਟ ਦੋ ਸੀਟ ਪ੍ਰਭਾਵਿਤ ਹੁੰਦੀਆਂ ਨੇ ਤਾਂ ਵੀ ਉੱਧਰ ਨੂੰ ਚੱਲੀ ਹੋਈ ਹੈ। ਔਰ ਉਹ ਪਹਿਲਾਂ ਵਾਲਾ ਔਰਾ ਜਿਹੜਾ ਇਦੋਂ 10 ਦਿਨ 15 ਦਿਨ 20 ਦਿਨ ਪਹਿਲਾਂ ਚੱਲ ਰਿਹਾ ਸੀਗਾ ਜਿਵੇਂ ਜੇਤੂ ਰੱਥ ਵਾਲਾ ਕੰਮ, ਉਹਦੇ ਤੇ ਸਵਾਲੀਆ ਨਿਸ਼ਾਨ ਜ਼ਰੂਰ ਲੱਗਿਆ ਨਜ਼ਰ ਆ ਰਿਹਾ ਵੱਖ ਵੱਖ ਮਾਮਲੇ ਚ। ਰਾਜਸਥਾਨ 25 ਦੀਆਂ 25, ਮੱਧ ਪ੍ਰਦੇਸ਼, ਬਾਕੀ ਛੱਤੀਸਗੜ੍ਹ, ਕੀ ਉਹ ਸਾਰੀਆਂ ਉਵੇਂ ਹੀ ਆਉਂਦੀਆਂ ਜਾਣਗੀਆਂ? ਜਾਂ ਤੁਸੀਂ ਦੇਖੋ 4 ਸੀਟਾਂ ਤਾਂ ਕਾਂਗਰਸ ਨੂੰ 2 ਹੀ ਆਈਆਂ ਸੀ ਤੇਲੰਗਾਨਾ ਦੇ ਵਿੱਚ, ਤੇ 4 ਸੀਟਾਂ ਬੀਜੇਪੀ ਲੈ ਗਈ ਸੀ, ਤੇ ਕਾਂਗਰਸ ਹੁਣ ਜਦੋਂ ਤੇਲੰਗਾਨਾ ਚ ਸਰਕਾਰ ਬਣਾ ਚੁੱਕੀ ਹੈ 2 ਹੀ ਆਉਣਗੀਆਂ ਇਸ ਵਾਰ ਜਾਂ ਉਹਦੇ ਚ ਵਾਧਾ ਹੋਏਗਾ? ਜਿਹੜੇ ਬਦਲੇ ਹੋਏ ਸਮੀਕਰਨ ਨੇ ਗਰਾਊਂਡ ਰਿਐਲਿਟੀ ਚ ਉਹ ਚ ਦਿਖਾਈ ਦੇ ਰਿਹਾ ਕੁੱਝ ਨਾ ਕੁੱਝ ਤਬਦੀਲੀ, ਇਹ ਚ ਕੋਈ ਸ਼ੱਕ ਨਹੀਂ। ਜੇ ਤੁਸੀਂ ਯੂਪੀ ਤੋਂ ਗੱਲ ਸ਼ੁਰੂ ਕੀਤੀ ਸੀ, ਮੈਂ ਗੂਗਲ ਕੀਤਾ ਤੇ ਪਿਛਲੀ ਵਾਰੀ 49.98% ਇਹਨਾਂ ਨੂੰ ਵੋਟ ਸ਼ੇਅਰ ਮਿਲਿਆ ਉੱਥੋਂ, ਔਰ ਜੇ 62 ਸੀਟਾਂ ਮਿਲੀਆਂ ਨੇ ਤਾਂ 10 ਮਾਇਆਵਤੀ ਨੂੰ ਮਿਲੀਆਂ ਨੇ, ਮਾਇਆਵਤੀ ਇਸ ਵਾਲੀ ਵਿੱਚ ਵਿਚਾਲੇ ਨੇ, ਔਰ 19.43% ਉਹਨਾਂ ਕੋਲ ਵੋਟ ਸ਼ੇਅਰ ਸੀਗਾ। ਜਿਹੜੀਆਂ ਹੁਣ ਅੱਗੇ ਸਮਾਜਵਾਦੀ ਪਾਰਟੀ ਔਰ ਕਾਂਗਰਸ ਇਕੱਠਿਆਂ ਹੋ ਕੇ, ਤੇ ਵੱਡੀ ਗੱਲ ਨਹੀਂ ਕਿ ਜਯੰਤ ਚੌਧਰੀ ਅਜੇ ਤੱਕ ਉਹਨਾਂ ਨੇ ਹਾਂ ਜਾਂ ਨਾ ਕਿਸੇ ਪਾਸੇ ਨਹੀਂ ਕੀਤੀ, ਜੇ ਇਹ ਸਭ ਪਰਤ ਆਉਂਦੇ ਨੇ ਤਾਂ ਬੀਜੇਪੀ ਨੂੰ ਕੋਈ ਹੋਰ ਰਣਨੀਤੀ ਤੇ ਸ਼ਾਇਦ ਅਜੇ ਕੰਮ ਕਰਨਾ ਪਊਗਾ। ਕਾਫੀ ਟਫ ਸਥਿਤੀ ਹੈ, ਓਡੀ ਸੁਖਾਵੀ ਨਹੀਂ। ਵੈਸੇ ਉਹਨਾਂ ਦਾ ਮੰਨਣਾ ਹੈ ਬੀਜੇਪੀ ਦਾ ਕਿ ਉਹ ਇੱਥੋਂ 62 ਤੋਂ 72 ਤੱਕ ਲਿਆਉਣਾ ਚਾਹੁੰਦੇ ਨੇ, ਜਿਹੜਾ ਕਿ ਇੱਕ ਔਖੀ ਘਾਟੀ ਹੈ। ਖੈਰ ਆਪਾਂ ਪੰਜਾਬ ਵੱਲ ਪਰਤੀਏ, ਪੰਜਾਬ ਦੇ ਲੋਕ ਸਾਡੇ ਨਾਲ ਜ਼ਿਆਦਾ ਗਿਣਤੀ ਦੇ ਵਿੱਚ ਜੁੜੇ ਹੁੰਦੇ ਆ, ਤੇ ਉਹ ਗੱਲ ਕਰਨੀ ਬੜੀ ਅਹਿਮ ਆ ਕਿ ਕਾਂਗਰਸ ਇੱਥੇ ਕਿੱਦਾਂ ਲੜੂਗੀ, ਕਾਂਗਰਸ ਇੱਥੇ ਕਿੱਦਾਂ ਲੜੂਗੀ, ਤੇ ਜੇਕਰ ਬੀਜੇਪੀ ਇਹ ਮੰਨ ਰਹੀ ਹੈ ਕਿ ਸਾਨੂੰ ਇੱਕ ਇੱਕ ਸੀਟ ਤੇ ਕੰਮ ਕਰਨਾ, ਤੇ ਉਹ ਅਕਾਲੀ ਦਲ ਨੂੰ ਵੀ ਖਿੱਚਣ ਦਾ ਯਤਨ ਕਰਨਗੇ ਕਿ ਰਲ ਕੇ ਲੜ ਲਈਏ, ਤਾਂ ਕਿ ਵੋਟ ਜਿਹੜੀ ਆ ਘੱਟੋ ਘੱਟ 3-4 ਸੀਟਾਂ ਦੇ ਉੱਤੇ ਉਹਨਾਂ ਨੂੰ ਜਿਹੜੀ ਪੇਂਡੂ ਖੇਤਰ ਦੀ ਵੋਟ ਅਕਾਲੀ ਕਾਡਰ ਦੇ ਵਿੱਚੋਂ ਮਿਲ ਸਕੇ, ਉਹ ਜ਼ੋਰ ਲਾਉਣਗੇ। ਪਰ ਕੀ ਅਕਾਲੀ ਦਲ ਇਸ ਸਥਿਤੀ 'ਚ ਹੈਗਾ, ਕਿਸਾਨੀ ਅੰਦੋਲਨ ਦੀ ਇਹ ਹੁਣ ਤਾਜ਼ਾ ਸਥਿਤੀ ਤੋਂ ਬਾਅਦ ਫਾਈਟ ਕਰ ਰਿਹਾ, ਬਿਕਰਮ ਮਜੀਠੀਆ ਤੋਂ ਲੈ ਕੇ ਉਹਨਾਂ ਦੇ ਲੀਡਰ ਹੱਕ 'ਚ ਖੜੇ ਨਜ਼ਰ ਆਉਂਦੇ ਨੇ ਕਿਸਾਨੀ ਵਾਲੇ ਮਾਮਲਿਆਂ 'ਚ, ਕੀ ਉਹ ਅਫੋਰਡ ਕਰਨਗੇ ਕਿ ਉਹ ਇਸ ਗੱਠਜੋੜ ਦਾ ਹਿੱਸਾ ਹੋ ਜਾਣ? ਇੱਕ ਤਾਂ ਇਹ ਸਵਾਲ, ਦੂਜਾ ਕੀ ਕਾਂਗਰਸ ਦੇ ਵੱਡੇ ਆਗੂ ਪੰਜਾਬ ਦੇ ਵਿੱਚ ਸਾਰੇ ਹੀ ਕੈਂਡੀਡੇਟ ਬਣਾ ਦਿੱਤੇ ਜਾਣਗੇ? ਜੇ ਇਹ ਕਾਂਗਰਸ ਦੇ ਕੈਂਡੀਡੇਟ ਨਹੀਂ ਵੱਡੇ ਬਣਾਏ ਜਾਂਦੇ ਤਾਂ ਇਹ ਵੀ ਮੰਨਿਆ ਜਾਊਗਾ ਕਿ ਇਹ ਲੜਾਈ ਰਲ ਕੇ ਲੜੀ ਜਾ ਰਹੀ ਹੈ, ਇਹ ਕਨਫਿਊਜ਼ਨ ਦੀ ਸਥਿਤੀ ਪੈਦਾ ਹੋਊਗੀ, ਆਮ ਆਦਮੀ ਪਾਰਟੀ ਤੇ ਇਹ ਬੰਦੇ ਕਿਤੇ ਕਿਤੇ ਮਾੜੇ ਉਮੀਦਵਾਰ ਵੀ ਚੁਣਨਗੇ, ਇਹ ਸਵਾਲ ਵੀ ਉੱਠਣ ਵਾਲੇ ਨੇ। ਹਾਲਾਂਕਿ ਬਾਜਵਾ, ਜਦੋਂ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਵੀ ਮੈਂ ਤਾਂ ਬਿਲਕੁਲ ਇਹਨਾਂ ਦੇ ਹੱਕ 'ਚ ਪ੍ਰਚਾਰ ਨਹੀਂ ਕਰਨਾ, ਬਾਜਵਾ ਸਾਹਿਬ ਨੇ ਤੇ ਇਹ ਵੀ ਕਿਹਾ ਕਿ ਅਸੀਂ ਸੈਸ਼ਨ ਨਹੀਂ ਸ਼ੁਰੂ ਹੋਣ ਦੇਣਾ, ਉਹ ਕਿਸਾਨੀ ਨਾਲ ਅਗਲੇ ਸੈਗਮੈਂਟ ਦੇ ਵਿੱਚ ਅਗਲੀ ਰਾਊਂਡ ਦੇ ਵਿੱਚ ਆਪਾਂ ਲੈ ਜਾਂਦੇ ਹਾਂ। ਇਹ ਜਿਹੜਾ ਸਵਾਲ ਪੰਜਾਬ ਦੀ ਪੋਲਿਟਿਕਸ ਦਾ ਖੜਾ ਹੋ ਰਿਹਾ, ਇਹਨੂੰ ਕਿਵੇਂ ਐਡਰੈਸ ਕੀਤਾ ਜਾਊਗਾ ਅਗਲੇ ਦਿਨਾਂ 'ਚ, ਜਦੋਂ ਉੱਤੇ ਮੁਕਾਬਲਾ ਗਹਿ ਗਹਿ 'ਚ ਹੁੰਦਾ ਜਾ ਰਿਹਾ? ਮੇਰੇ ਖਿਆਲ ਚਾਹਤ ਅਕਾਲੀ ਦਲ ਦੀ ਵੀ ਬੜੀ ਜ਼ਿਆਦਾ ਹੈ ਵੀ ਬੀਜੇਪੀ ਨਾਲ ਹੋਵੇ, ਤੇ ਬੀਜੇਪੀ ਦੀ ਵੀ ਹੈਗੀ, ਦੋਨਾਂ ਦੀ ਲੋੜ ਵੀ ਹੈ ਤੇ ਚਾਹਤ ਉਹਦੇ ਚੋਂ ਹੀ ਅੱਗੇ ਵੱਧਦੀ ਹੈ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ, ਪ੍ਰੈਕਟੀਕਲ ਲੋੜ ਵੀ ਹੁੰਦੀ। ਪਰ ਸਵਾਲ ਇਹ ਪੈਦਾ ਹੁੰਦਾ ਕਿ ਜਿਹੜਾ ਗਰਾਊਂਡ ਤੇ ਹਾਲਾਤ ਬਦਲਦੇ ਨੇ ਜਿਵੇਂ ਜਿਵੇਂ, ਉਵੇਂ ਉਵੇਂ ਉਹ ਰੁਕਾਵਟ ਬਣਦੇ ਨੇ ਜ਼ਰੂਰ, ਖਾਸ ਤੌਰ ਤੇ ਅਕਾਲੀ ਦਲ ਦੇ ਰਸਤੇ ਦੇ ਵਿੱਚ। ਤਾਂ ਪਹਿਲਾਂ ਜਥੇਦਾਰ ਅਜੇ ਕੌਂਕੇ ਦਾ ਮਾਮਲਾ ਹੈ, ਅਜੇ ਰਾਜੋਆਲੇ ਦਾ ਮਾਮਲਾ ਹੈ, ਬੰਦੀ ਸਿੰਘਾਂ ਦਾ ਮਾਮਲਾ ਹੈ, ਉਹਦੇ ਵਿੱਚ ਹੀ ਕਿਸਾਨੀ ਦਾ ਮਾਮਲਾ ਆ ਗਿਆ।
ਜਿਸ ਲੈਵਲ ਦਾ ਕਿਸਾਨੀ ਨਾਲ ਵਿਵਹਾਰ ਕੀਤਾ ਜਾ ਰਿਹਾ ਜਾਂ ਕੀਤਾ, ਤੇ ਉਹਦੇ ਨਾਲ ਅਕਾਲੀ ਦਲ ਜੇ ਬੀਜੇਪੀ ਨਾਲ ਚਲਾ ਜਾਂਦਾ ਤਾਂ ਬੜਾ ਹੀ ਖਤਰਨਾਕ ਇੱਕ ਮੋੜ ਜਿਹੜਾ ਆਏਗਾ ਉਸ ਪੱਧਰ ਦੇ ਉੱਤੇ, ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਦੇ ਫੇਵਰ 'ਚ ਜਾਏਗਾ। ਹਾਂ, ਕੁੱਝ ਲੈ ਦੇ ਕੇ ਜਾਂ ਤਾਂ ਕੋਈ ਰੋਲ ਨਿਭਾਵੇ ਅਕਾਲੀ ਦਲ ਉਸ ਸਾਰੇ ਮਾਮਲੇ 'ਚ ਉਦੋਂ ਪਹਿਲਾਂ। ਔਰ ਨਾਲ ਇੱਕ ਹੋਰ ਗੱਲ ਵੀ ਵਾਪਰ ਰਹੀ ਹੈ, ਉਸ ਕਿਸਾਨੀ ਦੇ ਗੁੱਸੇ ਨੂੰ ਥੋੜਾ ਜਿਹਾ ਸ਼ਾਂਤ ਕਰਨ ਦੇ ਲਈ ਬੀਜੇਪੀ ਦੇ ਅੰਦਰ ਵੀ ਇੱਕ ਵਰਗ ਥੋੜਾ ਜਿਹਾ ਐਕਟਿਵ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਕਿ ਹਰਿਆਣਾ ਦੇ ਖੱਟੜ ਸਰਕਾਰ ਨੂੰ, ਜਿਹਨਾਂ ਨੇ ਉਹ ਕਿਸਾਨਾਂ ਤੇ ਤਸ਼ੱਦਦ ਕੀਤਾ, ਉਹਨਾਂ ਪੁਲਿਸ ਵਾਲਿਆਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਸੁਨੀਲ ਜਾਖੜ ਨੇ ਵੀ ਬਿਆਨ ਦਿੱਤਾ ਕਿ ਹਾਂ ਇਹਦੀ ਜਾਂਚ ਹੋ ਕੇ ਇਹਦਾ ਉਹ ਹੋਣਾ ਚਾਹੀਦਾ। ਇਹਦਾ ਮਤਲਬ ਕਿਤੇ ਨਾ ਕਿਤੇ ਉਹ ਹੋ ਜਾ ਗਲਤੀਆਂ ਤਾਂ ਉਹਨਾਂ ਨੂੰ ਪਤਾ ਹੈ ਗਰਾਊਂਡ ਦਾ ਕਿ ਕੁੱਝ ਗੱਲ ਹੋ ਰਹੀ ਹੈ, ਤਾਂ ਕਿ ਉਹ ਇਹ ਕਹਿਣ ਜੋਗੇ ਤਾਂ ਹੋਣ ਨਾ ਚੋਣ ਪ੍ਰਚਾਰ 'ਚ ਵੀ ਦੇਖੋ ਅਸੀਂ ਤਾਂ ਤੁਹਾਡੇ ਨਾਲ ਹੀ ਹਾਂ, ਸਾਡਾ ਜੁਟ ਤਾਂ ਹੁਣ ਇਹ ਖੱਟਰ ਉਹਨਾਂ ਨੇ ਕਰਤਾ। ਪਰ ਰੌਲਾ ਇਕੱਲੇ ਖੱਟਰ ਕਰਨ ਕੀ ਖੱਟਰ ਦੇ ਕਰਨ ਦੀ ਗੱਲ ਸੀ ਇਹ ਇੱਥੇ ਤੱਕ? ਔਰ ਇਹ ਹੋਮ ਮਿਨਿਸਟਰੀ ਤੋਂ, ਜੂਨੀਅਰ ਹੋਮ ਮਿਨਿਸਟਰੀ ਤੋਂ ਬਿਨਾਂ, ਗੌਰਮੈਂਟ ਆਫ ਇੰਡੀਆ ਤੋਂ ਬਿਨਾਂ ਕਿਸੇ ਸੂਬਾ ਸਰਕਾਰ ਦੀ ਇੰਨੀ ਕੁ ਸਮਰੱਥਾ, ਇੰਨੀ ਕੁ ਕਾਬਲੀਅਤ ਚਾਹੇ ਹੈ ਕਿ ਉਹ ਇਹ ਕਹੂਗਾ ਕਿ ਜੀ ਮੈਂ ਇਹ ਕਰ ਦਿੰਦਾ ਜਾ ਕੇ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਕੰਮ, ਸੜਕਾਂ ਪੱਟ ਦਿਓ, ਕਿੱਲਾਂ ਠੋਕ ਦਿਓ, ਕੰਕਰੀਟ ਦੀਆਂ ਬਣਾ ਦਿਓ, ਇਹ ਕਿਵੇਂ ਸੰਭਵ ਹੈ? ਹਾਂ, ਜੇਕਰ ਇਹ ਰਲ ਕੇ ਜਿਹੜਾ ਮਾਹੌਲ ਉਹ ਬਣਾ ਰਹੇ ਨੇ, ਮੰਨ ਲਓ ਸੁਨੀਲ ਜਾਖੜ ਵੀ ਔਰ ਅਮਰਿੰਦਰ ਸਿੰਘ ਵੀ ਉਹਨਾਂ ਕੋਲ ਚਲੇ ਜਾਂਦੇ ਨੇ ਵੀ ਇਹਦਾ ਥੋੜਾ ਜਿਹਾ ਨਿਬੇੜੋ, ਕੁਛ ਨਾ ਕੁਛ ਤਾਂ ਕਰੋ ਜੀ, ਤੇ ਇੱਧਰ ਅਕਾਲੀਆਂ ਦਾ ਵੀ ਕੋਈ ਜ਼ੋਰ ਭਰਦਾ ਥੋੜਾ ਬਹੁਤ ਬਾਕੀ ਚੀਜ਼ਾਂ ਨੂੰ ਕਰਨ ਤੇ, ਉਦੋਂ ਬਾਅਦ ਜਾ ਕੇ ਕੋਈ ਅਲਾਇੰਸ ਦੇ ਕੋਈ ਚਾਂਸ ਕਿਸੇ ਲੈਵਲ ਤੇ ਬਣ ਜਾਣ ਬਣ ਜਾਣ। ਅਜੇ ਮੈਨੂੰ ਨਹੀਂ ਲੱਗਦਾ ਅਕਾਲੀ ਦਲ ਨੂੰ ਕੋਈ ਫਾਇਦਾ ਹੋਏਗਾ। ਹਾਂ, ਅਕਾਲੀ ਦਲ ਨਾਲ ਅਲਾਇੰਸ ਲਈ ਬੀਜੇਪੀ ਦਾ ਫਾਇਦਾ ਜ਼ਰੂਰ ਹੈ। ਇੱਕ ਤਾਂ ਜਿਹੜੀਆਂ ਲੜ ਰਹੀਆਂ ਧਿਰਾਂ, ਜਿਹੜੇ ਸਾਰੇ ਇਸ਼ੂ ਨੇ ਇੱਕ ਸੈਕਸ਼ਨ ਆਫ ਸੋਸਾਇਟੀ ਦੇ ਨੇ ਬੇਸਿਕਲੀ, ਚਾਹੇ ਉਹ ਬੰਦੀ ਸਿੰਘਾਂ ਦਾ ਸਵਾਲ ਹੈ ਜਾਂ ਬੇਅਦਬੀ ਦੇ ਜਿਹੜੇ ਬਾਕੀ ਨੇ, ਇਹ ਨਹੀਂ ਕਿ ਇਨਸਾਨੀਅਤ ਦੇ ਨਾਤੇ ਬਾਕੀਆਂ ਦੇ ਕਿਉਂ ਨਹੀਂ ਹੈ, ਪਰ ਜੇ ਪ੍ਰੈਕਟੀਕਲ ਲਾਈਏ ਤਾਂ ਜ਼ਿਆਦਾਤਰ ਜਿਹੜੀ ਕਮਿਊਨਿਟੀ ਨਾਲ ਉਹ ਸੰਬੰਧਿਤ ਹੁੰਦੇ ਨੇ ਉੱਥੇ ਹੀ ਹੁੰਦੇ। ਇਸ ਤਰ੍ਹਾਂ ਕਿਸਾਨੀ ਵੀ ਮੈਜੋਰਿਟੀ ਜਿਹੜਾ ਮੰਨਿਆ ਜਾ ਰਿਹਾ ਪੰਜਾਬ ਦੀ ਸਿੱਖ ਕਿਸਾਨੀ ਹੈ ਜਿਹਦੇ ਕਰਕੇ, ਔਰ ਜਿਹੜੇ ਬਾਕੀ ਦੇ ਮੁੱਦਿਆਂ ਦੇ ਨਾਲ ਬੀਜੇਪੀ ਦੀ ਇੱਕ ਇੱਕ ਸੈਕਸ਼ਨ 'ਚ ਜਿਹੜਾ ਸ਼ਹਿਰੀ ਸੈਕਸ਼ਨ ਮੰਨਿਆ ਜਾਂਦਾ ਹੈ ਉਹਦੇ 'ਚ ਹਮਦਰਦੀ ਹੈ ਉਸ ਲੈਵਲ ਦੇ ਉੱਤੇ ਗਈ, ਉਹਦੇ 'ਚ ਕੋਈ ਦੋ ਰਾਵਾਂ ਨਹੀਂ। ਤੇ ਜੇ ਉਹਦੇ ਨਾਲ ਜੋੜ ਕੇ ਉਹ ਕਹਿੰਦੇ ਨੇ ਅਕਾਲੀਆਂ ਦੀ ਚਲੋ ਜਿੰਨੀ ਬਚੀ ਹੋਈ ਹੈ 17-18% 'ਚ ਪੈ ਜੇ ਤਾਂ ਸੀਟਾਂ ਤਾਂ ਨਿਕਲ ਸਕਦੀਆਂ ਨੇ, ਕੁਛ ਨਾ ਕੁਛ ਸੀਟਾਂ ਤਾਂ ਨਿਕਲਣਗੀਆਂ ਆਪਣੀਆਂ, ਉਹਨੂੰ ਉਹਦਾ ਫਾਇਦਾ ਨਜ਼ਰ ਆ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਹੁਣ ਕਿੰਨਾ ਕਰਨਗੇ ਕਿੰਨਾ ਨਹੀਂ, ਔਰ ਇੱਕ ਕਾਂਗਰਸ ਦਾ ਜਿਹੜੀ ਸਟ੍ਰੈਟਜੀ ਦਾ ਸਵਾਲ ਹੈ, ਜੇ ਕਾਂਗਰਸ ਆਰ ਪਾਰ ਦੀ ਲੜਾਈ ਨੈਸ਼ਨਲ ਲੈਵਲ ਤੇ ਲੜਦੀ ਹੈ ਤਾਂ ਮੇਰਾ ਖਿਆਲ ਹੈ ਉਹੀ ਫਾਰਮੂਲਾ ਅਪਣਾਉਣਾ ਪਏਗਾ ਜਿਵੇਂ ਉਦੋਂ ਸੋਨੀਆ ਗਾਂਧੀ ਨੇ ਅਪਣਾਇਆ ਸੀ। ਕੈਪਟਨ ਅਮਰਿੰਦਰ ਸਿੰਘ ਨਹੀਂ ਸੀ ਮੰਨ ਰਹੇ, ਉਹਨਾਂ ਨੂੰ ਕਿਹਾ ਜਾ ਕੇ ਲੜੋ ਔਰ ਲੜਨੀ ਪਏਗੀ ਇਲੈਕਸ਼ਨ, ਜਾ ਕੇ ਲੜੋ, ਔਰ ਬਾਕੀਆਂ ਨੂੰ ਵੀ ਸਾਰੇ ਬੜੇ ਬੜੇ ਬੰਦਿਆਂ ਨੂੰ ਉਤਾਰਤਾ ਸੀ ਮੈਦਾਨ ਦੇ ਵਿੱਚ, ਔਰ ਉਹਦਾ ਫਾਇਦਾ ਵੀ ਹੋਇਆ ਸੀ, ਉਹਦੇ 'ਚ ਜਿੱਤੀ ਵੀ ਕਾਂਗਰਸ ਕਿੰਨੀਆਂ ਸੀ ਉਹ ਸੀਟਾਂ, ਜਿਹੜਾ ਦੇਖੋ ਤੁਸੀਂ ਅੰਮ੍ਰਿਤਸਰ ਜਿੱਤ ਲਿਆ, ਜਿਹੜੀ ਐ ਲੱਗਦਾ ਸੀਗਾ ਵੀ ਵੱਡੇ ਲੀਡਰ ਆ ਗਏ ਨੇ ਜੇਟਲੀ ਸ਼ਾਇਦ, ਹੁਣ ਤਾਂ ਬਿਲਕੁਲ ਨਾ ਉਹ ਪਹਿਲਾਂ ਬੀਜੇਪੀ ਕੋਲ ਸੀ, ਲੰਬਾ ਸਮਾਂ ਰਹੀ ਵੀ ਸੀ ਉਹ ਸੀਟ। ਇਸੇ ਤਰ੍ਹਾਂ ਦੂਜੀ ਗੱਲ ਇਹ ਵੀ ਹੈ ਕਿ ਜੇ ਵੱਡੇ ਲੀਡਰ ਬਾਹਰ ਰਹਿੰਦੇ ਨੇ ਉਹ ਇੱਕ ਦੂਜੇ ਦੇ ਟੰਗ ਖੇਡਦੇ ਨੇ ਪੂਰੀ ਤਰ੍ਹਾਂ, ਉਹ ਨਹੀਂ ਹੈ ਐਡੀ ਸਹਿਮਤੀ ਇਸ ਮਾਮਲੇ ਦੇ ਵਿੱਚ। ਤੀਜੀ ਗੱਲ ਇਹ ਹੈ ਨਾਲੇ ਸਭ ਦਾ ਜਨ ਆਧਾਰ ਪਰਖਿਆ ਜਾਂਦਾ ਹੈ। ਚੌਥੀ ਗੱਲ ਇਹ ਹੈ ਵੀ ਇਹਨਾਂ ਨੇ ਇੰਨੇ ਲੰਬੇ ਸਮੇਂ 'ਚ ਪੈਸਾ ਵੀ ਬਣਾਇਆ ਹੁੰਦਾ, ਉਦੋਂ ਛੋਟੇ ਗਰੀਬ ਆਦਮੀ ਕੋਲ ਪੈਸੇ ਵੀ ਕਿੰਨੇ ਹੋਣਗੇ, ਉਹਨਾਂ ਨੂੰ ਖਰਚੋ ਵੀ ਚੋਣਾਂ ਤੇ ਲਿਆ ਕੇ ਜਿੰਨਾ ਕੁ ਕਰਨਾ ਸਾਰੇ, ਤੇ ਇਸ ਸਾਰੇ ਆਧਾਰ ਦੇ ਵਿੱਚ। ਔਰ ਮੇਰੀ ਜਿੰਨੀ ਕੁ ਇਨਫੋਰਮੇਸ਼ਨ ਹੈ ਉੱਪਰ ਗੱਲ ਚੱਲ ਰਹੀ ਹੈ ਸੀਰੀਅਸਲੀ, ਪੰਜਾਬ ਤੋਂ ਵੀ ਕੁਝ ਆਗੂ ਉੱਥੇ ਜਾ ਕੇ ਇਹ ਪਲੀ ਲੈ ਰਹੇ ਨੇ ਕਿ ਜੀ ਸਾਰਿਆਂ ਨੂੰ ਉਤਾਰੋ ਮੈਦਾਨ 'ਚ ਜੇ ਤੱਕ ਕਲੀਅਰ ਕੱਟ ਕਰਨਾ। ਜਿਹੜੀ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨੇ ਕਿ ਮੈਂ ਆਪ ਦਾ ਨਹੀਂ ਲੜਨਾ,
ਪੰਜਾਬ 'ਚ ਤਾਂ ਲੜਨ ਦੀ ਲੋੜ ਨਹੀਂ ਜਦੋਂ ਤੁਸੀਂ 13 ਲੜ ਰਹੇ ਹੋ। ਐਡੇ ਵੱਡਾ ਪੰਜਾਬ 'ਚ ਜੇ ਕੋਈ ਲੀਡਰ ਮੈਨੂੰ ਲੱਗਦਾ ਨਹੀਂ ਜਿਹਨੂੰ ਨੈਸ਼ਨਲ ਕੰਪੇਨ 'ਚ ਸਟਾਰ ਕੰਪੇਨਰ ਦੇ ਤੌਰ ਤੇ ਲੈ ਕੇ ਜਾ ਰਹੇ ਹੋਣ, ਜਿਹਦੀ ਬਾਹਰ ਵੀ ਅਪੀਲ ਹੋਵੇ। ਇਹੋ ਜਿਹੇ ਬੰਦੇ ਤਾਂ ਹਜੇ ਨਹੀਂ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਦੇ ਕਦੇ ਲੈ ਜਾਂਦੇ ਸੀ, ਜਾਂ ਕੁਛ ਬੰਦਿਆਂ ਨੂੰ ਲੈ ਜਾਂਦੇ, ਨਵਜੋਤ ਸਿੱਧੂ ਨੂੰ ਲੈ ਜਾਂਦੇ ਸੀ, ਪਰ ਹੁਣ ਲੰਮੇ ਸਮੇਂ ਤੋਂ ਨਵਜੋਤ ਸਿੱਧੂ ਵੀ ਉਸ ਕ੍ਰਾਈਟੇਰੀਏ ਦੇ ਵਿੱਚ ਨਹੀਂ ਰੱਖਿਆ ਹੋਇਆ ਉਹਨਾਂ ਨੇ ਕਿ ਬਾਹਰ ਜਾ ਕੇ ਚਲੋ ਕੰਪੇਨ ਹੀ ਕਰਾਓ। ਇਸ ਕਰਕੇ ਉਸ ਪਾਸੇ ਤਾਂ ਨਹੀਂ ਹੈ, ਤਾਂ ਪੰਜਾਬ ਤੇ ਹੀ ਫੋਕਸ ਕਰਨਾ ਪਊਗਾ। ਪੰਜਾਬ ਤੇ ਫੋਕਸ ਕਰਨਾ ਤਾਂ ਇਹ ਸਟ੍ਰੈਟਜੀ ਮੇਰੇ ਖਿਆਲ ਹੈ ਕੰਪੈਰੇਟਿਵਲੀ, ਜਦੋਂ ਇੱਕ ਇੱਕ ਸੀਟ ਤੇ ਲੜਾਈ ਹੋਊਗੀ ਨੈਸ਼ਨਲ ਪੋਲਿਟਿਕਸ 'ਚ, ਤਾਂ ਇਹ ਕਾਂਗਰਸ ਦੇ ਫੇਵਰ 'ਚ ਹੀ ਜਾ ਸਕਦੀ। ਵੈਸੇ ਜਦੋਂ ਰਾਜਾ ਵੜਿੰਗ ਇੱਕ ਸਟੇਟਮੈਂਟ ਦੇ ਰਹੇ ਸੀ ਕਿ ਇੱਕ ਪਰਿਵਾਰ ਇੱਕ ਟਿਕਟ ਦਾ ਫਾਰਮੂਲਾ, MP ਦੀ ਚੋਣ ਵਿੱਚ ਨਹੀਂ, ਇਹ ਤਾਂ ਵਿਧਾਨ ਸਭਾ ਲਈ ਸੀ, ਤੇ ਉਦੋਂ ਉਹਦੇ ਅਰਥੇ ਕੱਢੇ ਜਾ ਰਹੇ ਸੀਗੇ ਕਿ ਕੁਛ ਵੱਡੇ ਆਗੂ ਆਪਣੀਆਂ ਪਤਨੀਆਂ ਨੂੰ ਲੜਾਉਣਾ ਚਾਹੁੰਦੇ ਆ, ਇੱਕ ਦੱਬੀ ਜੀ ਸੁਰ ਚ। ਵੈਸੇ ਪ੍ਰਤਾਪ ਸਿੰਘ ਬਾਜਵਾ ਨੇ ਕਦੇ ਹੁਣ ਇੱਛਾ ਜ਼ਾਹਰ ਤਾਂ ਨਹੀਂ ਕੀਤੀ ਵੀ ਜੇ ਗੁਰਦਾਸਪੁਰ ਤੋਂ ਉਹਨਾਂ ਦੀ ਘਰਵਾਲੀ, ਉਧਰੋਂ ਰਾਜਾ ਵੜਿੰਗ ਦੀ ਘਰਵਾਲੀ ਬਠਿੰਡੇ ਤੋਂ, ਤੇ ਇੱਥੋਂ ਬੰਨੇ ਨਵਜੋਤ ਸਿੰਘ ਸਿੱਧੂ ਵੀ ਸਦਾ ਕਹਿੰਦੇ ਆ ਮੈਂ ਨਹੀਂ ਲੜਨਾ, ਮੇਰੀ ਘਰਵਾਲੀ ਉਹ ਆਪਣੇ ਦੱਸ ਸਕਦੀ ਆ, ਉਹ ਪਿੱਛੇ ਬਿਮਾਰ ਵੀ ਰਹੇ। ਸੋ ਕਈ ਆਗੂ ਜਿਹੜੇ ਚਾਹ ਰਹੇ ਹੋਣਗੇ। ਗੱਲ ਤਾਂ ਰਾਣਾ ਗੁਰਜੀਤ ਦੀ ਵੀ ਚੱਲ ਰਹੀ ਹੈ ਕਿ ਰਾਣਾ ਗੁਰਜੀਤ ਨੂੰ ਵੀ ਲੜਾਇਆ ਜਾ ਸਕਦਾ ਵੀ ਉਹ ਲੜਨੀ ਜਾਣਦੇ ਨੇ ਇਲੈਕਸ਼ਨ। ਚਰਨਜੀਤ ਚੰਨੀ ਦਾ ਵੀ ਜ਼ਿਕਰ ਆ ਰਿਹਾ, ਹਾਲਾਂਕਿ ਉਹ ਉੱਪਰ ਜਾਣਾ ਨਹੀਂ ਚਾਹੁੰਦੇ, ਪਰ ਇਹ ਗੱਲ ਮੰਨੀ ਜਾ ਰਹੀ ਹੈ ਕਿ ਜੇ ਕੱਲ ਨੂੰ ਇਹ ਸਾਰੇ ਵੱਡੇ ਆਗੂ ਲੜਦੇ ਆ ਉੱਤੇ ਕੋਈ ਸਰਕਾਰ ਬਣਾਉਣ ਦੇ ਚਾਂਸ ਇਹਨਾਂ ਦੇ ਬਣ ਜਾਂਦੇ ਆ, ਤੇ ਪੰਜਾਬ ਦੇ ਵਿੱਚੋਂ ਮੰਤਰੀ ਬਣਾਉਣ ਵਾਲੀ ਗੱਲ ਤੇ ਵੀ ਗੱਲ ਤੁਰ ਸਕਦੀ ਹੈ ਚੀਜ਼ਾਂ ਦੀ। ਇਹ ਸਾਰੀਆਂ ਚੀਜ਼ਾਂ ਐਡਰੈਸ ਹੋ ਰਹੀਆਂ। ਤੁਸੀਂ ਜਿਹੜਾ ਜ਼ਿਕਰ ਪਹਿਲਾਂ ਕੀਤਾ ਉਹਦੇ 'ਚ ਇਹ ਬੜਾ ਅਹਿਮ ਆ, ਬੀਜੇਪੀ ਪੰਜਾਬ ਵਾਲੀ ਜਿਹੜੀ ਇਹ 5 ਸੀਟਾਂ ਅਕਾਲੀ ਦਲ ਤੋਂ ਇਸ ਅੰਦੋਲਨ ਦੇ ਸ਼ੁਰੂ ਹੋਣ ਤੋਂ, ਇਹ ਡੈਡਲੌਕ ਤੋਂ ਪਹਿਲਾਂ ਉਹ 5 ਸੀਟਾਂ ਮੰਨ ਕੇ ਚੱਲ ਰਹੇ ਸੀ, ਔਰ ਉਹਨਾਂ ਦੇ ਵਿੱਚ ਉਹਨਾਂ ਦਾ ਆਪਣਾ ਮੰਨਣਾ ਸੀ ਵੱਡੇ ਆਗੂਆਂ ਦਾ ਕਿ ਜੇਕਰ ਅਸੀਂ ਅਕਾਲੀ ਦਲ ਨਾਲ ਗੱਠਜੋੜ ਕਰਦੇ ਹਾਂ ਤਾਂ ਸਾਨੂੰ ਘੱਟੋ ਘੱਟ ਗੁਰਦਾਸਪੁਰ, ਹੁਸ਼ਿਆਰਪੁਰ ਤੇ ਲੁਧਿਆਣਾ ਇਹ ਸੀਟਾਂ ਆ ਜਾਣਗੀਆਂ। ਅੰਮ੍ਰਿਤਸਰ ਵੀ ਆ ਸਕਦੀ ਹੈ ਕਿਉਂਕਿ ਮਜੀਠੇ ਵਰਗੇ, ਅਟਾਰੀ ਵਰਗੇ ਉੱਥੇ ਹਲਕਿਆਂ ਦੇ ਵਿੱਚੋਂ ਅਕਾਲੀ ਸਾਨੂੰ ਦੱਬ ਕੇ ਸਪੋਰਟ ਕਰ ਸਕਦੇ ਆ, ਤੇ ਸ਼ਹਿਰ ਵਾਲਾ ਜਿਹੜਾ ਮਾਰਜਨ ਹੈ ਅਸੀਂ ਉਹਨੂੰ ਬਰਾਬਰੀ ਤੇ ਲਿਆ ਕੇ ਮਲਟੀ ਕਾਰਨਰ ਮੁਕਾਬਲਿਆਂ 'ਚ ਜਿੱਤ ਲਾਂਗੇ। ਹਾਲਾਂਕਿ ਉਹ ਪਟਿਆਲੇ ਦੀ ਸੀਟ ਨੂੰ ਫਸੀ ਹੋਈ ਸੀਟ ਮੰਨਦੇ ਆ ਜਿਹੜੇ ਭਾਜਪਾਈ ਆ, ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਨੇ ਉੱਥੋਂ ਲੜਨਾ, ਉਹਨੂੰ ਫਸਵੀਂ ਤੌਰ ਤੇ ਹੀ ਮੰਨ ਰਹੇ ਸੀਗੇ। ਵੈਸੇ ਓਵਰਆਲ ਜਦੋਂ ਇਹੋ ਜਿਹੀਆਂ ਸਥਿਤੀਆਂ ਬਣਦੀਆਂ ਨੇ ਤਾਂ ਚੋਣ ਦ੍ਰਿਸ਼ ਰੌਚਕ ਹੋ ਜਾਂਦੇ ਆ। ਇਹ ਵੀ ਫੈਸਲਾ ਹੋਊਗਾ ਕਿ ਇਹ ਨੂਰਾ ਕੁਸ਼ਤੀ ਖੇਡਣਗੇ ਆਮ ਆਦਮੀ ਪਾਰਟੀ ਕਿ ਕਾਂਗਰਸ ਵਾਲੇ ਇਕੱਠੇ। ਜੇ ਇਹ ਦਿਸਿਆ ਤਾਂ ਇਹਦਾ ਨੁਕਸਾਨ ਇਹਨਾਂ ਦੋਨਾਂ ਧਿਰਾਂ ਨੂੰ ਵੀ ਹੋ ਸਕਦਾ ਜੀ। ਨਹੀਂ ਬਿਲਕੁਲ ਹੋਏਗਾ, ਜੇ ਤਾਂ ਪਹਿਲਾਂ ਹੀ ਲੱਗ ਗਿਆ ਕਿ ਨੂਰਾ ਕੁਸ਼ਤੀ ਖੇਡ ਰਹੇ ਨੇ, ਫਿਰ ਤਾਂ ਪੱਕਾ ਹੁੰਦਾ ਹੀ ਹੈ। ਜੇ ਪੂਰੀ ਕੰਪੇਨ ਕਰਕੇ, ਕਈ ਵਾਰ ਪੋਲੀਟੀਸ਼ੀਅਨ ਕੋਲ ਇਹੋ ਜਿਹੇ ਟ੍ਰਿਕ ਹੁੰਦੇ ਨੇ ਕਿ ਇੱਕ ਦਿਨ ਪਹਿਲਾਂ ਡਿਸਾਈਡ ਕਰ ਲਓ ਕਿ ਜੇ ਕੋਈ ਦੂਜਾ ਜਿੰਦਾ ਨਜ਼ਰ ਆਉਂਦਾ ਤਾਂ ਸਾਡੇ ਦੋਨਾਂ ਦੀ ਬਜਾਏ, ਤਾਂ ਉਹਨੂੰ ਰਾਤੋਂ ਰਾਤ ਕੁਝ 5-7 ਹਜ਼ਾਰ ਵੋਟ ਸ਼ਿਫਟ ਕਰਾਉਣ ਦੀ ਜਿਹੜੀ ਕਪੈਸਿਟੀ ਹੁੰਦੀ ਹੈ, ਉਨੀ ਕੁ ਜਾ ਕੇ ਉਹ ਵੀ ਇੱਕ ਰਾਤ ਪਹਿਲਾਂ ਤੱਕ ਚੋਣ ਕੰਪੇਨ ਬੰਦ ਹੋਣ ਤੋਂ ਬਾਅਦ ਤਾਂ ਕੀਤੇ ਜਾ ਸਕਦੇ ਨੇ। ਇਹੋ ਜਿਹਾ ਕੁਛ ਕਰਦੇ ਨੇ ਪੋਲੀਟੀਸ਼ੀਅਨ ਜਦੋਂ ਵੀ ਕਰਦੇ ਨੇ। ਜੇ ਹੁਣੇ ਤੋਂ ਹੀ ਕਹਿਣਗੇ ਅਸੀਂ ਤਾਂ ਮਿਲ ਕੇ ਹੀ ਆ, ਕੋਈ ਨੀ ਇੱਧਰ ਆ ਕਮਜ਼ੋਰ ਹੈ ਉੱਧਰ ਆਪਾਂ ਦੂਜਾ ਹੈ, ਫਿਰ ਤਾਂ ਆਟੋਮੈਟਿਕਲੀ ਉਹਦਾ ਫਰਕ ਪਏਗਾ। ਫਿਰ ਅਗਲਾ ਕਹਿੰਦਾ ਕਿ ਫਿਰ ਜਿਹੜਾ ਹੋਰ ਕੋਈ ਜੈਨੂਅਨ ਕੈਂਡੀਡੇਟ ਹੈ ਕਿਸੇ ਤਾਂ ਉਹਦੇ ਵੱਲ ਦੇਖ ਲੈਂਦੇ ਹਾਂ, ਜ਼ਰੂਰੀ ਤਾਂ ਨਹੀਂ ਜਿਹੜੀ ਉਹ ਕੁਸ਼ਤੀ ਤਾਂ ਆਨੰਦ ਹੀ ਨਹੀਂ ਦਿੰਦੀ ਜਿਹੜੀ ਕੋਈ ਕੁਸ਼ਤੀ ਮਿਲ ਕੇ ਕੀਤੀ ਜਾਂਦੀ ਹੈ। ਵੈਸੇ ਮਤਲਬ ਲੜੀ ਜਾਂਦੀ ਹੈ ਤੇ ਉਹਦੇ ਚੋਂ ਤੇਵਰ ਹੀ ਨਹੀਂ ਹੁੰਦੇ, ਉਹਦੇ ਚੋਂ ਤੇਵਰ ਨਹੀਂ ਹੁੰਦੇ ਤੇ ਬਾਕੀ ਦੀ ਗੱਲ ਨਹੀਂ ਹੁੰਦੀ। ਮੈਂ ਇੱਕ ਗੱਲ ਉਹ ਰਾਜਾ ਵੜਿੰਗ ਤੇ ਕਰਦਾ, ਮੈਨੂੰ ਇਹ ਨਹੀਂ ਲੱਗਦਾ ਵੀ ਰਾਜਾ ਵੜਿੰਗ ਹੋਣੀ ਲੀਡਰ ਹੈਗੇ ਨੇ, ਪਰ ਆਪਣੀ ਪਾਰਟੀ ਦੇ ਦਸਤਾਵੇਜ਼ਾਂ ਨੂੰ ਪੜ੍ਹਨਾ ਲਿਖਣਾ ਸੁਣਨਾ ਉਹਨਾਂ ਨੂੰ ਸ਼ਾਇਦ ਨਹੀਂ ਹੈ। ਉਹ ਐਂਟਨੀ ਕਮੇਟੀ ਦੀ ਰਿਵਿਊ ਰਿਪੋਰਟ ਕਰ ਲੈਣ, ਔਰ ਉਹ ਇਦੋਂ ਬਾਅਦ ਦਾ ਰਿਵਿਊ 19 ਤੋਂ ਬਾਅਦ ਦੇ ਜਿਹੜੇ ਸਾਰੇ ਰਿਵਿਊ ਨੇ ਉਹਨਾਂ ਨੇ ਕੀਤੇ ਨੇ ਉਹਨਾਂ ਦੀ ਨੈਸ਼ਨਲ ਵਰਕਿੰਗ ਕਮੇਟੀ ਨੇ, ਔਰ ਜਿਹੜੀ ਵਰਕਿੰਗ ਕਮੇਟੀ ਦੀਆਂ ਰਿਪੋਰਟਾਂ ਨੇ ਕੇਵਲ ਗਾਂਧੀ ਪਰਿਵਾਰ ਤੋਂ ਬਿਨਾਂ ਡਬਲ
ਟਿਕਟ ਦੇਣ ਦਾ ਕਿਤੇ ਰਿਕਮੈਂਡੇਸ਼ਨ ਨਹੀਂ, ਕਿਤੇ ਰਿਕਮੈਂਡੇਸ਼ਨ ਨਹੀਂ ਆ ਦੋਨਾਂ ਦੀ, ਜਿਹੜੇ ਆਫੀਸ਼ਲ ਰੈਗੂਲੇਸ਼ਨ ਨੇ ਉਹਨਾਂ ਦੇ। ਇਸ ਕਰਕੇ ਤੁਸੀਂ ਆਪਣੇ ਢੰਗ ਨਾਲ ਬਣਾਉਣੇ ਨੇ ਫਾਰਮੂਲੇ, ਜਾਂ ਤੁਹਾਡੀ ਵਰਕਿੰਗ ਕਮੇਟੀ ਬਣਾਉਂਦੀ ਹੈ ਇਹ ਨਹੀਂ ਮੈਨੂੰ ਪਤਾ, ਜਾਂ ਉਹਨਾਂ ਦਾ ਕਿਤੇ ਹੋਰ ਉਹ ਹੋਵੇ, ਉਹ ਅਲੱਗ ਗੱਲ ਹੈ, ਪਰ ਇਹ ਹੈ ਨਹੀਂ ਹੈ। ਰਾਜਾ ਸਾਹਿਬ ਨੂੰ ਆਪਣੇ ਅੰਦਰ ਦੇਖਣਾ ਪਊਗਾ ਹੋਰ ਕਿਤੇ। ਇਹ ਵੈਸੇ ਵੱਡੀਆਂ ਪਾਰਟੀਆਂ ਦੇ ਨਰਾਲੇ ਜੇ ਕਾਨੂੰਨ ਹੁੰਦੇ, ਜਿੱਦਾਂ ਬਾਦਲ ਪਰਿਵਾਰ ਅਕਾਲੀ ਦਲ ਦੇ ਵਿੱਚ ਸਿਰਫ ਅਧਿਕਾਰਤ ਸੀ, ਤੁਹਾਨੂੰ ਯਾਦ ਹੋਣਾ, ਮੌੜ ਤੇ ਰਾਮਪੁਰਾ ਫੂਲ ਦਾ ਰੌਲਾ ਮਲੋਕੇ ਹੋਰਾਂ ਦਾ ਪੈ ਗਿਆ ਸੀ, ਤੇ ਉਦੋਂ ਨਿਜਮ ਜੇ ਬਣੇ ਸੀ, ਆਖੇ ਜੀ ਇੱਕ ਪਰਿਵਾਰ ਚ ਇੱਕੋ ਐਕਸੈਪਟ ਬਾਦਲ। ਚਲੋ ਆਪਾਂ ਉਹਨੂੰ ਛੱਡਦੇ, ਹੁਣ ਅਗਲੇ ਨੁਕਤੇ ਤੇ ਚੱਲਦੇ ਹਾਂ। ਸਾਡੀ ਸਾਰਾ ਕਿਸਾਨੀ ਇੱਥੋਂ ਦੀ ਜੀਵਨ ਧਾਰਾ ਅੱਜ ਇੱਕ ਵਾਰੀ ਫਿਰ ਆਪਣੇ ਟਰੈਕਟਰ ਤਾਂ ਜੱਟ ਦਾ ਹੁਣ ਗੱਡਾ ਜਾਂ ਟਰੈਕਟਰ ਜੱਟ ਦੀ ਲੋੜ ਜਾਂ ਟਰੈਕਟਰ ਫੈਸ਼ਨ, ਇਹ ਕਈ ਬਹਿਸਾਂ ਚੱਲਦੀਆਂ, ਪਰ ਅੱਜ ਟਰੈਕਟਰ ਖੜੇ ਹੋਣਗੇ। ਇੱਕ ਰਿਪੋਰਟ ਇਹ ਕਹਿ ਰਹੀ ਹੈ ਕਿ ਘੱਟੋ ਘੱਟ 15,000 ਟਰੈਕਟਰ ਨੈਸ਼ਨਲ ਹਾਈਵੇਜ਼ ਦੇ ਉੱਤੇ ਖੜੇ ਹੋਣਗੇ ਇਕੱਲੇ ਪੰਜਾਬ 'ਚ। ਮੈਨੂੰ ਲੱਗਦਾ ਇਹ ਗਿਣਤੀ ਇਸ ਤੋਂ ਵੱਡੀ ਵੀ ਹੋ ਸਕਦੀ, ਕਿਉਂਕਿ ਇਹ ਸਥਾਨਕ ਪੱਧਰ ਤੇ ਦੂਰ ਨਹੀਂ ਜਾਣਾ, ਵੀ ਉਹ ਦਿੱਲੀ ਨਹੀਂ ਚੱਲੇ ਜਾਂ ਕਿਤੇ। ਸੋ ਜਿਹੜੇ ਨੇੜੇ ਨੇੜੇ ਵਾਲੇ ਲੋਕ ਆ, ਇੰਨੇ ਕੁ ਤਾਂ ਉਹ ਉੱਦਾਂ ਹੀ ਲੈ ਆਉਣਗੇ। ਇਹ ਗਿਣਤੀ 20,000 ਵੀ ਹੋ ਸਕਦੀ ਜੇ ਸਹੀ ਤਰੀਕੇ ਨਾਲ ਕੀਤੀ ਜਾਵੇ। ਉਂਝ ਪੰਜਾਬ 'ਚ ਟਰੈਕਟਰ ਕਿੰਨੇ ਆ ਇਹਦਾ ਅੰਕੜਾ ਵੀ ਮੇਰੇ ਕੋਈ ਹੈ ਨਹੀਂ, ਜੇ ਤੁਹਾਡੇ ਕੋਲ ਤਾਂ ਹਮੀਰ ਸਿੰਘ ਜੀ ਹੋਵੇ। ਅੱਜ ਜਿਹੜੀ ਇਹ ਸਾਰੀ ਸਥਿਤੀ ਆ, ਇਹਦੇ ਵਿੱਚ WTO ਦੀ ਮੀਟਿੰਗ ਤੋਂ ਲੈ ਕੇ ਟਰੈਕਟਰ ਵਾਲੀ ਗੱਲ, ਪੁਤਲੇ ਫੂਕਣ ਵਾਲੀ ਗੱਲ, ਅੱਜ ਇੱਕ ਆਰਟੀਕਲ ਮੈਂ ਦੇਖ ਰਿਹਾ ਸੀ HT ਦੇ ਵਿੱਚ, ਜਿਹੜੇ ਪੁਰਾਣੇ ਪ੍ਰਿੰਸੀਪਲ ਸੈਕਟਰੀ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ, ਉਹਨਾਂ ਦਾ ਆਰਟੀਕਲ ਹੈ ਜਿਹਦੇ ਵਿੱਚ ਉਹ ਲਿਖ ਰਹੇ ਨੇ ਕਿ ਕੀ MSP ਕਾਨੂੰਨੀ ਗਰੰਟੀ ਇਸ ਖਿੱਤੇ ਲਈ ਫਾਇਦੇਮੰਦ ਹੈ। ਇਹ ਵੀ ਸਵਾਲ ਇੱਕ ਉੱਠ ਰਿਹਾ, ਸੋ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਚੀਜ਼ਾਂ ਨੂੰ। ਜਿਹੜਾ ਸਵਾਲ ਟਰੈਕਟਰਾਂ ਦਾ, ਚਲੋ ਟਰੈਕਟਰ ਤਾਂ ਆ ਹੀ ਜਾਣਗੇ, ਟਰੈਕਟਰ ਤਾਂ ਲੱਖਾਂ ਦੀ ਤਾਦਾਦ ਚ ਨੇ, 4.5 ਲੱਖ ਤੋਂ ਵੀ ਜ਼ਿਆਦਾ ਟਰੈਕਟਰ ਹੈ ਪੰਜਾਬ ਚ, ਤਾਂ ਪੰਜਾਬ ਚ ਮੇਰੇ ਖਿਆਲ 15,000 ਦਾ ਜਾਇਜ਼ਾ ਮੈਨੂੰ ਨਹੀਂ ਲੱਗਦਾ ਕਿੱਥੋਂ ਆਇਆ ਹੈ। ਇਹ 1.5 ਲੱਖ ਵੀ ਖੜ ਸਕਦਾ, ਕਿਉਂਕਿ ਉਹਨਾਂ ਨੇ ਕਿਹਾ ਕਿ ਹਾਈਵੇ ਤੇ ਵੀ ਖੜਾਉਣਾ, ਲੋਕਲ ਰੋਡ ਤੇ, ਆਪਦੇ ਪਿੰਡ ਵਾਲੀ ਰੋਡ ਤੇ ਤਾਂ ਹਰੇਕ ਹੀ ਖੜਾ ਦੂਗਾ ਉਹਨਾਂ ਦੇ ਆ ਕੇ ਵੀ, ਚੱਲ ਇੱਥੇ ਖੜਾ ਕੋਈ ਗੱਲ ਨੀ, ਆਪਾਂ ਤਾਂ ਉੱਥੇ ਉਹ ਹੀ ਪਾਉਣਾ, ਸਾਰੀਆਂ ਸੜਕਾਂ ਤੇ ਖੜਾਉਣੇ ਨੇ ਸਮੇਤ ਹਾਈਵੇ, ਔਰ ਉਸ ਪੱਧਰ ਦੇ ਉੱਤੇ ਜਾ ਕੇ ਕੋਈ ਬਹੁਤ ਔਖਾ ਕੰਮ ਨਹੀਂ ਹੁੰਦਾ ਜਦੋਂ ਉਸ ਜਾਂਦਾ। ਪਰ ਟਰੈਕਟਰ ਇੱਕ ਪਿਛਲੇ ਕਾਫੀ ਸਮੇਂ ਦੇ ਉੱਤੋਂ ਦੁਨੀਆ ਭਰ ਦੇ ਵਿੱਚ ਕਿਸਾਨੀ ਸਟਰਗਲ ਦਾ ਸਿੰਬਲ ਬਣ ਚੁੱਕਿਆ ਹੈ ਟਰੈਕਟਰ, ਇਸ ਲਈ ਸਾਰੀ ਦੁਨੀਆ ਦੇ ਵਿੱਚ ਅੱਜ ਕੱਲ੍ਹ ਟਰੈਕਟਰ ਲਿਆਉਂਦੇ ਨੇ ਕਿਸਾਨ ਆਪੋ ਆਪਣੀ ਜਗ੍ਹਾ। ਉਹਦਾ ਰੀਜਨ ਹੈ ਇੱਕ ਤਾਂ ਉਹ ਕਿਹੜੀਆਂ ਗੱਡੀਆਂ ਹੋਰ ਲਿਆਉਣ ਜਿਹਦੇ 'ਚ ਆਉਣ, ਕਿਰਾਏ ਤੇ ਕਰਕੇ ਲਿਆਉਣ, ਵੱਖ ਵੱਖ ਲਿਆਉਣ, ਪੈਸਾ ਵੀ ਖਰਚ ਹੁੰਦਾ। ਦੂਜਾ ਜੇ ਜ਼ਿਆਦਾ ਦਿਨ ਰਹਿਣਾ ਕਿਤੇ ਨਾ ਕਿਤੇ ਕੋਈ ਟਰਾਲੀ ਉਹਨਾਂ ਨੂੰ ਕੰਮ ਦਿੰਦੀ ਹੈ, ਰਹਿਣ ਦਾ ਵੀ ਕੰਮ ਦਿੰਦੀ ਹੈ, ਖਾਦ ਖੁਰਾਕ ਨਾਲ ਲਿਆਉਣੀ ਹੈ ਉਹਦਾ ਵੀ ਕੰਮ ਦਿੰਦਾ। ਟਰੈਕਟਰ ਇਕੱਲਾ ਐ ਨਹੀਂ ਹੈ ਕਿ ਤੋਰ ਹੀ ਦੇਣਾ ਜੀ ਉਸੇ ਕਰਕੇ ਉਹ ਸਿੰਬਲ ਹੈ, ਉਹ ਮਲਟੀਪਲ ਸਿੰਬਲ ਹੈ, ਤੁਹਾਡੇ ਰਹਿਣ ਤੋਂ ਲੈ ਕੇ ਸਹਿਣ ਤੋਂ ਲੈ ਕੇ ਸਾਰੀਆਂ ਜ਼ਰੂਰਤਾਂ ਉਹਦੇ ਨਾਲ ਜੁੜੀਆਂ ਹੋਈਆਂ ਨੇ, ਇਸ ਕਰਕੇ ਇਹ ਸਿੰਬਲ ਹੈ। ਬਾਕੀ ਦੇਖਣਾ ਇਹ ਹੋਏਗਾ, ਪੰਜਾਬ 'ਚ ਤਾਂ ਹੋਏਗਾ ਹੀ, ਹਰਿਆਣੇ 'ਚ, ਯੂਪੀ 'ਚ, ਵੱਖ ਵੱਖ ਉੱਤਰਾਖੰਡ ਦੇ ਵਿੱਚ, ਵੱਖ ਵੱਖ ਹੋਰ ਸਟੇਟਾਂ 'ਚ ਕਿੰਨਾ ਪ੍ਰਭਾਵਸ਼ਾਲੀ ਇਹ ਗੱਲ ਆਉਂਦੀ ਹੈ। ਔਰ ਜੇ ਇਹ ਪ੍ਰਭਾਵਸ਼ਾਲੀ ਗੱਲ ਆਉਂਦੀ ਹੈ ਸਾਰੇ ਕਿਤੇ, ਤਾਂ ਉਹਦੇ ਨਾਲ ਇਹ ਇੱਕ ਜਿਹੜਾ ਉਹ ਟੁੱਟ ਜਾਂਦਾ ਹੈ, ਜਿਹੜਾ ਫੋਕਸ ਹੁੰਦਾ ਹੈ ਕਿ ਜੇ ਇਕੱਲੇ ਪੰਜਾਬ ਔਰ ਪੰਜਾਬ ਦੇ ਕਿਸਾਨ ਔਰ ਇਕੱਲੇ ਸਿੱਖਾਂ ਦੇ ਮਾਮਲੇ ਨੇ ਇਹ ਜੀ, ਬਾਕੀ ਦੇ ਦੇਸ਼ ਦੇ ਨਹੀਂ ਹੈ ਮਾਮਲੇ। ਔਰ ਦੂਜੀ ਗੱਲ ਇਹ ਹੈ ਕਿ WTO ਦੀ ਅੱਜ ਮੀਟਿੰਗ, ਮਨਿਸਟਰੀਅਲ ਲੈਵਲ ਦੀ ਮੀਟਿੰਗ ਜਿਹੜੀ ਹੋ ਰਹੀ ਹੈ, ਹਰ 2 ਸਾਲ ਬਾਅਦ ਹੁੰਦੀ ਹੈ, ਤੇ ਸਭ ਤੋਂ ਵੱਡੀ ਡਿਸੀਜਨ ਮੇਕਿੰਗ ਬਾਡੀ ਹੈ ਇਹ, ਫੈਸਲਾ ਕੁਨ ਬਾਡੀ ਇਹੀ ਹੈ, ਬਾਕੀ ਤਾਂ ਨੈਗੋਸ਼ੀਏਸ਼ਨ ਹੁੰਦੀਆਂ ਰਹਿੰਦੀਆਂ ਨੇ, ਉਹ ਫੈਸਲਾ ਨਹੀਂ ਕਰ ਸਕਦੀਆਂ, ਇਹ ਫੈਸਲੇ ਲੈ ਸਕਦੀਆਂ ਨੇ। ਇਹ ਇਸ ਵਾਰ ਇਸ ਕਰਕੇ ਜ਼ਰੂਰੀ ਹੈ ਕਿ 2013 ਦੀ ਜਿਹੜੀ ਪੀਸ ਕਲੌਜ ਰੱਖੀ ਗਈ ਸੀ, ਪੀਸ ਕਲੌਜ ਦਾ ਮਤਲਬ ਇਹ ਹੈ, ਜਿਹੜਾ ਸਧਾਰਨ ਬੰਦੇ ਨੂੰ ਕਈ ਵਾਰ ਪੀਸ ਕਲੌਜ, ਬਾਕੀ ਚੀਜ਼ਾਂ ਐਂ ਲੱਗਦੀਆਂ ਨੇ,
ਕਿ ਉਹ ਇੱਕ ਆਰਜ਼ੀ ਪ੍ਰਬੰਧ ਹੈ, ਜਿੰਨਾ ਚਿਰ ਪੱਕਾ ਪ੍ਰਬੰਧ ਨਹੀਂ ਕਰ ਲਿਆ ਜਾਂਦਾ ਸਲੂਸ਼ਨ ਉਹਦਾ, ਓਨਾ ਚਿਰ ਜਿਹੜੇ ਪੁਰਾਣਾ ਤਰੀਕਾ ਐਮ ਐਸ ਪੀ ਦੇ ਖਰੀਦ ਦਾ, ਜਿੰਨੀਆਂ ਸਬਸਿਡੀਆਂ ਨੇ ਸਬਸਿਡੀਆਂ ਦੇਣ ਦਾ, ਜਨਤਕ ਵੰਡ ਪ੍ਰਣਾਲੀ ਤੇ ਫ੍ਰੀ ਦੇਣ ਦਾ, ਉਹ ਚੱਲਦਾ ਰਹੂਗਾ ਜਿੰਨਾ ਚਿਰ ਨਵਾਂ ਨਹੀਂ ਆਉਂਦਾ। ਤੇ ਜੇ ਉਹ ਪੀਸ ਕਲਾਜ ਨਿਕਲ ਜਾਂਦੀ ਹੈ ਤਾਂ ਨਾ ਤੁਸੀਂ ਐਮ ਐਸ ਪੀ ਤੇ 10% ਤੋਂ ਜ਼ਿਆਦਾ ਪਰਚੇਜ ਕਰ ਸਕਦੇ ਹੋ ਆਪਦੀ ਟੋਟਲ ਕਰੋਪ ਵੈਲਿਊ ਦਾ, ਤੇ ਨਾ ਤੁਸੀਂ ਜਨਤਕ ਵੰਡ ਪ੍ਰਣਾਲੀ ਚ ਉਦੋਂ ਵੱਧ ਐ ਭੰਡਾਰ ਆਪਦੇ ਇਕੱਠੇ ਕਰ ਸਕਦੇ ਹੋ। ਉਹ ਵੱਡੇ ਭੰਡਾਰ ਜਿਵੇਂ ਵੀ ਅਸੀਂ ਫਿਊਚਰ ਲਈ ਰੱਖੇ ਨੇ, ਅਸੀਂ ਬਾਕੀ ਲਈ ਰੱਖੇ ਨੇ, ਉਹ ਨਹੀਂ ਰੱਖ ਸਕਦੇ। ਇਹਦੇ ਲਈ ਇਹ ਗਵਰਨਮੈਂਟ ਆਫ ਇੰਡੀਆ ਲੈਵਲ ਦੀ ਦੇਸ਼ ਦੀ ਖਾਦ ਸੁਰੱਖਿਆ ਦਾ ਮਾਮਲਾ ਵੱਡਾ, ਨਾਲ ਦੀ ਨਾਲ ਜਿੱਥੇ ਕਿਸਾਨੀ ਦਾ ਮਾਮਲਾ, ਜਿੱਥੇ ਬਾਕੀ ਦੇ ਮਾਮਲੇ ਨੇ। ਇਸ ਲਈ ਇਹ ਇਕੱਲੇ ਕਿਸਾਨੀ ਦਾ ਕੁਐਸਚਨ ਨਹੀਂ ਹੈ, ਇਹ ਵੱਡੇ ਪੱਧਰ ਤੇ ਕੁਐਸਚਨ ਹੈ ਉਸ ਪੱਧਰ ਦੇ ਉੱਤੇ। ਔਰ ਇਹ ਫ੍ਰੀ ਮਾਰਕੀਟ ਦਾ ਫੰਡ ਹੈ, ਮੁਕਤ ਬਾਜ਼ਾਰ ਦਾ। ਐਮ ਐਸ ਪੀ ਕਿਉਂ ਨਹੀਂ ਮਿਲਦੀ ਜਾਂ ਕਿਉਂ ਨਹੀਂ ਮਿਲੂਗੀ ਆਉਣ ਵਾਲੇ ਦਿਨਾਂ ਦੇ ਵਿੱਚ, ਉਹ WTO ਦੇ ਇਸ ਐਗਰੀਮੈਂਟ ਤੇ ਨਿਰਭਰ ਕਰੂਗਾ। ਜਿੰਨਾ ਜ਼ਿਆਦਾ ਉੱਥੇ ਲਾ, ਹਾਲਾਂਕਿ ਉਹਦੇ ਬਹੁਤ ਖਿਲਾਫ਼ ਨੇ, ਚਾਈਨਾ ਵੀ ਇਸ ਕੈਟਾਗਰੀ ਦੇ ਵਿੱਚ ਹੈ, ਇੰਡੀਆ ਵੀ ਇਸ ਕੈਟਾਗਰੀ ਦੇ ਵਿੱਚ ਹੈ, ਡਿਫਰੈਂਟ ਵੱਡੇ ਵੱਡੇ ਕੰਟਰੀ ਨੇ ਜਿਹੜੇ ਇੱਕ ਪਾਸੇ ਨੇ, 80 ਦੇਸ਼ ਨੇ ਜਿਹੜੇ ਕਲੱਬ ਕਰਕੇ ਵੀ ਇਹਦਾ ਵਿਰੋਧ ਕਰ ਰਹੇ ਨੇ, 33G33 ਦੇ ਤੌਰ ਤੇ ਅਫਰੀਕਨ ਕੰਟਰੀ ਨੇ ਸਾਰੇ ਦੇ ਸਾਰੇ ਜਿਹੜੇ ਇਕੱਠੇ ਹੋ ਕੇ ਵਿਰੋਧ ਕਰ ਰਹੇ ਨੇ। 70,000 ਬੰਦਾ ਉੱਥੇ ਵੈਸੇ ਗਿਆ ਹੋਇਆ ਵਿਰੋਧ ਕਰਨ ਉਸ ਮਾਮਲੇ ਦਾ। ਇਸ ਲਈ ਜਿਹੜੇ ਇੱਕ ਪੋਲਿਸੀ ਲੈਵਲ ਦੇ ਕੁਐਸਚਨ ਨੇ, ਉਹ ਕੁਐਸਚਨ ਤੇ ਸਾਡੇ ਡਿਬੇਟ ਘੱਟ ਹੁੰਦੀ ਹੈ। ਹੁਣ ਹੈਗਾ ਸਵਾਲ, ਅਸੀਂ ਜੇਕਰ ਇਸੇ ਦਾਇਰੇ ਦੇ ਵਿੱਚ ਦੇਖਣਾ, ਪਹਿਲਾ ਕੁਐਸਚਨ ਤਾਂ ਇਹ ਹੈ ਕਿ ਐਮ ਐਸ ਪੀ ਰਹੂਗੀ ਜਾਂ ਨਹੀਂ ਰਹੂਗੀ। ਜੇ WTO ਤੇ ਕਰੈਕਟ ਸਟੈਂਡ ਨਹੀਂ ਲਿਆ ਜਾਂਦਾ, ਐਮ ਐਸ ਪੀ ਨਹੀਂ ਰਹਿ ਸਕਦੀ, ਜਿਹੜਾ ਮਰਜ਼ੀ ਆ ਜੇ, ਜਿਹੜੀ ਮਰਜ਼ੀ ਸਰਕਾਰ ਆ ਜੇ, ਜਿਹੜਾ ਮਰਜ਼ੀ। ਜੇ ਉਹ ਰਹੂਗੀ ਤਾਂ ਦਾਣਾ ਦਾਣਾ ਖਰੀਦਣ ਵਾਲੀ ਨਹੀਂ ਰਹੂਗੀ, ਤਾਂ ਓਨੀ ਰਹੇਗੀ ਕਿ ਉਹਦੀ 10% ਕੋਸਟ ਦੇ ਬਰਾਬਰ ਰਹੂਗੀ, ਇਦੋਂ ਜ਼ਿਆਦਾ ਨਹੀਂ ਰਹਿ ਸਕਦੀ। ਤੇ ਹੁਣ ਹੈਗਾ ਇਸ ਮਾਮਲੇ ਦੇ ਵਿੱਚ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਸਾਨੂੰ ਨੁਕਸਾਨ ਨਾ ਹੋ ਜੇ ਕਿਤੇ, ਜਿਹੜਾ ਜੇ ਲੀਗਲ ਗਰੰਟੀ ਮਿਲਦੀ ਹੈ, ਇਹ ਦੋ ਟਾਈਪ ਦੇ ਇਕੋਨੋਮਿਸਟਾਂ ਦੀ ਆਪੋ ਆਪਣੀ ਰਾਏ ਹੈ। ਇੱਕ ਇਹ ਹੈ ਜਿਹੜੇ ਇਸੇ ਪੈਰਾਡਾਈਮ ਦੇ ਵਿੱਚ ਵੀ ਵਿੱਚ ਹੀ ਪੈਚ ਵਰਕ ਕਰਨਾ ਚਾਹੁੰਦੇ ਨੇ, ਉਹਨਾਂ ਦਾ ਆਪਣਾ ਇੱਕ ਸਿਸਟਮ ਹੈ। ਉਹਦਾ ਮਤਲਬ ਇਹ ਹੈ ਵੀ ਸਿਸਟਮ ਇਹੀ ਰਹੂਗਾ, ਐਸੇ ਤਰੀਕੇ ਦਾ ਰਹੂਗਾ, ਐਵੇਂ ਹੀ ਚੱਲੂਗਾ। ਉਹਦੇ 'ਚ ਜੇਕਰ ਇਹ ਹੋ ਜਾਂਦੀ ਹੈ WTO ਵੀ ਅਸੀਂ ਮੰਨਾਂਗੇ, ਤਾਂ ਉਹਦੇ ਨਾਲ ਫਿਰ ਕੀ ਹੋਏਗਾ ਕਿ ਜਿਹੜਾ ਦਾਣਾ ਦਾਣਾ ਪੰਜਾਬ 'ਚੋਂ ਨਹੀਂ ਖਰੀਦਿਆ ਜਾਊਗਾ, ਪੰਜਾਬ ਦਾ ਇੱਕ ਹਿੱਸਾ ਖਰੀਦਣ ਲੱਗ ਜਾਣਗੇ ਥੋੜ੍ਹਾ ਜਿਹਾ, ਬਾਕੀ ਖੁੱਲ੍ਹੀ ਮਾਰਕੀਟ ਜਾਏਗਾ, ਤੇ ਪੰਜਾਬ ਨੂੰ ਉਸ ਐਮ ਐਸ ਪੀ ਦਾ ਨੁਕਸਾਨ ਹੋ ਜਾਏਗਾ, ਕਿਉਂਕਿ ਪੰਜਾਬ ਤੋਂ ਤੇ ਹਰਿਆਣੇ ਤੋਂ ਤਾਂ ਹੁਣ ਕਣਕ ਝੋਨਾ ਖਰੀਦਿਆ ਹੀ ਜਾ ਰਿਹਾ, ਤੇ ਉਹ ਨਹੀਂ ਖਰੀਦਿਆ ਜਾਊਗਾ। ਇੱਕ ਤਾਂ ਉਹ ਐਂਕਰ, ਜੇ ਤਾਂ ਉੱਥੇ ਤੱਕ ਦਾ ਹੀ ਅਪਰੋਚ 'ਚੋਂ ਗੱਲ ਕਰ ਰਿਹਾ ਤਾਂ ਅਲੱਗ ਗੱਲ ਹੈ, ਜੇਕਰ ਇਨ ਦੀ ਲੌਂਗ ਰਨ ਪੋਲਿਸੀ ਮੇਕਿੰਗ 'ਚੋਂ ਗੱਲ ਕਰਦੇ ਹਾਂ ਤਾਂ ਇੱਕ ਹੋਰ ਗੱਲ ਇਹ ਹੈ ਕਿ ਜੇ 23 ਫਸਲਾਂ ਦੀ ਲੀਗਲ ਗਰੰਟੀ ਹੁੰਦੀ ਹੈ, ਪੰਜਾਬ ਪੈਡੀ 'ਚੋਂ ਨਿਕਲਣਾ ਚਾਹੁੰਦਾ ਹਰ ਹਾਲਤ 'ਚ ਪਾਣੀ ਦੇ ਮਾਮਲੇ 'ਚ, ਬਾਕੀ ਦੀਆਂ ਫਸਲਾਂ ਦਾ ਜੇ ਬਰਾਬਰ ਮੁੱਲ ਮਿਲ ਜਾਂਦਾ ਉਸ ਪੱਧਰ ਦੇ ਉੱਤੇ ਜਾ ਕੇ, ਤਾਂ ਪੰਜਾਬ ਨੂੰ ਖਹਿੜਾ ਛਡਾਉਣਾ ਤੇ ਹਰਿਆਣੇ ਨੂੰ ਸੌਖਾ ਹੋ ਜਾਊਗਾ ਪੈਡੀ ਬੀਟ ਤੋਂ, ਜੇ ਉਹ ਗਰੰਟੀ ਨਹੀਂ ਆ ਬਾਕੀ ਦੀਆਂ ਫਸਲਾਂ ਦੀ, ਨਹੀਂ ਤਾਂ ਉਹ ਇਹ ਵੀ ਨਹੀਂ ਕਰ ਸਕੂਗਾ। ਜੇ ਐਸੇ ਢਲੇ ਸਾਨੂੰ ਐਮ ਐਸ ਪੀ ਮਿਲਦੀ ਰਹਿੰਦੀ ਹੈ, ਹੋਣ ਵਾਲਾ ਪੈਮਾਨਾ ਹੈ, ਪਾਣੀ ਸਾਡਾ ਮੁੱਕਣ ਜਾ ਰਿਹਾ, 2023 ਦੀ ਕੋਈ ਦੇ ਦਿੰਦਾ, 2036 ਦੀ ਦੇ ਦਿੰਦਾ, ਕੋਈ 2000 ਕਿਸੇ ਦੀ ਟਾਰਗੇਟ ਦੇ ਦਿੰਦਾ, ਜੇ ਪਾਣੀ ਨਹੀਂ ਬਚੂਗਾ ਐਮ ਐਸ ਪੀ ਕੀ ਕਰਨੀ, ਪਾਣੀ ਨਹੀਂ ਬਚੂਗਾ ਫਸਲ ਨਹੀਂ ਆਏਗੀ ਕੀ ਕਰਨਾ। ਇਹ ਹੋਲਿਸਟਿਕ ਰੂਪ ਦੇ ਵਿੱਚ ਦੇਖਣ ਵਾਲਾ ਮਾਮਲਾ, ਟੈਕਨੀਕਲੀ ਮੇਰੇ ਖਿਆਲ ਪੁਆਇੰਟ ਵਾਈਜ਼ ਨਹੀਂ ਦੇਖੇ ਜਾ ਸਕਦੇ। ਔਰ ਜਿਹੜਾ ਉਹ ਅੱਖਾਂ ਤੇ ਪੱਟੀ ਬੰਨ ਕੇ ਜਿਵੇਂ ਹਾਥੀ ਦੇਖਣਾ ਕਿ ਥਮਲੇ ਵਰਗਾ ਕਿ ਬੀਮ ਵਰਗਾ ਕਿ ਕਿਹੋ ਜਿਹਾ, ਉਹ ਨਹੀਂ, ਹਾਥੀ ਪੂਰਾ ਪਿਕਚਰ 'ਚ ਲੈਣਾ ਪਏਗਾ, ਤੇ ਉਹਦੇ 'ਚੋਂ ਕੋਈ ਪੋਲਿਸੀ ਮੇਕਿੰਗ ਦਾ ਇੱਕ ਨਵਾਂ ਕੋਈ ਫਾਰਮੂਲਾ ਕੱਢਣਾ ਚਾਹੀਦਾ। ਨਹੀਂ ਤਾਂ ਠੀਕ ਹੈ ਕਿ ਉਹ ਆਪੋ ਆਪਣਾ ਕੰਮ ਚਾਹੁੰਦਾ, ਸਾਡੇ ਇਕੋਨਮਿਸਟਾਂ ਦਾ ਦਾਇਰਾ ਬੜਾ ਜਦੋਂ ਫਿਲੋਸਫੀ ਨਾਲ ਤੋਂ ਤੋੜ ਕੇ ਇਕੋਨਮੀ ਕਰਦੇ ਨੇ, ਇਹ ਪੋਲੀਟੀਕਲ ਇਕੋਨਮੀ ਦੇ ਕੁਐਸਚਨ ਨੇ,
ਕੱਲੀ ਇਕਨੋਮੀ ਦੇ ਠੋਸ ਕੁਐਸਚਨ ਨਹੀਂ ਹੈ, ਇਹਦੇ ਨਾਲ ਪੋਲਿਟਿਕਸ ਕਿਵੇਂ ਹਿੱਲੂਗੀ, ਇਹਦੇ ਨਾਲ ਫੂਡ ਸਿਕਿਉਰਿਟੀ ਦੇ ਵਿੱਚ ਫੂਡ ਰਾਇਟਸ ਤੱਕ ਹੋ ਸਕਦੇ ਨੇ, ਵੱਖ ਵੱਖ ਦੇਸ਼ਾਂ 'ਚ ਦੰਗੇ ਹੋ ਰਹੇ ਨੇ ਜਿੱਥੇ ਚੱਲਦੇ ਨੇ। ਤਾਂ ਜਿਹੜੀ MF ਸਵਾਮੀਨਾਥਨ ਦੀਆਂ ਰਿਪੋਰਟਾਂ ਨੇ ਉਹ ਕੱਲੀ C2+50% ਨੀ, ਉਹ ਤਾਂ ਇੱਕ ਲਾਈਨ ਆ, ਉਹ ਵੀ ਬਾਅਦ 'ਚ ਜਾ ਕੇ ਲਿਖੀ ਹੋਈ ਹੈ, ਉਹਨੇ ਹਜ਼ਾਰਾਂ ਪੇਜ ਕਾਲੇ ਕੀਤੇ ਨੇ ਘੱਟੋ ਘੱਟ ਉਹਨੂੰ ਪੜ੍ਹ ਕੇ, ਉਹਦੇ ਤੇ ਡਿਬੇਟ ਕਰਾ ਕੇ ਪਾਰਲੀਮੈਂਟ 'ਚ, ਲੋਕਾਂ ਦੀ ਲੈਂਗੁਏਜ 'ਚ ਭੇਜ ਕੇ, ਸੱਥਾਂ 'ਚ ਡਿਬੇਟ ਕਰਾ ਕੇ। ਉਹ ਬਹੁਤ ਵੱਡਾ ਡਾਕੂਮੈਂਟ ਹੈ, ਵੱਡਾ ਦਸਤਾਵੇਜ਼ ਹੈ। ਉਹ ਇਹ ਕਹਿੰਦਾ ਕਿ ਪਿੰਡਾਂ ਦੇ ਪਿੰਡ ਬਚਣੇ ਕਿਵੇਂ ਨੇ, ਪਿੰਡਾਂ ਦੀਆਂ ਗ੍ਰਾਮ ਸਭਾਵਾਂ ਕਿਵੇਂ ਬਿਲਡ ਹੋਣੀਆਂ ਨੇ, ਪੰਚਾਇਤੀ ਰਾਜ ਕਿਵੇਂ ਬਿਲਡ ਹੋਣਾ, ਪੋਲਿਟਿਕਸ ਕਿਵੇਂ ਠੀਕ ਹੋਣੀ ਹੈ, ਜੇ ਉਹ ਨਾ ਹੋਈ ਤਾਂ ਅਸੀਂ ਕਿਵੇਂ ਫੂਡ ਸਿਕਿਉਰਿਟੀ ਤੋਂ ਵਾਂਝੇ ਰਹਿ ਜਾਵਾਂਗੇ। ਉਹ ਸਾਰੀਆਂ ਚੀਜ਼ਾਂ ਨੂੰ ਕਲੱਬ ਕਰਕੇ ਦਿੱਤੀ ਗਈ ਰਿਪੋਰਟ ਹੈਗੀ ਹੈ ਸਾਡੇ ਕੋਲ, ਔਰ ਅਸੀਂ ਜਿਹਦੇ ਜਿਹੜੀ ਛੂਟ ਕਰਦੀ ਹੈ ਇੱਕ ਗੱਲ ਉਹਦੇ ਆਧਾਰ ਤੇ ਸ਼ੁਰੂ ਕਰ ਦਿੰਦਾ ਕੰਮ, ਤੇ ਮੈਨੂੰ ਲੱਗਦਾ ਕਿ ਓਡੀ ਇੱਕ ਗੱਲ ਨਹੀਂ ਹੈ, ਉਦੋਂ ਗੱਲ ਕਾਫੀ ਜ਼ਿਆਦਾ ਗੰਭੀਰ ਹੈ। ਔਰ ਇਹ ਵੱਡੇ ਪੱਧਰ ਤੇ ਸਕਾਲਰਜ ਜਾਂ ਕਮੇਟੀਆਂ PHU ਦੀ ਜ਼ਿੰਮੇਵਾਰੀ ਹੈ, ਡਿਫਰੈਂਟ ਯੂਨੀਵਰਸਿਟੀਆਂ ਦੀ ਹੈ, ਸਰਕਾਰ ਨੂੰ ਲਾਉਣੀ ਚਾਹੀਦੀ ਹੈ ਸਾਡੇ ਨੂੰ, ਤੇ ਉਹਦੇ ਤੋਂ ਕੋਈ ਰਿਜ਼ਲਟ ਜਦੋਂ ਕੱਢਣਗੇ ਫਿਰ ਉੱਥੇ ਡਿਬੇਟ ਕਰਾਉਣ ਤੇ ਡਿਬੇਟ ਕਰਾ ਕੇ ਇੱਥੇ ਆਉਣ। ਸਾਡੇ ਤਾਂ ਐਗਰੀਕਲਚਰ ਪਾਲਿਸੀ ਤੇ ਅਸੀਂ ਕੁਝ ਨਹੀਂ ਕਰਦੇ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੇਲੇ ਜਿਹੜੀ ਇਸ ਇਹ ਪਾਲਿਸੀ ਪਈ ਸੀ, ਜਿਹੜੀ ਅਜੇ ਵੀ ਜਾਖੜ ਵਾਲੀ ਜਦੋਂ ਚੇਅਰਮੈਨ ਸੀ, ਕਿੱਥੇ ਗਈ, ਉੱਥੇ ਕਿਹਨੇ ਕੰਮ ਕੀਤਾ, ਡਰਾਫਟ ਦਾ ਡਰਾਫਟ ਪਿਆ। ਉਦੋਂ ਪਹਿਲਾਂ ਕਾਲਕਟ ਸਾਹਿਬ ਵਾਲੀ ਸੀ ਜਦੋਂ ਬਾਦਲ ਸਾਹਿਬ ਸੀ, ਉਹ ਕਿੱਥੇ ਹੈ, ਤੇ ਅੱਜ ਕੱਲ੍ਹ ਜਿਹੜਾ ਖੁਸ਼ਹਾਲ ਸੁਖਪਾਲ ਸਿੰਘ ਨੇ ਦਿੱਤੀ ਹੈ ਖਰੜਾ, ਉਹ ਕਿੱਥੇ ਹੈ, ਹੈ ਹੀ ਨਹੀਂ। ਹਵਾ ਲਵਾ ਲਓ, ਕੋਈ ਅਜਿਹੀਆਂ ਗੁਪਤ ਚੀਜ਼ਾਂ ਨਹੀਂ ਹੈ, ਇਹ ਓਪਨ ਡਿਸਕਸ਼ਨ ਦੇ ਸਵਾਲ ਨੇ। ਉਦੋਂ ਬਾਅਦ ਕੋਈ ਫੈਸਲਾ ਲੈ ਲੇ ਪੰਜਾਬ ਜੇ ਲੈਣਾ ਚਾਹੁੰਦਾ, ਬਿਨਾਂ ਪੜ੍ਹੇ ਬਿਨਾਂ ਦੇਖੇ ਬਿਨਾਂ ਹੋਲਿਸਟਿਕ ਵਿਊ ਲਏ ਸਟੈਂਡ ਜਿਹੜਾ ਉਹ ਆਤਮਘਾਤੀ ਹੋਊਗਾ, ਮੈਨੂੰ ਲੱਗਦਾ ਉਹ ਕੋਈ ਬਹੁਤ ਬਿਹਤਰ ਸਟੈਂਡ ਨਹੀਂ ਹੋਏਗਾ। ਔਰ ਇਹ ਗੱਲ ਮੋਟੇ ਫਾਰਮੂਲੇ ਦੇ ਤਹਿਤ ਆਉਂਦੀ ਹੈ ਕਿ ਜੇਕਰ ਗਲੋਬਲ ਲੈਵਲ ਤੇ ਫ੍ਰੀ ਮਾਰਕੀਟ ਕਰ ਦੋਗੇ, ਜਾਂ ਗਲੋਬਲ ਲੈਵਲ ਤੇ ਛੱਡੋ, ਜਿਹੜਾ ਇੱਕ ਦੇਸ਼ ਤੇ ਸਾਡੇ ਦੇਸ਼ ਦੇ ਵਿੱਚ ਅਸੀਂ ਫੈਡਰਲ ਸਟਰਕਚਰ ਕਿਉਂ ਚਾਹੁੰਦੇ ਹਾਂ, ਕਿਉਂਕਿ ਇਸ ਕਰਕੇ ਚਾਹੁੰਦੇ ਹਾਂ, ਬੰਨ ਸੰਬੰਧਤ ਹੈ ਪੰਜਾਬ ਦੀ ਨੇਚਰ, ਪੰਜਾਬ ਦਾ ਕਰੋਪ ਪੈਟਰਨ, ਪੰਜਾਬ ਦੇ ਰਿਵਾਜ, ਪੰਜਾਬ ਦੀ ਬੋਲੀ, ਪੰਜਾਬ ਦਾ ਸੱਭਿਆਚਾਰ, ਲੋਕਾਂ ਦੀਆਂ ਆਦਤਾਂ। ਨੌਰਥ ਈਸਟ ਦਾ ਆਪਣਾ ਹੈ, ਸਾਊਥ ਦਾ ਆਪਣਾ ਹੈ, ਸਾਡਾ ਆਪਣਾ ਹੈ। ਇਸ ਲਈ ਵੰਨ ਸੰਬੰਧਤਾ ਦੇ ਨੂੰ ਇੱਕੋ ਰਸੇ ਨਹੀਂ ਹੱਕਿਆ ਜਾ ਸਕਦਾ, ਇਹਦੇ ਲਈ ਡਿਫਰੈਂਟ ਟਾਈਪ ਦੀ ਅਪਰੋਚਿਸ ਦੀ ਲੋੜ ਹੈ। ਮਾਡਲ ਐਕਟ ਤੁਸੀਂ ਕੋਈ ਬਣਾ ਦਿਓ, ਪਰ ਉਹਨੂੰ ਡਿਫਰੈਂਟ ਐਕਟ ਚਾਹੀਦੇ ਨੇ ਉਹਦੇ ਸਾਰੇ ਮਾਮਲਿਆਂ ਦੇ ਵਿੱਚ। ਤਾਂ ਪੂਰੇ ਦੇਸ਼ ਦੇ ਵਿੱਚ ਤੁਸੀਂ ਗਧੇ ਘੋੜੇ ਨੂੰ ਇਕੱਠਾ ਕਹੋਗੇ ਖੇਡੋ ਜਾ ਕੇ, ਜੀ ਇਸੇ ਤਰੀਕੇ ਦੇ ਨਾਲ ਹੋਏਗਾ, ਇਹ ਸੰਭਵ ਨਹੀਂ ਹੈ। ਇਹਦਾ ਮਤਲਬ ਕਲੀਅਰ ਹੈ ਕਿ ਜਿਹੜੇ ਟੌਪ ਹੁੰਦੇ ਨੇ, ਜਿਹੜੇ ਪਾਵਰਫੁੱਲ ਹੁੰਦੇ ਨੇ, ਉਹ ਉਹਨਾਂ ਦੇ ਲਈ ਉਹ ਠੀਕ ਹੈ ਮੈਦਾਨ ਹੈਗਾ, ਤੇ ਦੂਜਿਆਂ ਲਈ ਨਹੀਂ ਹੈ। ਜਿਹੜਾ ਐਸਟ੍ਰੋਟਰਫ ਤੇ ਕਦੇ ਖੇਡਿਆ ਹੀ ਨਹੀਂ ਹੈ, ਅਜੇ ਮਿੱਟੀ 'ਚ ਖੇਡ ਰਿਹਾ, ਉਹ ਟੀਮ ਨੂੰ ਚੱਕ ਕੇ ਤੁਸੀਂ ਉੱਥੇ ਖਿਡਾਉਣਾ ਸ਼ੁਰੂ ਕਰ ਦਿਓ ਤੁਰੰਤ ਜਾ ਕੇ, ਕਿ ਸਾਰਿਆਂ ਲਈ ਇੱਕੋ ਜਿਹੀ ਹੈ, ਜਿਹਦੇ ਉਹ ਵੀ ਤਾਂ ਇਸੇ ਤੇ ਖੇਡਦੇ ਨੇ, ਤੁਸੀਂ ਵੀ ਇਸੇ ਤੇ ਖੇਡੋ। ਇਹ ਸੰਭਵ ਹੈ ਵਿਦਾਊਟ ਟ੍ਰੇਨਿੰਗ, ਵਿਦਾਊਟ ਕਿਸੇ ਸਿਸਟਮ 'ਚ। ਇਸ ਲਈ WTO ਨੂੰ ਓਵਰਆਲ ਜਿਹੜਾ ਲੋਕਾਂ ਦੀ ਕਾਬਲੀਅਤ, ਟ੍ਰੇਨਿੰਗ ਦਾ ਸੈਟਅਪ, ਔਰ ਦੇਸ਼ਾਂ ਦੇ ਆਪੋ ਆਪਣੇ ਇਕਨੋਮਿਕ ਲੈਵਲ ਤੇ ਉਹਨਾਂ ਦੀ ਗਰੀਬੀ ਤੇ ਈਵਨ ਜਨਸੰਖਿਆ ਦਾ ਲੈਵਲ, ਇਹ ਸਾਰੇ ਪੱਖਾਂ ਤੋਂ ਦੇਖਣਾ ਪਊਗਾ। ਔਰ ਫਿਰ ਕਿੰਨੇ ਲੋਕ ਖੇਤੀ ਤੇ ਡਿਪੈਂਡੈਂਟ ਨੇ, ਅਮਰੀਕਾ 'ਚ 1.5% ਰਹਿ ਗਿਆ, ਕਿਤੇ 5% ਰਹਿ ਗਿਆ, ਸਾਡੇ ਅਜੇ ਵੀ ਡਾਇਰੈਕਟਲੀ 49% ਲੋਕ ਡਾਇਰੈਕਟਲੀ ਖੇਤੀ ਤੇ ਰੁਜ਼ਗਾਰ ਜਾਪਦਾ ਨੇ, ਤੇ ਕੀ ਕਰ ਕਿੱਥੇ ਲੈ ਕੇ ਜਾਓਗੇ ਉਹਨਾਂ ਦਾ, ਕੀ ਕਰੋਗੇ ਤੁਸੀਂ। ਔਰ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਨੂੰ ਸਾਡੇ ਅਜੇ ਡਿਬੇਟ ਘੱਟ ਹੋ ਰਹੀ ਹੈ, ਸ਼ਾਇਦ ਹੁੰਦੀ ਰਹੇ ਤਾਂ ਠੀਕ ਹੈ, ਸਾਡੇ ਅਖਬਾਰਾਂ 'ਚ ਦੇਖ ਲੈਣਾ WTO ਦੀ ਅੱਜ ਤੋਂ ਚੱਲੀ ਕਾਰਗੁਜ਼ਾਰੀ ਕਿੰਨੀ ਕੁ ਕਵਰ ਹੋਏਗੀ, ਕਿੰਨੇ ਕੁ ਲੋਕ ਜਾਣਗੇ, ਕਿੰਨੇ ਕੁ ਐਕਸਪਰਟ ਨੇ, ਕਿੰਨੇ ਅਖਬਾਰਾਂ ਨੇ ਸਾਡੇ ਦੇਸ਼ ਦੇ ਕੋਰਸਪੋਂਡੈਂਟ ਭੇਜੇ ਹੋਏ ਨੇ ਉੱਥੇ, ਖਰਚਾ ਕਰਕੇ ਵੀ ਜਾਓ ਉੱਥੋਂ, ਕੱਲੀ ਕੱਲੀ ਰਿਪੋਰਟ ਚਾਹੀਦੀ ਹੈ ਸਾਨੂੰ। ਤੇ ਫਿਰ ਅਧੂਰੀ ਜਾਣਕਾਰੀ ਰਹੂਗੀ ਨਾ, ਐਡੀ ਦੂਰੋਂ ਤਾਂ ਚੱਲ ਨਹੀਂ ਸਕਦਾ ਕੰਮ, ਕੋਈ ਤਾਂ ਜ਼ਿੰਮੇਵਾਰੀ ਉਠਾਵੇ।
ਕਿਸ ਨਾ ਕਿਸੇ ਰੂਪ ਦੇ ਵਿੱਚ। ਬਿਲਕੁਲ ਠੀਕ ਹੈ, ਔਰ ਇਹਦੇ ਉੱਤੇ ਘੱਟੋ ਘੱਟ ਆਪਣੇ ਹਿੱਸੇ ਦਾ ਕੰਮ ਤਾਂ ਕਰਨਾ ਹੀ ਚਾਹੀਦਾ ਸਾਨੂੰ। ਇਹ ਡਿਬੇਟ ਜਿਹੜੀ ਇਹਦੇ ਇਹ ਹੋਣੀ ਚਾਹੀਦੀ ਆ, ਔਰ ਜਿਹੜੇ ਇਹਦੇ ਜਾਣਕਾਰ ਨੇ ਉਹਨਾਂ ਨੂੰ ਬਿਠਾਉਣਾ ਚਾਹੀਦਾ। ਵੱਖ ਵੱਖ ਤਰ੍ਹਾਂ ਦੇ ਵਿਚਾਰ ਆਉਣਗੇ, ਵਿਚਾਰ ਟਕਰਾਉਣਗੇ, ਤਾਂ ਫਿਰ ਇਹਦੇ ਵਿੱਚੋਂ ਜਾਗਰੂਕਤਾ ਦੇ ਪੱਧਰ ਤੇ ਸਟਰਗਲ ਨਿਕਲਦੀਆਂ, ਸੰਘਰਸ਼ ਨਿਕਲਦੇ ਆ, ਕਿਸੇ ਖਿੱਤੇ ਲਈ ਨੀਤੀ ਪਾਲਿਸੀ ਬਣਦੀ ਹੈ, ਜੇ ਬਣੇ ਤਾਂ। ਸੁਰੇਸ਼ ਕੁਮਾਰ ਦਾ ਉਹ ਆਰਟੀਕਲ ਕਾਫੀ ਅਹਿਮ ਆ, ਔਰ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਦੇ ਉੱਤੇ ਵੀ ਇੱਕ ਡਿਬੇਟ ਕਰਾ ਸਕੀਏ। ਮੈਂ ਆਖਰ ਦੇ ਵਿੱਚ ਸਾਹਮੀਰ ਸਿੰਘ ਜੀ, ਜੇ ਮੈਂ ਦੇਖ ਰਿਹਾ ਪ੍ਰਤਾਪ ਸਿੰਘ ਬਾਜਵਾ ਦੀ ਇਸੇ ਸਟਰਗਲ, ਕਿਸਾਨੀ ਸਟਰਗਲ ਦੇ ਉੱਤੇ ਇੱਕ ਸਟੇਟਮੈਂਟ, ਬੜੀ ਮਾਨਾ ਖੇਜ ਹੈ, ਇਹਨੂੰ ਸਟੇਟਮੈਂਟ ਨੂੰ ਪੋਲੀਟੀਕਲੀ ਜਿੱਦਾਂ ਮਰਜ਼ੀ ਲੈ ਲਈਏ, ਅਦਰਵਾਈਜ਼ ਜਿਹੜਾ ਸੈਸ਼ਨ ਬੁਲਾਇਆ ਹੋਇਆ ਅਗਲੇ ਦਿਨਾਂ ਦੇ ਵਿੱਚ ਬਜਟ ਸੈਸ਼ਨ, ਉਹ ਕਹਿੰਦੇ ਅਸੀਂ ਇਹਨੂੰ ਸ਼ੁਰੂ ਨਹੀਂ ਹੋਣ ਦੇਣਾ ਜਿੰਨਾ ਚਿਰ ਤੁਸੀਂ FIR ਨਹੀਂ ਕਰਦੇ ਜਾਂ ਬਾਕੀ ਮਾਮਲੇ। ਵਿਧਾਨਕਾਰਾਂ ਦਾ ਕੰਮ ਸੈਸ਼ਨ ਨੂੰ ਨਾ ਹੋਣ ਦੇਣਾ ਨਹੀਂ, ਸੈਸ਼ਨ ਦੇ ਵਿੱਚ ਜਾ ਕੇ ਜਿਵੇਂ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਵਿਰੋਧੀ ਧਿਰਾਂ ਤਾਂ ਪਹਿਲੇ ਦਿਨ ਹੀ ਆ ਜਾਂਦੀਆਂ, ਫਿਰ ਮੁੜ ਕੇ ਉਹ ਇਕੱਲੇ ਖੇਡਦੇ ਰਹਿੰਦੇ ਆ, ਜਿਹੜੇ ਵੀ ਸੱਤਾਧਰ ਧਿਰੇ ਹੋਵੇ। ਇੱਕ ਤਾਂ ਕਿਸਾਨੀ ਨਾਲ ਲੈ ਜੁੜਿਆ ਇਹ ਮਾਮਲਾ, ਕਿ ਅਜੇ ਉਹਦਾ ਪੋਸਟਮਾਰਟਮ ਨਹੀਂ ਹੋਇਆ, ਕੋਈ FIR ਜਾਂ ਕੁਛ ਵੀ, ਤੇ ਬਾਜਵਾ ਸਾਹਿਬ ਦੀ ਇਹ ਸਟੇਟਮੈਂਟ। ਫਿਰ ਲਾਸਟ ਵਿੱਚ ਜਿਹੜਾ ਇੱਕ ਇੱਕ ਛੋਟੀ ਜਿਹੀ ਟਿੱਪਣੀ ਇਸ ਗੱਲ ਤੇ ਵੀ ਮੈਂ ਚਾਹੂੰਗਾ, ਓਲਡ ਪੈਨਸ਼ਨ ਸਕੀਮ ਦੇ ਨਜ਼ਰੀਏ ਤੋਂ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਬਹੁਤ ਵੱਡਾ ਇੱਕ ਇਕੱਠ ਸੀਗਾ, ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਾਂ ਮਿਲ ਗਿਆ, ਮਤਲਬ 28 ਤਰੀਕ ਨੂੰ ਮੁੱਖ ਮੰਤਰੀ ਮਿਲਣਗੇ ਉਹਨਾਂ ਨੂੰ। ਇਹ ਵੀ ਇੱਕ ਸਵਾਲ ਹੈ ਕਿ ਬਹੁਤ ਸਾਰੀਆਂ ਧਿਰਾਂ ਸੰਘਰਸ਼ ਕਰ ਰਹੀਆਂ ਨੇ, ਬੇਚੈਨ ਨੇ, ਕੋਈ ਵੀ ਧਿਰ ਇਸ ਜਾਂ ਤਾਂ ਇਲੈਕਸ਼ਨ ਕਰਕੇ ਹੁੰਦਾ ਰਹਿੰਦਾ ਹੈ ਜਾਂ ਕਦੇ ਮਾਮਲੇ ਐਡਰੈਸ ਹੀ ਨਹੀਂ ਹੁੰਦੇ, ਇਹ ਵੀ ਇੱਕ ਸਵਾਲ ਹੈ। ਬਿਲਕੁਲ, ਜਿਹੜਾ ਇਹ ਮਤਲਬ ਪੋਸਟਮਾਰਟਮ ਨਹੀਂ ਹੋ ਰਿਹਾ, ਇਹ ਬਹੁਤ ਬੜਾ ਸਵਾਲ ਹੈ। ਇੱਥੇ ਉਹਦੇ ਤੇ ਕੇਂਦਰਿਤ ਹੋ ਗਿਆ ਮੁੱਦੇ ਛੱਡ ਕੇ, ਬਲਕਿ ਕਈ ਵਾਰ ਇੱਕ ਚੀਜ਼ ਤੇ ਕੇਂਦਰਿਤ ਹੋ ਜਾਂਦੀ ਗੱਲ ਹੈ ਕਿ ਇਨਸਾਫ ਨਹੀਂ। ਚੀਫ ਮਿਨਿਸਟਰ ਨੇ ਲਾਈਵ ਹੋ ਕੇ ਆਪ ਕਿਹਾ ਸੀਗਾ ਜਦੋਂ ਕਿ ਇਨਸਾਫ ਮਿਲੇਗਾ, FIR ਕਰਾਂਗੇ, ਜਾਂਚ ਕਰਾਂਗੇ, ਦੋਸ਼ੀਆਂ ਨੂੰ ਕਟਹਿਰੇ 'ਚ ਲਿਆਵਾਂਗੇ। ਉਹਨਾਂ ਨੂੰ ਆਪਣੇ ਬੋਲ ਪਕਾਉਣੇ ਚਾਹੀਦੇ ਨੇ, ਕਿਉਂ ਲੋਕਾਂ ਨੂੰ ਵਾਰ ਵਾਰ ਡਿਮਾਂਡ ਕਰਨੀ ਪਵੇ, ਤੇ ਕਿ ਏਡੀ ਕੁ ਗੱਲ ਤੇ ਜੇ ਰੌਲਾ ਪੈਂਦਾ ਰਹਿੰਦਾ ਤਾਂ ਤੁਸੀਂ ਵੱਡੇ ਮਸਲੇ ਕਿਵੇਂ ਸੁਲਝਾਓਗੇ। ਔਰ ਸਾਰੇ ਹਾਈਕੋਰਟ ਦੇ ਬਾਰ ਨੇ ਮਤਲਬ ਸਟ੍ਰਾਈਕ ਕੀਤੀ ਸੀ, ਤੇ ਸਾਰੇ ਵਕੀਲ ਜਾਣਕਾਰ ਜਿਹੜੇ ਸੰਵਿਧਾਨ ਤੇ ਕਾਨੂੰਨ ਦੇ ਨੇ, ਉਹ ਕਹਿੰਦੇ 0 ਨੰਬਰ FIR ਦਰਜ ਕਰਨ ਤੋਂ ਤੁਹਾਨੂੰ ਕਿਤੇ ਵੀ ਕੋਈ ਨਹੀਂ ਰੋਕਦਾ, ਬਾਅਦ 'ਚ ਇਨਵੈਸਟੀਗੇਟ ਕਰੋ, ਜੋ ਮਰਜ਼ੀ ਕਰੋ। ਤੇ ਜੇ ਤੁਹਾਨੂੰ ਉਹ ਸਾਰੇ ਕਹਿ ਰਹੇ ਨੇ ਤੇ ਤੁਸੀਂ ਕਿਉਂ ਇਹ ਤੋਂ ਪਿੱਛੇ ਠਹਿਰੋ? ਕੋਈ ਪੋਲੀਟੀਕਲ ਪ੍ਰੈਸ਼ਰ ਹੈ ਤਾਂ ਲੋਕਾਂ ਦੇ ਸਾਹਮਣੇ ਆ ਕੇ ਦੱਸ ਦੇਣ, ਜਿਵੇਂ ਪਹਿਲਾਂ ਉਹਨਾਂ ਨੇ ਦੱਸਿਆ ਸੀ ਕਿ ਪ੍ਰੈਸ਼ਰ ਪੈ ਰਿਹਾ, 356 ਲਾ ਦਾਂਗੇ, ਸਰਕਾਰ ਤੋੜ ਦਾਂਗੇ, ਮੇਰੀਆਂ ਦਰਜਣਾ ਵਾਰ ਮੈਂ ਕੁਰਬਾਨ ਕਰ ਸਕਦਾ ਆਪਣੀ ਕੁਰਸੀ। ਇਹ ਦਰਜ ਕੁਰਸੀ ਵੀ ਕੋਈ ਕੁਰਬਾਨ ਕਰਨ ਦੀ ਲੋੜ ਨਹੀਂ ਹੈ, ਕੇਵਲ FIR ਨਾਲ ਹੀ ਕੁਰਸੀ ਕੁਰਬਾਨ ਹੁੰਦੀ ਹੁੰਦੀ, ਤੇ ਜੇ ਕਰ ਲੈਣ ਤਾਂ ਚੰਗੀ ਗੱਲ ਹੈ। ਤੇ ਦੂਜੀ ਗੱਲ ਜਿਹੜੀ ਬਾਜਵੇ ਹੋਣੀ ਕਹਿ ਰਹੇ ਨੇ ਕਿ ਅਸੀਂ ਚੱਲਣ ਨਹੀਂ ਦੇਣਾ, ਭਾਈ ਸਾਹਿਬ ਤੁਸੀਂ ਡਿਮਾਂਡ ਇਹ ਕਰੋ ਕਿ ਸਪੈਸ਼ਲ ਸੈਸ਼ਨ ਸਗੋਂ ਇਹ ਤੋਂ ਪਹਿਲਾਂ ਬੁਲਾਉਣਾ ਚਾਹੀਦਾ ਸੀ, ਬਜਟ ਸੈਸ਼ਨ ਤੋਂ ਵੀ, ਤਾਂ ਕਿ ਉਹਦੇ 'ਚ ਬੈਠ ਕੇ ਤੁਹਾਨੂੰ ਲੋਕਾਂ ਨੇ ਚੁਣਿਆ ਇਸ ਕਰਕੇ ਹੈ ਕਿ ਇੱਕ ਪਲੇਟਫਾਰਮ ਹੈ ਤੁਹਾਡੇ ਕੋਲ ਜਿੱਥੇ ਜਾ ਕੇ ਆਪਣੀ ਗੱਲ ਕਹਿ ਸਕੋ। ਗਵਰਨਰ ਨੇ ਐਡਰੈਸ ਤਾਂ ਗਵਰਨਰ ਐਡਰੈਸ ਤਾਂ ਹੋਣਾ ਹੀ ਹੋਣਾ, ਤੇ ਇਸ ਤੋਂ ਬਾਅਦ ਬਜਟ ਹੈ, ਬਜਟ ਵੀ ਆਉਣਾ, ਤੇ ਉਹਦੇ ਵਿੱਚ ਤੁਸੀਂ ਡਿਮਾਂਡ ਐਡਜੋਰਨਮੈਂਟ ਮੋਸ਼ਨ ਦਿਓ, ਐਡਜੋਰਨਮੈਂਟ ਮੋਸ਼ਨ ਦੇ ਕੇ ਦੇਖੋ ਵੀ ਬਾਕੀ ਗਵਰਨਰ ਦੇ ਐਡਰੈਸ ਤੋਂ ਬਾਅਦ ਹੋਰ ਕਿਸੇ ਵੀ ਗੱਲ ਤੇ, ਮਤਲਬ ਟੈਕਨੀਕਲੀ ਤਾਂ ਗਵਰਨਰ ਐਡਰੈਸ ਹੀ ਹੋਏਗਾ, ਕੁਝ ਨੀ ਤੁਸੀਂ ਕਰ ਸਕਦੇ ਇਸ ਤੋਂ ਪਹਿਲਾਂ, ਜੋ ਵੀ ਕਰਨਾ ਚਾਹੋਗੇ ਉਹ, ਕੋਈ ਤੁਹਾਡੇ ਕੋਲ ਕੋਈ ਇਹੋ ਜਿਹਾ ਨਿਯਮ ਨਹੀਂ, ਕੋਈ ਲਾ ਨਹੀਂ, ਕੋਈ ਕੁਛ ਨਹੀਂ। ਪਰ ਉਦੋਂ ਬਾਅਦ ਸਭ ਤੋਂ ਪਹਿਲੇ ਦਰਜੇ ਦੇ ਉੱਤੇ ਇਹ ਇਸ਼ੂ ਡਿਸਕਸ ਹੋਣੇ ਚਾਹੀਦੇ ਨੇ, ਔਰ ਉਹ ਐਡਜੋਰਨਮੈਂਟ ਮੋਸ਼ਨ ਨਹੀਂ ਸਰਕਾਰ ਮੰਨੂਗੀ, ਮੰਨ ਲਓ ਸਪੀਕਰ ਸਾਹਿਬ ਤੇ ਡਿਪੈਂਡ ਕਰਦਾ ਹੁੰਦਾ, ਨਹੀਂ ਮੰਨੂਗੀ ਤਾਂ ਤੁਹਾਡੇ ਕੋਲ ਜੂਨੀਅਰ ਗਵਰਨਮੈਂਟ ਆਪੋਜੀਸ਼ਨ ਦੀ ਤਰ੍ਹਾਂ ਬੇਭਰੋਸਗੀ ਦਾ ਮਤਾ ਲਿਆਉਣ ਦਾ ਰਾਈਟ ਹੈ ਤੁਹਾਡੇ ਕੋਲ, ਤੇ ਤੁਸੀਂ ਲਿਆ ਕੇ ਕਹੋ, ਉਹਦੇ ਤੇ ਤਾਂ ਡਿਬੇਟ ਕਰਨੀ ਹੋ ਪਏਗੀ, ਜੋ ਮਰਜ਼ੀ ਹੋਵੇ ਬਾਕੀ ਦੀਆਂ ਚੀਜ਼ਾਂ ਨੇ, ਤੁਸੀਂ ਕੋਈ ਉਹ ਲੀਗਲ ਤੇ ਸੈਟਅਪ ਬਾਕੀ ਦੀਆਂ ਚੀਜ਼ਾਂ ਵਰਤੋ ਸੈਸ਼ਨ ਦੇ ਵਿੱਚ ਡਿਬੇਟ ਕਰਾਉਣ ਦੀਆਂ, ਨਾ ਕਿ ਅਸੀਂ ਚੱਲਣ ਨਹੀਂ ਦਿਆਂਗੇ ਦੀ।
ਇਹ ਦੋ ਅਲੱਗ ਅਲੱਗ ਚੀਜ਼ਾਂ ਹੁੰਦੀਆਂ ਨੇ। ਲੋਕਾਂ ਨੂੰ ਪਤਾ ਲੱਗੇ ਕਿ ਤੁਹਾਡੇ ਕੋਲ ਵੀ ਕੀ ਹੈ, ਉਹਨਾਂ ਕੋਲ ਵੀ ਕੀ ਹੈ। ਸੈਸ਼ਨ ਕਹੋ ਵੀ ਇੱਕ ਜਾਂ ਦੋ ਦਿਨ ਘੱਟੋ ਘੱਟ ਰਾਖਵਾਂ ਰੱਖੋ ਕਿਸਾਨੀ ਮੁੱਦਿਆਂ ਲਈ ਤੇ ਵਾਪਰ ਰਹੀ ਹੈ ਇਹਨਾਂ ਘਟਨਾਵਾਂ ਦੇ ਲਈ। ਦੂਜੀ ਗੱਲ ਫਿਰ ਲੋਕ ਆਪ ਹੀ ਕਹਿੰਦੇ ਨੇ ਵੀ ਇੰਨੇ ਪੈਸੇ ਖਰਚ ਕਰਕੇ ਤੁਸੀਂ ਬਾਹਰ ਬਹਿ ਜਾਓਗੇ, ਉਹ ਜਿਹੜੇ ਉਹ ਤਾਂ 92 ਨੇ ਫਿਰ ਵੀ ਜੋ ਮਰਜ਼ੀ ਪਾਸ ਕਰੀ ਜਾਣਗੇ, ਤੁਹਾਡੇ ਬਾਹਰ ਆ ਕੇ ਫਿਰ ਫਾਇਦਾ ਕੀ ਹੋਇਆ, ਤੁਹਾਨੂੰ ਕਾਹਦੇ ਲਈ ਚੁਣਿਆ ਜੀ। ਤੁਸੀਂ ਤੁਹਾਡੀ ਰਣਨੀਤੀ ਤਾਂ ਕਰੈਕਟ ਹੋਣੀ ਚਾਹੀਦੀ ਹੈ ਨਾ ਉਸ ਸਾਰੇ ਕਿਸੇ ਮਾਮਲੇ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਇਹ ਗੱਲ ਜ਼ਰੂਰ ਮੇਰਾ ਖਿਆਲ ਸੋਚਣ ਦਾ ਸਵਾਲ ਹੈ ਜਿਹੜਾ ਇਹਨਾਂ ਨੂੰ ਕਰਨ ਦੀ ਲੋੜ ਹੈ ਜੀ। ਆਖਰੀ ਜਿਹੜੀ ਇੱਕ ਓਲਡ ਪੈਨਸ਼ਨ ਸਕੀਮ ਤੇ ਔਰ ਬਾਕੀ ਧਿਰਾਂ ਨੂੰ ਹੁਣ ਮੀਟਿੰਗਸ ਦੇਣ ਦਾ ਮੁੱਖ ਮੰਤਰੀ ਦਾ ਰੌਂ ਹੈ, ਮਨ ਹੈ, ਇਹ ਵੀ ਕਾਫੀ ਧਿਰਾਂ ਜਿਹੜੀਆਂ ਅਹਿਮ ਨੇ। ਕਿਸਾਨ ਮਜ਼ਦੂਰ ਤਾਂ ਮਜ਼ਦੂਰਾਂ ਨੂੰ ਵੀ ਰਾਦਰ ਨਹੀਂ ਸੁਣਿਆ ਜਾਂਦਾ, ਮਨਰੇਗਾ ਵਾਲੇ ਦੂਜੇ ਤੀਜੇ ਤੁਸੀਂ ਤਾਂ ਜ਼ਿਕਰ ਕਰਦੇ ਹੀ ਰਹਿੰਦੇ ਹੋ, ਇੱਕ ਛੋਟੀ ਜਿਹੀ ਟਿੱਪਣੀ। ਮੈਨੂੰ ਲੱਗਦਾ ਕਿ ਹੁਣ ਇਹ ਵੀ ਪੈਮਾਨਾ ਬਣ ਗਿਆ ਕਿ ਕਿੰਨੇ ਕੁ ਇਕੱਠ ਹੈ, ਕਿੱਡਾ ਕੁ ਘਰਾਓ ਕਰ ਸਕਦੇ ਨੇ। ਮੀਟਿੰਗ ਵੀ ਉਹਦੇ ਨਾਲ ਮਿਲੂਗੀ, ਉਹਦੇ ਤੋਂ ਪਹਿਲਾਂ ਮੀਟਿੰਗ ਨਹੀਂ ਮਿਲੂਗੀ। ਇਹ ਕਾਫੀ ਲੰਬੇ ਸਮੇਂ ਤੋਂ ਸਰਕਾਰਾਂ ਦਾ, ਇਕੱਲੀ ਇਹ ਸਰਕਾਰ 'ਚ ਨਹੀਂ ਆਇਆ, ਪਹਿਲੀਆਂ ਸਰਕਾਰਾਂ 'ਚ ਵੀ ਇਹ ਚੱਲੇ ਆ। ਮੀਟਿੰਗ ਲੈਣ ਲਈ ਵੀ ਧਰਨਾ ਦੇਣਾ ਪੈਂਦਾ, ਸੜਕ ਰੋਕਣੀ ਪੈਂਦੀ ਹੈ ਤੇ ਫਿਰ ਜਾ ਕੇ ਉਹ ਗੱਲ ਹੁੰਦੀ ਹੈ। ਹਾਲਾਂਕਿ ਚੀਫ ਮਿਨਿਸਟਰ ਕਹਿੰਦੇ ਨੇ ਸਾਡੇ ਤਾਂ ਦਰਵਾਜ਼ੇ ਖੁੱਲ੍ਹੇ ਨੇ, ਮੇਰਾ ਇੱਥੇ ਆਫਿਸ ਹੈ ਜਾਂ ਮੇਰਾ ਘਰ ਹੈ, ਇਸੇ ਤਰ੍ਹਾਂ ਚੀਫ ਸੈਕਟਰੀ ਦਾ ਆਫਿਸ ਹੈ, ਇੱਥੇ ਉਹਦਾ ਘਰ ਹੈ, ਮੰਤਰੀਆਂ ਦੇ ਘਰ ਨੇ, ਉੱਥੇ ਨੇੜੇ ਜਾਣ ਦਿੰਦਾ, ਕਿਉਂਕਿ ਕਿਸੇ ਨੂੰ ਇੱਥੇ ਤਾਂ ਚੰਡੀਗੜ੍ਹ ਦੇ ਅੰਦਰ ਨਹੀਂ ਵੜ ਦਿੰਦੇ। ਘਰ ਤੁਸੀਂ ਪਤਾ ਨਹੀਂ ਕਿਹਦੇ ਲਈ ਰੱਖੇ ਨੇ, ਟਾਪੂ ਹੈ ਇਹ, ਕੋਈ ਐਂ ਸਿੱਧਾ ਥੋੜ੍ਹੀ ਹੈ ਜਿੱਥੇ ਜਾਣ ਜਾ ਕੇ ਕੋਈ ਵੀ ਵੜ ਜਾਊਗਾ। ਜਾ ਕੇ ਕੌਣ ਪਾਸ ਬਣਾਊਗਾ ਤੁਹਾਡੇ ਆਫਿਸ ਤੱਕ ਪਹੁੰਚਣ ਲਈ ਰਿਕਮੈਂਡੇਸ਼ਨ ਤੋਂ ਬਿਨਾਂ? ਉਹ ਹੇਠਾਂ ਖੜੇ ਕਹਿੰਦੇ ਨੇ ਪਹਿਲਾਂ ਉੱਥੋਂ ਉੱਪਰੋਂ ਕਹਾਓ ਜੀ, ਉੱਪਰ ਤਾਂ ਕੋਈ ਜਾਣਦਾ ਨਹੀਂ ਉਹਨਾਂ ਨੂੰ, ਉਹਨਾਂ ਨੇ ਕੌਣ ਕਹੂਗਾ ਜਿਹਨੂੰ ਕੋਈ ਨਹੀਂ ਜਾਣਦਾ ਕਿ ਜੀ ਆ ਜਾਣ ਦਿਓ। ਇਸ ਕਰਕੇ ਇਹ ਤਰਪਾਲ ਬਾਜੀ ਦਾ ਜਿਹੜੀਆਂ ਗੱਲਾਂ ਨੇ ਇਹਨੂੰ ਥੋੜਾ ਜਿਹਾ ਦੇਖਣਾ ਚਾਹੀਦਾ। ਹਾਂ, ਓਲਡ ਪੈਨਸ਼ਨ ਸਕੀਮ ਤੁਸੀਂ ਆਪਣੇ ਗਰੰਟੀ ਦੇ ਵਿੱਚ ਸ਼ਾਮਿਲ ਕੀਤੀ ਹੋਈ ਹੈ ਔਰ ਹਿਮਾਚਲ ਵਾਲਿਆਂ ਨੇ ਉਹ ਤਾਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਇਹਨਾਂ ਨੇ ਵੀ ਕੀਤੀ ਹੋਈ ਸੀ। ਰਾਜਸਥਾਨ ਵਾਲਿਆਂ ਨੇ ਕੀਤੀ ਸੀ, ਉਹਨਾਂ ਨੇ ਵੀ ਇੱਕ ਲੈਵਲ ਦਾ ਸ਼ੁਰੂ ਕਰਤਾ ਸੀ, ਪਹਿਲਾਂ ਹੀ ਬਲਕਿ ਚੋਣਾਂ ਤੋਂ ਪਹਿਲਾਂ ਕਰਤਾ ਸੀ। ਔਰ ਇਹ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਕੁਝ ਕਰਨਾ ਪਊਗਾ ਕਿਉਂਕਿ ਤੁਹਾਡੀ ਗਰੰਟੀ ਹੈ। ਤੁਸੀਂ ਤਾਂ ਕਹਿੰਦੇ ਸਾਡੀ ਗਰੰਟੀ ਤਾਂ ਪੱਕੀ ਹੁੰਦੀ ਹੈ, ਅਸੀਂ ਤਾਂ ਕਦੇ ਉਹੀ ਨਹੀਂ ਕਰਦੇ, ਜਾਂ ਉਹਦਾ ਕੋਈ ਲੌਜਿਕ ਦਿਓ। ਔਰ ਜੇ ਉਹਨਾਂ ਨੂੰ ਇੰਨੇ ਵਾਰ ਵੱਡੇ ਵੱਡੇ ਇਕੱਠ ਕਰਨੇ ਪਏ ਨੇ, ਇਹ ਦੇਸ਼ ਦਾ ਮਾਮਲਾ ਹੈ, ਇਹ ਪਾਰਲੀਮੈਂਟ 'ਚ ਵੀ ਆਏਗਾ। ਤੁਸੀਂ ਦੇਖੋ ਬਹੁਤ ਬੜੀ ਰੈਲੀ ਇਹਨਾਂ ਨੇ ਦਿੱਲੀ 'ਚ ਕੀਤੀ ਸੀ ਓਲਡ ਪੈਨਸ਼ਨ ਸਕੀਮ ਵਾਲਿਆਂ ਨੇ, ਉਹ ਫਿਰ ਵੀ ਇੱਕ ਇੰਪਲਾਈ ਤਬਕਾ ਹੈ, ਉਹਨਾਂ 'ਚ ਜਾਨ ਹੈ, ਤਨਖਾਹ ਤਾਂ ਪੂਰੀ ਮਿਲਦੀ ਹੈ, ਪੈਨਸ਼ਨ ਨਹੀਂ ਮਿਲਦੀ, ਉਹ ਅਲੱਗ ਹੈ, ਪੈਸੇ ਨੇ, ਆਰਗੇਨਾਈਜ਼ਡ ਗਰੁੱਪ ਹੈ, ਉਹ ਤਾਂ ਦਬਦਬਾ ਪਾ ਕੇ ਗੱਲ ਅੰਗੂਠਾ ਦੇ ਕੇ ਕਰਾ ਲੈਣਗੇ ਕਿਸੇ ਨਾ ਕਿਸੇ ਰੂਪ 'ਚ, ਇਹ ਨਹੀਂ ਦੂਜੀ ਸਰਕਾਰ ਕਰਨਾ ਪੈਣਾ ਉਹਨਾਂ ਨੂੰ। ਪਰ ਜਿਹੜੇ ਡਾਟ ਰਾਡਰ ਉਦੋਂ ਵੱਧ ਲੋਕ ਨੇ, ਇਹਨਾਂ ਨੂੰ ਤਾਂ ਚੀਫ ਮਿਨਿਸਟਰ ਨੇ ਦਿੱਤੀ 28 ਤਰੀਕ ਨੂੰ। ਇੱਥੇ ਇੱਕ ਬੰਦ ਵਾਲੇ ਦਿਨ ਮਨਰੇਗਾ ਵਾਲਿਆਂ ਦਾ ਇਕੱਠ ਹੋਇਆ ਸੀਗਾ ਜਿਹੜਾ ਬਿਲਕੁਲ ਕਿਰਤੀ ਹੈ, ਉਹਨਾਂ ਨੂੰ ਚੀਫ ਮਿਨਿਸਟਰ ਨੇ ਨਹੀਂ ਟਾਈਮ ਦਿੱਤਾ, ਉਹਨਾਂ ਨੂੰ ਕਹਿੰਦੇ ਸਰਕਾਰ ਨੇ ਟਾਈਮ ਦਿੱਤਾ ਹੈ ਤੁਹਾਡੇ। ਸਰਕਾਰ ਕੌਣ ਹੈ ਮੈਨੂੰ ਨਹੀਂ ਪਤਾ, ਸਰਕਾਰ ਸ਼ਬਦ ਲਿਖਿਆ ਹੋਇਆ ਜੀ, ਕਿਹਨੂੰ ਕਿਹਾ ਜਾਂਦਾ ਹੈ ਸਰਕਾਰ। ਔਰ ਜੇ ਉਹ 28 ਤਰੀਕ ਵੀ ਅੱਗੇ ਜਿਹੜੀ ਦੇਤੀ, ਉਸ ਦਿਨ ਕੋਈ ਐਮਰਜੈਂਸੀ ਨਾ ਹੋਵੇ ਸਰਕਾਰ ਨੂੰ, ਉਹਨਾਂ ਦੀ ਮੀਟਿੰਗ ਹੋਊਗੀ ਕਿ ਨਹੀਂ ਹੋਊਗੀ? ਮੈਨੂੰ ਇਹ ਡਾਊਟ ਜਿਹਾ ਲੱਗਦਾ। ਜੇ ਸਰਕਾਰ ਹੈ ਤਾਂ ਇਹਦਾ ਮਤਲਬ ਚੀਫ ਮਿਨਿਸਟਰ ਨਹੀਂ ਕੋਈ ਹੋਰ ਸਰਕਾਰ ਹੋਊ, ਜੇ ਹੋ ਜੇ ਤਾਂ ਉਹ ਵਿਚਾਰੇ ਇਹ ਕਹਿਣਗੇ ਵੀ ਚਲੋ ਸਾਨੂੰ ਵੀ ਕਿਸੇ ਨੇ ਬਿਠਾ ਲਿਆ, ਗੱਲ ਗੱਲ ਤਾਂ ਸੁਣੀ, ਬਾਕੀ ਤਾਂ ਦੂਰ ਦੀ ਗੱਲ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਲਈ ਗੱਲ ਕਰਨ ਦੇ ਵਿੱਚ ਤਾਂ ਕੋਈ ਹਰਜ ਨਹੀਂ ਹੋਣਾ ਚਾਹੀਦਾ, ਇਹਦੇ ਲਈ ਪ੍ਰੋਟੈਸਟ ਵੀ ਕਰਨ ਦੀ ਲੋੜ ਪੈਣੀ ਚਾਹੀਦੀ। ਜਦੋਂ ਬੰਦੇ ਮੰਗ ਪੱਤਰ ਭੇਜਦੇ ਨੇ ਤਾਂ ਡੇਟ ਕੋਈ ਦੇ ਦੇਣੀ ਚਾਹੀਦੀ ਹੈ, ਜੇ ਅੱਜ ਨਹੀਂ ਮਹੀਨੇ ਨੂੰ ਦੇ ਦਿਓ, ਮਹੀਨੇ ਨਹੀਂ ਡੇਢ ਮਹੀਨੇ ਨੂੰ ਦੇ ਦਿਓ, ਕਦੇ ਤਾਂ ਰੱਖੋ ਕੋਈ ਟਾਈਮ। ਔਰ ਉਹ ਟਾਈਮ ਫਿਰ ਬਦਲੋ ਨਾ, ਤੁਹਾਨੂੰ ਐਮਰਜੈਂਸੀ ਹੋਊਗੀ ਕਿਸੇ ਦੂਜੇ ਦੀ ਡਿਊਟੀ ਲਾਓ, ਘੱਟੋ ਘੱਟ ਕੋਈ ਡਿਊਟੀ ਲਾਓ ਤਾਂ ਕਿ ਕੁਝ ਨਾ ਕੁਝ ਹੋ ਜਾਏ, ਉਸ ਤੋਂ ਬਾਅਦ ਫਿਰ ਗੱਲ ਚੱਲਦੀ ਰਹੇ, ਫਿਰ ਲੋਕਾਂ ਦਾ ਭਰੋਸਾ ਥੋੜਾ ਬਹੁਤ ਬਣਿਆ ਰਹਿੰਦਾ। ਵੀਕੇ ਜੰਜੂਆ ਜਦੋਂ ਚੀਫ ਸੈਕਟਰੀ ਸੀ ਪੰਜਾਬ ਦੇ ਤਾਂ ਉਹਨਾਂ ਨੇ ਓਲਡ ਪੈਨਸ਼ਨ ਸਕੀਮ ਦੇ ਉੱਤੇ ਕਾਫੀ ਕੰਮ ਕੀਤਾ ਸੀਗਾ, ਉਦੋਂ ਤਾਂ ਇੰਜ ਹੋ ਗਿਆ ਸੀ
ਪ੍ਰੈਸ ਨੋਟ ਵੀ ਆ ਗਿਆ ਸੀਗਾ ਕਿ ਅਸੀਂ ਲਾਗੂ ਕਰਤੀ ਜੀ, ਸਿਧਾਂਤਕ ਸਹਿਮਤੀ ਦੇਣ ਤੋਂ ਬਾਅਦ ਟਾਈਮ ਵੀ ਫਿਕਸ ਕਰਤਾ ਸੀਗਾ। ਲੇਕਿਨ ਇਹ ਚੀਜ਼ਾਂ ਫਿਰ ਸਿਰੇ ਕਿਉਂ ਨਹੀਂ ਚੜ੍ਹਦੀਆਂ? ਜੇ ਕੇਂਦਰ ਨਾਲ ਕੁਝ ਮਾਮਲੇ ਸੀ ਤਾਂ ਪਹਿਲਾਂ ਨਜਿੱਠਣੇ ਚਾਹੀਦੇ ਸੀ। ਅਨਾਊਂਸਮੈਂਟ ਉਦੋਂ ਕਰੋ ਜਦੋਂ ਤੁਸੀਂ ਉੱਥੇ ਖੜੇ ਰਹਿ ਸਕੋ। ਸੋ ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਸ਼ੁਕਰੀਆ।